ਮੇਰੇ ਪਿਆਰੇ ਜਲੰਧਰ ਵਾਸੀਓ, ਅੱਜ ਮੈਂ 26 ਤਰੀਕ 26 ਮਾਰਚ 2020 ਡੇਢ ਵਜੇ ਤੁਹਾਡੇ ਨਾਲ ਮੁਖਾਤਬ ਹੋ ਰਿਹਾ। 2 ਦਿਨ ਪਹਿਲਾਂ ਮੈਂ ਇੱਕ ਵੀਡੀਓ ਤੁਹਾਨੂੰ ਜਾਰੀ ਕੀਤੀ ਸੀ ਔਰ ਉਹਦਾ ਤੁਸੀਂ ਬੜਾ ਚੰਗਾ ਹੁੰਗਾਰਾ ਦਿੱਤਾ। ਜਦੋਂ ਆਪਣੇ ਘਰ 'ਚ ਕੋਈ ਔਖ ਸੌਖ ਹੋਵੇ, ਮੈਂ 2 ਦਿਨ ਪਹਿਲਾਂ ਵੀ ਕਿਹਾ ਸੀ ਕਿ ਐਡਮਿਨਿਸਟ੍ਰੇਸ਼ਨ ਦਾ ਮੁਖੀ ਹੋਣ ਦੇ ਨਾਤੇ ਮੈਂ ਆਪਦੇ ਆਪ ਨੂੰ ਤੁਹਾਡਾ ਪਰਿਵਾਰਕ ਮੈਂਬਰ ਸਮਝਦਾ, ਔਰ ਜਦੋਂ ਕੋਈ ਔਖੀ ਘੜੀ ਹੋਏ ਆਪਣਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਆਪਾਂ ਆਪਸ 'ਚ ਬੈਠ ਕੇ ਗੱਲਾਂ ਕਰੀਏ। ਮੇਰੀ ਇਹ ਕੋਈ ਮਨਸ਼ਾ ਨਹੀਂ ਕਿ ਵੀ ਮੈਂ ਆਪਦੀ ਵੀਡੀਓ ਵਾਇਰਲ ਕਰ ਕਰਕੇ ਕੋਈ ਮਸ਼ਹੂਰ ਹੋਵਾਂ, ਪਰ ਮੈਂ ਤੁਹਾਡੇ ਨਾਲ ਜਿਹੜਾ ਰਾਬਤਾ ਉਹ ਕਾਇਮ ਰੱਖਣਾ ਚਾਹੁੰਦਾ ਤਾਂ ਕਿ ਵੀ ਸਾਡੇ ਦਿਮਾਗ 'ਚ ਕੀ ਚੱਲ ਰਿਹਾ, ਸਮੱਸਿਆ ਕਿੱਡੀ ਵੱਡੀ ਹੈ ਤੁਹਾਨੂੰ ਪਤਾ ਲੱਗਦਾ ਰਹੇ। ਤੁਹਾਨੂੰ ਜਿਵੇਂ ਪਤਾ ਹੈ ਕਿ ਜਲੰਧਰ ਜ਼ਿਲ੍ਹੇ ਦੀ ਆਬਾਦੀ 25 ਲੱਖ ਦੀ ਹੈ ਔਰ ਆਪਣਾ ਪਰਿਵਾਰ ਬੜੀ ਸੁੱਖ ਨਾਲ ਬਹੁਤ ਵੱਡਾ ਹੈ ਔਰ ਵਾਹਿਗੁਰੂ ਇਸ 'ਚ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਵੀ ਵਾਧਾ ਕਰੇ ਮੈਂ ਕਾਮਨਾ ਕਰਦਾ। ਮੈਨੂੰ ਇਹ ਵੀ ਪਤਾ ਹੈ ਕਿ ਮੇਰੇ ਕੋਲ ਐਸਾ ਕੋਈ ਤਰੀਕਾ ਨਹੀਂ ਕਿ ਮੈਂ ਇਹ ਜਿਹੜੀ ਵੀਡੀਓ ਬਣਾਵਾਂ ਇਹ ਇਕੱਲੇ ਤੁਹਾਡੇ 25 ਲੱਖ ਤੱਕ ਮਹਦੂਦ ਕਰਾਂ। ਜਦੋਂ ਇਹ ਕਿਤੇ ਦੂਰ ਜਾਂਦੀ ਹੋਣੀ ਹੈ, ਮੈਨੂੰ ਇਹ ਵੀ ਅਹਿਸਾਸ ਹੈ ਕਿ ਇਦਾਂ ਲੱਗਦਾ ਹੋਣਾ ਕਿ ਵੀ ਇਹ ਕਿਉਂ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਜਨਤਕ ਰੂਪ 'ਚ ਕਰਦਾ, ਪਰ ਮੇਰੇ ਕੋਲ ਤੁਹਾਡੇ ਨਾਲ ਸਿੱਧੀ ਗੱਲਬਾਤ ਕਰਨ ਦਾ ਕੋਈ ਤਰੀਕਾ ਨਹੀਂ, ਕਿਉਂਕਿ ਤੁਸੀਂ ਦੇਖ ਰਹੇ ਹੋ ਮੇਰੀ ਵੀ ਪਿਛਲੇ 15 ਦਿਨਾਂ 'ਚ ਬੋਲ ਬੋਲ ਕੇ ਆਵਾਜ਼ ਭਾਰੀ ਹੋ ਗਈ। ਸੋਸ਼ਲ ਮੀਡੀਆ ਹੀ ਸਭ ਤੋਂ ਆਸਾਨ ਮੀਡੀਆ ਹੈ, ਸੋ ਅੱਜ ਮੈਂ ਤੁਹਾਨੂੰ ਮੁਖਾਤਬ ਹੋਇਆ। ਤੁਸੀਂ ਪਿਛਲੇ 3 ਸਾਲਾਂ 'ਚ ਮੈਨੂੰ ਦੇਖਿਆ, ਅੱਜ ਮੈਂ ਥੋੜ੍ਹਾ ਇਮੋਸ਼ਨਲ ਹੋ ਕੇ ਪੂਰੇ ਸਾਰੇ ਮਨ ਦੀਆਂ ਤੁਹਾਡੇ ਨਾਲ ਗੱਲਾਂ ਕਰਨੀਆਂ ਤਾਂ ਕਿ ਜੋ ਅਸਲ ਸਥਿਤੀ ਹੈ, ਜੇ ਆਪਣੇ ਕੋਈ ਪਰਿਵਾਰ ਦਾ ਮੈਂਬਰ ਨਾ ਸਮਝੇ, ਆਪਾਂ ਨੂੰ ਉਹਨੂੰ ਸਾਰੀ ਸਮਝਾਉਣੀ ਪੈਂਦੀ ਹੈ। ਔਰ ਇਸ ਦੇ ਵਿੱਚ ਮੈਂ ਪੂਰਾ ਮਨ ਖੋਲ੍ਹ ਕੇ ਸਾਰੀ ਗੱਲ ਤੁਹਾਡੇ ਸਾਹਮਣੇ ਰੱਖੂੰਗਾ। ਮੈਨੂੰ ਇਦਾਂ ਲੱਗਦਾ ਹੈ ਕਿ ਜਦੋਂ ਕੋਈ ਪੋਲੀਓ ਦੀਆਂ ਬੂੰਦਾਂ ਕੋਈ ਮਾਂ ਬੱਚੇ ਨੂੰ ਪਿਆਉਂਦੀ ਹੈ, ਬੱਚਾ ਰੋਂਦਾ ਹੈ, ਪਰ ਫਿਰ ਵੀ ਮਾਂ ਉਹਨੂੰ ਰੋਂਦੇ ਵੱਲ ਨਹੀਂ ਦੇਖਦੀ, ਉਹਨੂੰ ਬੂੰਦਾਂ ਪਿਆਉਂਦੀ ਹੈ। ਉਹਨੂੰ ਪਤਾ ਹੈ ਕਿ ਉਹਨੂੰ ਇਸ ਦਵਾਈ ਦਾ ਫਾਇਦਾ ਹੋਣਾ ਹੈ। ਜਦੋਂ ਕੋਈ ਫੁੱਲ ਵਰਗੇ ਆਪਦੇ ਛੋਟੇ ਜਿਹੇ ਬੱਚੇ ਦੇ ਪਹਿਲੇ ਦਿਨ ਹੀ ਟੀਕੇ ਲਵਾਉਂਦੀ ਹੈ ਮਾਂ, ਉਦੋਂ ਵੀ ਬੱਚਾ ਰੋਂਦਾ ਹੈ। ਬੱਚੇ ਨੂੰ ਪਤਾ ਨਹੀਂ ਹੁੰਦਾ ਕਿ ਵੀ ਸਾਰੀ ਉਮਰ ਇਸ ਚੀਜ਼ ਨੇ ਉਹਦੀ ਰੱਖਿਆ ਕਰਨੀ ਹੈ, ਫਿਰ ਵੀ ਮਾਂ ਇਹੀ ਫੈਸਲਾ ਲੈਂਦੀ ਹੈ। ਮਾਨਯੋਗ ਪ੍ਰਾਈਮ ਮਿਨਿਸਟਰ ਸਾਹਿਬ, ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਇਹਨਾਂ ਦੋਹਾਂ ਦੀ ਸਥਿਤੀ ਵੀ ਇਦਾਂ ਦੀ ਹੈ। ਤੁਸੀਂ ਉਹਨਾਂ ਦੇ ਬੱਚੇ ਹੋ, ਉਹ ਕਦੇ ਨਹੀਂ ਚਾਹਣਗੇ ਕਿ ਤੁਹਾਨੂੰ ਕੋਈ ਤਕਲੀਫ ਦਈਏ, ਪਰ ਜਿੱਦਾਂ ਮਾਂ ਨੂੰ ਇਹ ਫੈਸਲਾ ਲੈਣਾ ਪੈਂਦਾ ਹੈ ਕਿ ਕਿਹੜੇ ਵੇਲੇ ਕੋਈ ਕੌੜੀ ਦਵਾਈ ਬੱਚੇ ਨੂੰ ਦੇਣੀ ਹੈ, ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਕਿ ਤੁਹਾਨੂੰ ਘਰਾਂ 'ਚ ਰਹਿਣ ਦਈਏ ਤਾਂ ਕਿ ਤੁਸੀਂ ਬਿਮਾਰੀ ਤੋਂ ਬਚੇ ਰਹੋ। ਔਰ ਮੈਂ ਜ਼ਿਆਦਾ ਇਮੋਸ਼ਨਲ ਇਸ ਕਰਕੇ ਵੀ ਹੋ ਰਿਹਾ ਕਿ ਵੀ ਜਿਹੜਾ ਵਾਇਰਸ ਹੈ ਕੋਈ ਵੀ ਕਿਸੇ ਵੀ ਕਿਸਮ ਦਾ, ਤੁਸੀਂ ਉਹਨੂੰ ਲਾਈਟਲੀ ਲੈ ਰਹੇ ਹੋ, ਦਿਖਦਾ ਨਹੀਂ, ਪਰ ਜਦੋਂ ਇਹ ਤੁਹਾਨੂੰ ਕ੍ਰਿਪਲ ਕਰਦਾ, ਪੂਰੀ ਉਮਰ ਲਈ ਕ੍ਰਿਪਲ ਕਰਦਾ, ਤਾਂ ਉਹਦੇ ਜਿਹੜੇ ਬੜੇ ਲੰਬੇ ਸਮੇਂ ਤੱਕ ਰਹਿੰਦੇ ਹੈ। ਇਹ ਜਿਹੜਾ ਵਾਇਰਸ ਹੈ, ਬਹੁਤ ਸਾਰੇ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਵੀ ਕੈਜੂਅਲਿਟੀ ਰੇਟ ਕਾਫੀ ਹਾਈ ਹੈ, ਦੂਜੇ ਦੇਸ਼ਾਂ 'ਚ ਕਾਫੀ ਨੁਕਸਾਨ ਹੋਇਆ। ਅਜੇ ਇਹ ਵੀ ਕੋਈ ਸਟੱਡੀਜ਼ ਨਹੀਂ ਆਈਆਂ ਕਿ ਜਿਹੜੇ ਬੰਦੇ ਰਿਕਵਰ ਕਰ ਜਾਂਦੇ ਆ ਕਿ ਉਹਨਾਂ ਦੇ ਫੇਫੜਿਆਂ ਤੇ ਇਹਦਾ ਕਿੱਡਾ ਕੁ ਅਸਰ ਪੈਂਦਾ। ਮੈਂ ਸਾਰੀਆਂ ਗੱਲਾਂ ਕਰਕੇ, ਕੋਈ ਪਰਮਾਨੈਂਟ ਅਸਰ ਪੈਂਦਾ ਨਹੀਂ ਪੈਂਦਾ, ਇਹ ਸਾਰੀਆਂ ਗੱਲਾਂ ਕਰਕੇ ਮੈਂ ਤੁਹਾਨੂੰ ਡਰਾਉਣਾ ਨਹੀਂ, ਬਟ ਜੋ ਸਾਡੇ ਨਾਲ ਹੁਣ ਤੱਕ ਬੀਤੀ ਹੈ, ਜੋ ਸਾਡੀ ਪਲੈਨਿੰਗ ਹੈ, ਜੋ ਅਸੀਂ ਕਰ ਰਹੇ ਹਾਂ, ਕਿਉਂ ਕਰ ਰਹੇ ਹਾਂ, ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਨਾ। 2 ਦਿਨ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਬਿਟਵੀਨ ਦ ਡੈਵਿਲ ਐਂਡ ਦ ਡੀਪ ਸੀ, ਜਦੋਂ ਤੁਹਾਡੇ ਕੋਲ ਕੋਈ ਚੋਇਸ ਨਹੀਂ ਰਹਿ ਜਾਂਦੀ, ਪੰਜਾਬੀ 'ਚ ਇਹਨੂੰ ਕਹਿੰਦੇ ਆ ਵੀ ਅੱਗੇ ਕੂਆਂ ਪਿੱਛੇ ਖਾਈ।
ਦੋ ਤਰੀਕੇ ਨੇ ਤੁਹਾਨੂੰ ਛੋਟ ਦੇਣ ਦੇ। ਜਾਂ ਤਾਂ ਅਸੀਂ ਤੁਹਾਨੂੰ 2 ਘੰਟੇ ਦੀ ਛੋਟ ਦੇ ਦਈਏ, ਤੁਸੀਂ ਸਾਰੇ ਇੱਕਦਮ ਭੀੜ ਲਾ ਕੇ ਬਾਹਰ ਆਉਂਗੇ। ਜਾਂ ਦੂਜਾ ਇਹ ਹੈ ਵੀ ਤੁਸੀਂ ਔਖ ਸੌਖ ਝੱਲ ਲਓ, ਅਸੀਂ ਇੱਕ ਕੋਸ਼ਿਸ਼ ਕਰੀਏ 2-4 ਦਿਨ ਕਿ ਤੁਹਾਨੂੰ ਘਰਾਂ 'ਚ ਸਮਾਨ ਪਹੁੰਚਾਈਏ। ਜਿਹੜਾ ਇਹ ਦੂਜਾ ਸਿਸਟਮ ਹੈ ਹੈ ਇਹ ਵੀ ਤਕਲੀਫ ਦੇ ਹੈ, ਇਟ ਇਜ਼ ਨੋਟ ਨੋਰਮਲ। ਜਿਵੇਂ ਜੇ ਆਪਾਂ ਖਾਈ ਅਤੇ ਖੂਹ ਦੇ ਵਿੱਚ ਡਿਸਾਈਡ ਕਰਨਾ ਹੋਏ, ਆਪਾਂ ਖੂਹ ਵਾਲੇ ਪਾਸੇ ਜਾਂਦੇ ਹਾਂ, ਖੂਹ 'ਚ ਚਾਂਸ ਹੈ ਕਿ ਬੰਦਾ ਬਚ ਜੇ, ਖਾਈ 'ਚ ਤਾਂ ਫਿਰ ਉਹਨੇ ਬਚਣਾ ਹੀ ਨਹੀਂ। ਜੇ ਅਸੀਂ ਤੁਹਾਨੂੰ ਖੁੱਲ੍ਹੀ ਛੋਟ ਦਿੰਦੇ ਹਾਂ, ਔਰ ਜਿਸ ਤਰ੍ਹਾਂ ਦਾ ਲੋਕਾਂ ਦਾ ਵਿਵਹਾਰ ਰਿਹਾ ਕਰਫਿਊ ਦੌਰਾਨ ਆਲ ਓਵਰ ਇੰਡੀਆ, 2 ਘੰਟਿਆਂ ਦੀ ਛੂਟ ਦੌਰਾਨ ਐਡੀ ਵੱਡੀ ਸੰਖਿਆ 'ਚ ਬੰਦੇ ਬਾਹਰ ਆਉਣਗੇ, ਜਦੋਂ ਆਪਸ 'ਚ ਉਹਨਾਂ ਦੀ ਇੰਟਰਮਿੰਗਲਿੰਗ ਹੋਏਗੀ, ਇਹ ਵਾਇਰਸ ਫਿਰ ਫੈਲੇਗਾ, ਔਰ ਜਿਹੜਾ 2-3-4 ਦਿਨਾਂ ਦੀ ਅਸੀਂ ਤਕਲੀਫ ਝੱਲੀ ਹੈ ਉਹ ਫਿਰ ਨਲੀਫਾਈ ਹੋ ਜਾਏਗੀ। ਜਿੱਥੋਂ ਤੱਕ ਇਹ ਹੈ, ਕਈ ਲੋਕ ਇਸ ਗੱਲ 'ਤੇ ਸੋਸ਼ਲ ਮੀਡੀਆ 'ਤੇ ਵੀ ਗੱਲਾਂ ਆਈਆਂ, ਹੁਣ ਮੈਂ 25 ਲੱਖ ਨਾਲ ਤਾਂ ਗੱਲ ਕਰ ਨਹੀਂ ਸਕਦਾ, ਕਿ ਅਸੀਂ ਇੱਕ ਕੰਟਰੋਲ ਰੂਮ ਦੇ ਕੁਝ ਨੰਬਰ ਬਣਾਏ ਸੀਗੇ, ਉਹਨਾਂ 'ਤੇ ਗੱਲ ਨਹੀਂ ਹੋ ਰਹੀ। ਕੰਟਰੋਲ ਰੂਮ 'ਤੇ ਦੇਖੋ, ਮੈਂ ਮਤਲਬ ਸਾਰੇ ਅਧਿਕਾਰੀਆਂ ਦੇ ਨੰਬਰ ਦੇਤੇ, SDM-ਆਂ ਦੇ ਨੰਬਰ ਦੇਤੇ, ਆਪਦਾ ਨੰਬਰ ਦੇਤਾ, DMO ਦਾ, GM ਵੇਰਕਾ ਦਾ ਨੰਬਰ ਦੇਤਾ। ਹੁਣ 25 ਲੱਖ ਲੋਕ ਜਦੋਂ ਇੱਕ ਬੰਦੇ ਦੇ ਫੋਨ 'ਤੇ ਫੋਨ ਕਰਨ ਲੱਗੇ ਤਾਂ ਉਹਨਾਂ ਦੇ ਫੋਨ ਹੀ ਕ੍ਰੈਸ਼ ਕਰ ਗਏ, ਪੂਰੇ ਸਿਸਟਮ ਕ੍ਰੈਸ਼ ਕਰ ਗਏ। ਇੱਕ ਹੈਲਪਲਾਈਨ ਨੰਬਰ ਸੀਗਾ, ਕੋਈ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਓਵਰਨਾਈਟ ਮੇਰੇ ਕੋਲ ਕੋਈ ਇਸ ਤਰ੍ਹਾਂ ਦਾ ਸਿਸਟਮ ਹੁੰਦਾ ਕਿ ਬਹੁਤ ਲਾਈਨਾਂ ਹੁੰਦੀਆਂ। ਇਹ ਮੋਬਾਈਲ ਨੰਬਰ ਅਸੀਂ ਦਿੱਤੇ ਸੀ, ਬਹੁਤ ਲੋਕਾਂ ਨੇ ਮਜ਼ੰਮਤ ਕੀਤੀ ਕਿ ਵੀ ਉੱਥੇ ਫੋਨ ਤਾਂ ਬਿਜੀ ਆਈ ਜਾਂਦਾ। ਯਕੀਨ ਮੰਨਿਓ, ਮੇਰਾ ਫੋਨ ਉਸ ਦਿਨ ਤੋਂ ਬਾਅਦ ਆ ਰਿਕਾਰਡਿੰਗ ਲਈ ਮੈਂ ਔਫ ਕਰਕੇ ਬੈਠਾ ਇੱਥੇ ਫੋਨ, ਮੇਰੇ ਫੋਨ ਦਾ ਇਹ ਹਾਲ ਦੇਖ ਲਓ ਕਿ ਪਿਛਲੇ 1/2 ਘੰਟੇ 'ਚ ਮੈਨੂੰ ਵਟਸਐਪ ਦੇ ਉੱਪਰ 431 ਮੈਸੇਜ ਆਏ ਨੇ। ਇਹ 431 ਮੈਸੇਜ ਆਉਣ ਨਾਲ ਜਿਹੜਾ ਸਟੇਟ ਸਾਡਾ ਕੰਟਰੋਲ ਰੂਮ ਹੈਗਾ, ਜਿੱਥੋਂ ਕਿ ਮੈਨੂੰ ਬਹੁਤ ਜ਼ਰੂਰੀ ਇਨਫੋਰਮੇਸ਼ਨਾਂ ਭੇਜਣ ਦੀਆਂ ਔਰ ਤੁਹਾਡੀ ਸਿਹਤ ਦਾ ਧਿਆਨ ਰੱਖਣ ਦੀਆਂ ਜਿਹੜੀਆਂ ਹਦਾਇਤਾਂ ਆ ਜਾਂਦੀਆਂ ਨੇ, ਸਾਰੀਆਂ ਗੁੰਮ ਜਾਂਦੀਆਂ ਨੇ। ਲੋਕ ਕਿਸ ਤਰ੍ਹਾਂ ਦੇ ਮੈਸੇਜ ਭੇਜ ਰਹੇ ਆ ਕਿ ਮੇਰਾ ਬੱਚਾ ਲੁਧਿਆਣੇ ਹੈ ਜੀ, ਉਹਨੂੰ ਬੁਲਾ ਦਿਓ। ਕੋਈ ਕਹਿ ਰਿਹਾ ਜੀ ਮੇਰੀ ਗਾਂ ਦਾ ਚਾਰਾ ਨਹੀਂ ਜਾ ਰਿਹਾ ਹੈਗਾ ਬਾਹਰ, ਉਹਨੂੰ ਇੱਥੇ ਭੇਜ ਦਿਓ। ਛੋਟੀਆਂ ਛੋਟੀਆਂ ਪ੍ਰੋਬਲਮਸ DC ਲੈਵਲ 'ਤੇ ਭੇਜੀਆਂ ਜਾ ਰਹੀਆਂ ਨੇ। ਐਵੇਂ ਜੀ ਕਰੀ ਤੁਸੀਂ, ਮੈਂ ਹੁਣ ਸਾਇਲੈਂਟ ਕਰਕੇ ਬੈਠਿਆ, ਵਿੱਚ ਦੇ ਰਿਕਾਰਡਿੰਗ ਦੇ ਮੈਂ ਤੁਹਾਨੂੰ ਖੋਲ੍ਹ ਕੇ ਦਿਖਾਊਂਗਾ ਵੀ ਕਿਵੇਂ ਫੋਨ ਲਗਾਤਾਰ ਚੱਲ ਰਿਹਾ। ਇਹਦੇ ਵਿੱਚ ਅਗਰ ਮੈਂ ਸਕਰੋਲ ਕਰਕੇ ਦਿਖਾਵਾਂ ਤਾਂ ਲਗਾਤਾਰ ਸਵੇਰ ਦੀਆਂ 1000 ਮਿਸਡ ਕਾਲਾਂ ਪਈਆਂ ਨੇ ਔਰ ਕੱਲ੍ਹ ਮੈਂ 1563 ਕਾਲਾਂ ਮੈਨੂੰ ਆਈਆਂ। ਤੁਸੀਂ ਮੈਨੂੰ ਦੱਸੋ ਕਿ ਵੀ ਅਜਿਹੇ ਹਾਲਾਤਾਂ 'ਚ ਇੱਕ ਫੋਨ ਵਾਲਾ ਜਿਹੜਾ ਕੰਟਰੋਲ ਰੂਮ ਕਿਵੇਂ ਚੱਲ ਸਕਦਾ ਸੀ। ਇਸ ਕਰਕੇ ਜੋ ਵੀ ਹੁਣ ਤੱਕ ਸਾਡੇ ਕੰਟਰੋਲ ਰੂਮ ਦੇ ਨੰਬਰ ਨਸ਼ਰ ਹੋਏ ਆ, ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਖਤਮ ਕਰਦਾ, ਪਾੜਦਾ। ਮੈਂ ਨਵਾਂ ਸਿਸਟਮ ਇਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰੂੰਗਾ। ਨਵੇਂ ਸਿਸਟਮ 'ਚ ਅਸੀਂ ਰਾਤੋ ਰਾਤ BSNL ਤੋਂ ਹੋਰ ਨੰਬਰ ਲੱਗੇ ਹੈਗੇ ਆ। ਇਹ ਜਿਹੜੇ ਨੰਬਰ ਹੈਗੇ ਆ, ਇਹ ਅਸੀਂ ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚਾਵਾਂਗੇ ਉਹ ਵੀ ਮੈਂ ਤੁਹਾਨੂੰ ਦੱਸ ਰਿਹਾ। ਇਹ ਮਲਟੀਪਲ ਅਸੀਂ ਨੰਬਰ ਲਿੱਤੇ ਆ, ਹਰ ਨੰਬਰ ਲਈ ਇੱਕ ਦਿੱਤਾ। ਮੈਂ ਤੁਹਾਡੇ ਸਾਹਮਣੇ ਇਹਨੂੰ ਸਿੰਬੋਲਿਕਲੀ ਇਸ ਲਈ ਫਾੜਿਆ ਕਿਉਂਕਿ ਇਹਨਾਂ ਨੰਬਰਾਂ 'ਤੇ ਤੁਹਾਡੇ ਕਾਲ ਕਰਨ ਨਾਲ GM ਵੇਰਕਾ ਦਾ ਨੰਬਰ ਵੀ ਕਲੌਗ ਹੋ ਗਿਆ, ਦੋਨੇ SDM-ਆਂ ਦਾ ਜਿਹੜਾ ਕੰਮ ਹੈ ਉਹ ਹੈਂਪਰ ਹੋ ਗਿਆ, ਉਹ ਆਪਦਾ ਕੰਮ ਨਹੀਂ ਕਰ ਪਾ ਰਹੇ, ਔਰ ਮੇਰਾ ਕੰਮ ਹੈ ਜਿਹੜਾ ਮੈਂ ਆਪਦਾ ਜਿਹੜਾ ਕੰਮ ਹੈਗਾ ਉਸ 'ਤੇ ਫੋਕਸ ਨਹੀਂ ਕਰ ਪਾ ਰਿਹਾ। ਕੰਟਰੋਲ ਰੂਮ 'ਤੇ ਜਾਣ ਦੀ ਬਜਾਏ ਸਿੱਧੇ ਲੋਕ ਮੇਰੇ ਨਾਲ ਪਿਆਰ ਇੰਨਾ ਹੈ ਕਿ ਹਰ ਬੰਦਾ ਛੋਟੀ ਛੋਟੀ ਚੀਜ਼ ਲਈ ਮੈਨੂੰ ਫੋਨ ਕਰ ਰਿਹਾ। ਮੈਂ ਸਿਸਟਮ ਕੀ ਬਣਾਇਆ ਔਰ ਇਹਦੀ ਕੀ ਪ੍ਰੋਬਲਮਸ ਨੇ, ਕਿੱਦਾਂ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਜੇ ਸਿਸਟਮ 'ਚ ਵੀ ਜੇ ਕੋਈ ਪ੍ਰੋਬਲਮ ਹੋਊਗੀ ਤਾਂ ਅਸੀਂ ਉਹਨੂੰ ਹੱਲ ਕਰਾਂਗੇ। ਮੈਂ ਤੁਹਾਨੂੰ ਦੱਸਦਾ ਕਿ ਅਸੀਂ ਪਹਿਲੇ ਦਿਨ ਰਾਤੋ ਰਾਤ ਬਹੁਤ ਔਖਾ ਕੰਮ ਸੀ, ਸਾਰੇ ਦਵਾਈਆਂ ਵਾਲਿਆਂ ਦੇ, ਸਾਰੇ ਦੁੱਧ ਵਾਲਿਆਂ ਦੇ, ਸਾਰੇ ਪ੍ਰਚੂਨ ਵਾਲਿਆਂ ਦੇ, ਸਾਰੇ ਸਬਜ਼ੀ ਵਾਲਿਆਂ ਦੇ ਅਸੀਂ ਨੰਬਰ ਇਕੱਠੇ ਕੀਤੇ। ਰਾਤ ਨੂੰ DMO ਸਾਹਿਬ ਨੇ ਸਬਜ਼ੀ ਵਾਲਿਆਂ ਦੇ, DFSC ਨੇ ਪ੍ਰਚੂਨ ਵਾਲਿਆਂ ਦੇ, ZLA ਜਿਹੜਾ ਡਰੱਗ ਵਾਲੇ ਮਹਿਕਮਾ
ਉਹਨਾਂ ਨੇ ਸਾਰੇ, ਤੁਸੀਂ ਦੇਖੋ ਵੀ ਕਰਫਿਊ ਲੱਗਣ ਦੇ ਬਾਵਜੂਦ ਡਰੱਗ ਵਾਲਿਆਂ ਦੇ ਨੰਬਰ ਇਕੱਠੇ ਕੀਤੇ ਔਰ ਦੁੱਧ ਵਾਲਿਆਂ ਦੇ ਨੰਬਰ ਸਾਰਿਆਂ ਦੇ ਸਾਨੂੰ ਵੀਰਕਾ ਮਿਲਕ ਪਲਾਂਟ ਨੇ ਦਿੱਤੇ। ਉਹਨਾਂ ਨੂੰ ਕਰਕੇ ਅਸੀਂ ਪਹਿਲਾਂ ਇੱਕ ਤੁਹਾਡੇ ਕੋਲ 25 ਤਰੀਕ ਨੂੰ 9 ਵਜੇ ਸਾਰੇ ਪੰਜਾਬ 'ਚ ਵਾਇਰਲ ਹੋਈ, ਜਦਕਿ ਮੈਂ ਇਹਨੂੰ ਵਾਪਸ ਲੈ ਲਿਆ ਸੀ ਲਿਸਟ। ਇਹ ਲਿਸਟ ਦੇ ਵਿੱਚ ਕੁਝ ਖਾਮੀਆਂ ਸੀਗੀਆਂ, ਕੁਝ ਨੰਬਰ ਗਲਤ ਸੀਗੇ, ਬੰਦਿਆਂ ਨੇ ਫੋਨ ਕੀਤੇ ਉਹਨਾਂ ਨੂੰ ਡਿਲੀਵਰੀ ਨਹੀਂ ਹੋਈ, ਕਿਉਂਕਿ ਇਹ ਲਿਸਟ ਨਸ਼ਰ ਹੋਈ ਲਗਭਗ 12 ਵਜੇ, ਉਦੋਂ ਦੁੱਧ ਖਤਮ ਹੋ ਜਾਂਦਾ। ਲੋਕਾਂ ਨੇ ਕਿਹਾ ਦੇਖੋ ਦੁੱਧ ਨਹੀਂ ਮਿਲਿਆ। ਦੁੱਧ ਦੀ ਵੀ ਮੈਂ ਸਥਿਤੀ ਦੱਸ ਦਿੰਦਾ ਕਿ ਵੀ ਅੱਗੇ 1.5 ਲੱਖ ਲੀਟਰ ਜਿਹੜਾ ਸੀਗਾ ਜਾਂਦਾ ਸੀਗਾ, ਪਹਿਲੇ ਦਿਨ 93,000 ਲੀਟਰ ਗਿਆ ਅਤੇ ਕੱਲ੍ਹ 1,25,000 ਗਿਆ, ਲਗਭਗ ਉਨਾ ਹੀ ਦੁੱਧ ਗਿਆ ਵੇਰਕਾ ਰਾਹੀਂ। ਇਸ ਲਿਸਟ ਦੀਆਂ ਖਾਮੀਆਂ ਨੂੰ ਦੇਖਦੇ ਹੋਏ ਮੈਂ ਪਹਿਲਾਂ ਹੀ ਲਿਸਟ ਦੇ ਜਿਹੜਾ ਟੌਪ ਹੈ ਉਸ 'ਤੇ ਲਿਖਿਆ ਸੀ ਵੀ ਕਿਹੜੀ ਡੇਟ ਔਰ ਕਿੰਨੇ ਵਜੇ। ਇੱਕ ਦਿਨ 'ਚ ਵੀ 2 ਵਾਰ ਲਿਸਟ ਬਦਲ ਸਕਦੀ ਹੈ, ਕਿਉਂਕਿ ਕਈ ਕਰਿਆਨੇ ਵਾਲੇ, ਕਈ ਦੁਕਾਨਾਂ ਵਾਲੇ ਸਾਡੇ ਕੋਲ ਵਲੰਟੀਅਰ ਆ ਰਹੇ ਹੈ, ਕੈਮਿਸਟ ਆ ਰਹੇ ਆ ਵੀ ਸਾਡਾ ਵੀ ਨਾਂ ਪਾਓ ਜੀ, ਅਸੀਂ ਇਹ ਜਨ ਸੇਵਾ ਦੇ ਵਿੱਚ ਕਰਾਂਗੇ। ਇਸ ਲਿਸਟ ਨੂੰ ਵੀ ਮੈਂ ਡਿਸਕਾਰਡ ਕਰ ਰਿਹਾ, ਸਿੰਬੋਲਿਕਲੀ ਤਾਂ ਕਰ ਰਿਹਾ ਕਿਉਂਕਿ ਇਹ ਸਾਰੇ ਪੰਜਾਬ 'ਚ ਘੁੰਮ ਰਹੀ ਹੈ। ਇਹਨੂੰ ਅਸੀਂ ਰਾਤੋ ਰਾਤ ਲਾ ਕੇ ਇੱਕ ਨਵੀਂ ਲਿਸਟ ਬਣਾਈ ਹੈ, ਜੋ ਕਿ ਮੈਂ ਹੁਣ ਤੁਹਾਡੇ ਸਾਹਮਣੇ ਨਸ਼ਰ ਕਰਨ ਲੱਗਿਆ। ਇਹ ਜਿਹੜੀ ਲਿਸਟ ਹੈਗੀ ਹੈ, ਅਸੀਂ 26/3 ਨੂੰ ਸਵੇਰੇ 10 ਵਜੇ ਤੱਕ ਅਪਡੇਟਡ ਹੈ, ਇਹ ਮੈਂ ਦਿਖਾ ਰਿਹਾ। ਇਹ 64 ਪੰਨਿਆਂ ਦੀ PDF ਲਿਸਟ ਹੈ, ਬਹੁਤ ਹਾਈ ਕੁਆਲਿਟੀ ਦੀ ਅਸੀਂ ਬਣਾਈ ਹੈ। ਇਹਨੂੰ ਅਸੀਂ ਤੋੜਿਆ ਵਾਰਡ ਵਾਈਜ਼ ਔਰ ਸਬ ਡਿਵੀਜ਼ਨ ਵਾਈਜ਼। ਮੰਨ ਲਓ ਕੋਈ ਭੋਗਪੁਰ ਦਾ ਬੰਦਾ ਹੈਗਾ, ਉਹ ਭੋਗਪੁਰ ਵਾਲਿਆਂ ਨੂੰ ਫੋਨ ਕਰੇ, ਜਲੰਧਰ ਵਾਲਾ ਜਲੰਧਰ ਵਾਲਿਆਂ ਨੂੰ ਫੋਨ ਕਰੇ, 75 ਨੰਬਰ ਵਾਰਡ ਹੈ 75 ਨੰਬਰ ਨੂੰ ਕਰੇ, ਤੁਹਾਡਾ ਕੰਮ ਆਸਾਨ ਕਰਨ ਲਈ। ਹੁਣ ਇਹਦੇ ਵਿੱਚ ਵੀ ਮੈਂ ਦੇਖੋ 26 ਤਰੀਕ ਪਾ ਕੇ ਹਾਈਲਾਈਟ ਕਰਕੇ ਸਵੇਰੇ 10 ਵਜੇ ਦਾ ਪਾਇਆ। ਹੁਣ ਵੀ ਇਸ 'ਚ ਜਿਹੜੀਆਂ ਤਰੁੱਟੀਆਂ ਤੁਸੀਂ ਦੱਸ ਰਹੇ ਹੋ ਵੀ ਕੋਈ ਫੋਨ ਔਫ ਹੈ, ਕੋਈ ਬੰਦਾ ਮੰਨ ਲਓ ਤੁਹਾਡੀ ਗੱਲ ਨਹੀਂ ਸੁਣ ਰਿਹਾ, ਕਿਸੇ ਕੋਲ ਸਟਾਕ ਖਤਮ ਹੋ ਗਿਆ, ਉਹਨਾਂ ਦੇ ਨਾਮ ਅਸੀਂ ਵੀਡ ਆਊਟ ਕਰਨੇ ਹੈ, ਨਵੇਂ ਪਾਉਣੇ ਹੈ, ਅਸੀਂ ਇੱਕ ਦਿਨ 'ਚ ਵੀ ਇਹ ਮਲਟੀਪਲ ਲਿਸਟਾਂ ਜਾਰੀ ਕਰ ਸਕਦੇ ਹਾਂ, ਜਾਂ ਹਰ 1 ਜਾਂ 2 ਦਿਨਾਂ ਬਾਅਦ ਅਸੀਂ ਫਰੈਸ਼ ਲਿਸਟ ਜਾਰੀ ਕਰਾਂਗੇ। ਸੋ ਜੋ ਪੁਰਾਣੀਆਂ ਲਿਸਟਾਂ ਤੁਹਾਡੇ ਵਟਸਐਪ 'ਤੇ ਆਉਂਦੀਆਂ ਨੇ ਉਹਨਾਂ ਨੂੰ ਇਗਨੋਰ ਕਰੋ, ਅਤੇ ਫਿਰ ਤੁਹਾਨੂੰ ਸਹੀ ਲਿਸਟ ਕਿੱਥੋਂ ਮਿਲੂਗੀ? ਇੱਕ ਸਰਕਾਰ ਦੀ, ਹਰ DC ਦੀ ਇੱਕ ਵੈਬਸਾਈਟ ਹੁੰਦੀ ਹੈ, ਉਹ ਮੇਰੀ ਜਿਹੜੀ ਹੈਗੀ ਹੈ ਉਹ ਹੈਗੀ ਹੈ jalandhar.nic.in। ਇਹ ਮੈਂ ਤੁਹਾਨੂੰ ਦਿਖਾ ਰਿਹਾ, ਇਹ ਸਾਡੀ ਸਰਕਾਰੀ ਵੈਬਸਾਈਟ ਹੁੰਦੀ ਹੈ। ਇਸ ਵੈਬਸਾਈਟ 'ਤੇ ਜਦੋਂ ਤੁਸੀਂ ਜਾਓਗੇ, ਸਾਰੇ ਜਣੇ ਨੋਟ ਕਰ ਲਓ, ਇਸ ਵੈਬਸਾਈਟ 'ਤੇ ਤੁਸੀਂ ਜਾਓਗੇ, ਉੱਥੇ ਮੈਂ ਫਾਈਟ ਕਰੋਨਾ ਨਾਮ ਦਾ ਇੱਕ ਕਾਰਨਰ ਬਣਾਤਾ, ਸਾਰੀਆਂ ਸਾਡੀਆਂ ਲੇਟੈਸਟ ਹਦਾਇਤਾਂ ਉੱਥੇ ਪਈਆਂ ਹੋਣਗੀਆਂ। ਕੰਟਰੋਲ ਰੂਮ ਦੇ ਪੁਰਾਣੇ ਨੰਬਰ ਪਏ ਨੇ, ਜਿਹੜਾ ਮੈਂ ਹੁਣੇ ਫਾੜਿਆ, ਉਹਨੂੰ ਮੈਂ ਉੱਥੇ ਡਿਲੀਟ ਕਰਾ ਦਿੰਦਾ। ਨਵੀਂ ਲਿਸਟ ਤੁਹਾਡੇ ਕੋਲ 2-3 ਘੰਟਿਆਂ ਤੱਕ ਆਜੂਗੀ, ਪਰ ਤੁਹਾਨੂੰ ਕੰਟਰੋਲ ਰੂਮ 'ਤੇ ਐਡਾ ਕਰਨ ਦੀ ਲੋੜ ਨਹੀਂ ਪੈਣੀ, ਕਿਉਂਕਿ ਅਸੀਂ ਸਿੱਧਾ ਤੁਹਾਨੂੰ ਪ੍ਰਚੂਨ ਵਾਲਿਆਂ ਦੇ, ਗਰੋਸਰੀ ਵਾਲਿਆਂ ਦੇ ਔਰ ਉਸ ਤੋਂ ਇਲਾਵਾ ਕੈਮਿਸਟਾਂ ਦੇ, ਦੁੱਧ ਵਾਲਿਆਂ ਦੇ ਵਾਰਡ ਵਾਈਜ਼ ਔਰ ਕਸਬਾ ਵਾਈਜ਼ ਨੰਬਰ ਤੋੜ ਕੇ ਇਸ 'ਤੇ ਦੇ ਤੇ। ਹੁਣ ਮੈਂ ਤੁਹਾਨੂੰ ਖੋਲ੍ਹ ਕੇ ਦਿਖਾਊਂਗਾ ਵੀ ਤੁਸੀਂ NIC 'ਚੋਂ ਇਹ ਲਿਸਟ ਡਾਊਨਲੋਡ ਕਿੱਦਾਂ ਕਰਨੀ ਹੈ। ਕਿਰਪਾ ਕਰਕੇ ਮੈਂ ਰਿਪੀਟ ਕਰ ਰਿਹਾ ਕਿ ਫੇਸਬੁੱਕ 'ਤੇ ਵਟਸਐਪ ਵਗੈਰਾ 'ਤੇ ਜੋ ਪੁਰਾਣੀਆਂ ਲਿਸਟਾਂ ਨੇ ਉਹਨਾਂ ਨੂੰ ਇਗਨੋਰ ਕਰੋ, ਅਸੀਂ ਡੇਟ 'ਤੇ ਸਮਾਂ ਪਾ ਕੇ ਸਮੇਂ 'ਤੇ ਅਪਡੇਟਡ ਲਿਸਟਾਂ ਦੇਵਾਂਗੇ, ਉਹਨਾਂ 'ਤੇ ਯਕੀਨ ਕਰੋ। ਤੁਸੀਂ ਪਲੀਜ਼ ਆ ਫੋਕਸ ਕਰਿਓ ਜੀ ਇੱਧਰ। ਆਹ ਜਿਹੜੀ ਹੈਗੀ ਹੈ ਸਾਡੀ ਵੈਬਸਾਈਟ ਹੈ ਗਵਰਨਮੈਂਟ ਆਫ ਪੰਜਾਬ ਵੱਲੋਂ, jalandhar.nic.in। ਇਹਦੇ 'ਤੇ ਮੈਂ ਕਰਸਰ ਲੈ ਕੇ ਆਇਆ, ਫਾਈਟ ਹੋਮ ਹੈ, ਹੋਮ ਤੋਂ ਅੱਗੇ ਫਾਈਟ ਕਰੋਨਾ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਇਹ ਇਵੋਲਵਿੰਗ ਪ੍ਰੋਸੈਸ ਹੈ, ਜਿਉਂ ਜਿਉਂ ਹੋਰ ਬੰਦੇ ਸਾਡੇ ਕੋਲ ਟ੍ਰੇਡਰ ਆਪਣੇ ਨਾਮ ਦੇ ਰਹੇ ਆ, ਕਿਸੇ ਦੇ ਫੋਨ ਨੰਬਰ ਗਲਤ ਨੇ, ਉਹਨਾਂ ਨੂੰ ਠੀਕ ਕਰਕੇ ਜੋ ਪੁਰਾਣੀਆਂ ਲਿਸਟਾਂ ਨਾਲ ਗੁੰਮਰਾਹ ਨਾ ਹੋਣ ਲੋਕ, ਅਸੀਂ ਹੁਣ ਜਿਹੜੀਆਂ ਲਿਸਟਾਂ ਨੇ ਉਹਨਾਂ ਨੂੰ ਵਾਰਡ ਵਾਈਜ਼ ਤੋੜਿਆ ਔਰ ਇਸ ਨੂੰ ਇੱਕ ਦਿਨ 'ਚ 2 ਵਾਰੀ ਜਾਂ 2 ਦਿਨਾਂ 'ਚ 1 ਵਾਰੀ ਅਸੀਂ ਰਿਵਾਈਜ਼ ਕਰਾਂਗੇ। ਤਾਂ ਤੁਸੀਂ ਕੀ ਕਰਨਾ, ਸਾਡੀ ਇਹ ਜਿਹੜੀ ਔਥੈਂਟਿਕ ਲੇਟੈਸਟ ਜਿਹੜੀ ਲਿਸਟ ਹੈਗੀ ਹੈ ਦੇਖਣ ਲਈ ਕੀ ਕਰਨਾ, ਵਟਸਐਪ ਵਗੈਰਾ 'ਤੇ ਨਾ ਜਾਓ, ਪੁਰਾਣੀਆਂ ਲਿਸਟਾਂ 'ਤੇ ਨਾ ਜਾਓ, ਲੇਟੈਸਟ ਅਗਰ ਤੁਸੀਂ ਚੈੱਕ ਕਰਨੀ ਹੈ ਸਾਡੀ ਜਿਹੜੀ ਗਰੋਸਰੀ ਦੀ ਲਿਸਟ ਹੈ, jalandhar.nic.in 'ਤੇ ਚਲੇ ਜਾਓ। ਹੋਮ ਦੇ ਨਾਲ ਹੀ ਫਾਈਟ ਕਰੋਨਾ ਦਿਖ ਰਿਹਾ ਜੀ ਇੱਥੇ,
ਫਾਈਟ ਕਰੋ ਨਾ, ਜਦੋਂ ਤੁਸੀਂ ਇਹਨੂੰ ਅਸੀਂ ਕਾਰਨਰ ਬਣਾਤਾ, ਫਾਈਟ ਕਰੋ ਨਾ ਜਦੋਂ ਤੁਸੀਂ ਟੱਚ ਕਰਦੇ ਹੋ, ਜਿੰਨੀਆਂ ਵੀ ਹਦਾਇਤਾਂ ਉਹ ਸਾਰੀਆਂ ਇੱਥੇ ਪਈਆਂ ਨੇ। ਇਹਨਾਂ ਹਦਾਇਤਾਂ 'ਚ 3 ਨੰਬਰ 'ਤੇ ਲੇਟੈਸਟ ਲਿਸਟ ਆਫ ਹੋਮ ਡਿਲੀਵਰੀ ਫਾਰ ਮੈਡੀਸਨਸ ਐਂਡ ਗਰੋਸਰੀ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਹ 26 ਤਰੀਕ ਨੂੰ ਅੱਜ ਭਾਵ ਸਵੇਰੇ 10 ਵਜੇ ਅਸੀਂ ਇਹਨੂੰ ਕੀਤਾ ਹੈਗਾ ਅਪਡੇਟ। ਔਰ ਤੁਸੀਂ ਜਿਹੜੀ ਬਿਲਕੁਲ ਹੀ ਔਥੈਂਟਿਕ ਹੈਗੀ ਹੈ, ਇਸ ਨੂੰ ਡਾਊਨਲੋਡ ਕਰਕੇ ਇਸ 'ਤੇ ਫੋਨ ਕਰਨੇ ਹੈਗੇ ਆ। ਇਹ ਜਿਵੇਂ ਖੁੱਲ੍ਹ ਜਾਂਦੀ ਹੈ, ਹੁਣੇ ਮੈਂ ਤੁਹਾਨੂੰ ਦਿਖਾਉਂਦਾ। ਔਰ ਇਹ 64 ਪੰਨਿਆਂ ਦੀ ਇੱਕ ਬੜੀ ਡਿਟੇਲਡ ਹੈਗੀ ਹੈ। ਇਸ 'ਚ ਅਸੀਂ ਵਾਰਡ ਵਾਈਜ਼ ਜਿਹੜੇ ਹੈਗੇ ਆ, ਗਰੋਸਰੀ ਵਾਲਿਆਂ ਦੇ ਵੀ ਨੰਬਰ ਪਾਏ ਆ, ਔਰ ਇਹਨਾਂ ਦੇ ਦਵਾਈਆਂ ਵਾਲਿਆਂ ਦੇ ਵੀ ਪਾਏ ਆ, ਦੁੱਧ ਵਾਲਿਆਂ ਦੇ ਵੀ ਪਾਏ ਆ, ਸਬਜ਼ੀ ਵਾਲਿਆਂ ਦੇ ਪਾਏ ਆ। ਆਹ ਜਿਵੇਂ ਤੁਸੀਂ ਦੇਖੋਗੇ ਯੈਲੋ ਹਾਈਲਾਈਟ ਹੋਇਆ, 26 ਤਰੀਕ ਨੂੰ 10 ਵਜੇ ਇਹ ਅਪਡੇਟ ਹੋਈ ਹੈ। ਜਦੋਂ ਇਹਨੂੰ ਅਸੀਂ ਚੇਂਜ ਕਰਾਂਗੇ ਕੱਲ ਨੂੰ, ਤਾਂ ਅਸੀਂ ਨਵੀਂ ਡੇਟ ਪਾ ਕੇ, ਜਾਂ ਜੇ ਨਹੀਂ ਕਰਦੇ ਤਾਂ ਇਹੀ ਚੱਲਦੀ ਰਹੂਗੀ। ਜੇ ਅਸੀਂ ਅਪਡੇਟ ਕਰਦੇ ਹਾਂ ਤਾਂ ਨਵੀਂ ਡੇਟ ਪਾ ਕੇ ਅਸੀਂ ਇਹਨੂੰ ਪਾਵਾਂਗੇ, ਤੁਸੀਂ ਦੇਖ ਲੈਣਾ। ਫਿਰ ਉੱਪਰ ਇਹਦੇ ਇਹ ਬਣਿਆ ਜਿਵੇਂ ਵਾਰਡ ਵਾਈਜ਼ ਮੈਡੀਕਲ ਤੇ ਕਰਿਆਣਾ ਸਟੋਰ, ਪੇਜ ਨੰਬਰ 2 ਤੋਂ ਸ਼ੁਰੂ ਹੁੰਦੀ ਹੈ। ਇਹ ਅਸੀਂ ਇਹਦਾ ਬਣਾਇਆ ਹੈਗਾ ਤਾਂ ਕਿ ਤੁਹਾਨੂੰ ਲੱਭਣ 'ਚ ਕੋਈ ਔਖ ਨਾ ਹੋਵੇ। ਫਿਰ ਵੈਜੀਟੇਬਲ ਵਾਲਾ ਜਿਹੜਾ ਉਹ 28 ਨੰਬਰ ਪੇਜ ਤੋਂ ਸ਼ੁਰੂ ਹੁੰਦਾ, ਔਰ 37 ਨੰਬਰ ਪੇਜ ਤੋਂ ਮਿਲਕ ਦੇ ਵੈਂਡਰ ਸ਼ੁਰੂ ਹੁੰਦੇ ਨੇ। ਫਿਰ ਰੂਰਲ ਗਰੋਸਰੀ ਲਿਸਟ ਹੈ ਜਿਹੜੀ ਉਹ 56 ਨੰਬਰ ਤੋਂ ਹੈ। ਕੰਟਰੋਲ ਰੂਮ ਦੇ ਜਿਹੜੇ ਨੰਬਰ ਨੇ, ਜਿਹੜੀਆਂ ਅਸੀਂ ਮਲਟੀਪਲ ਲਾਈਨਾਂ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਸੀ ਕਿ ਪੁਰਾਣੇ ਨੰਬਰ ਅਫਸਰਾਂ ਦੇ ਕ੍ਰੈਸ਼ ਕਰ ਗਏ, ਉਹ 64 ਨੰਬਰ 'ਤੇ ਨੇ। ਜਿਵੇਂ ਕਿ ਮੈਂ ਤੁਹਾਨੂੰ ਖੋਲ ਕੇ ਦਿਖਾਉਂਦਾ, ਮੰਨ ਲਓ ਇੱਕ ਵਾਰਡ ਨੰਬਰ 3 'ਚ ਹੈ ਕੋਈ ਬੰਦਾ, ਵਾਰਡ ਨੰਬਰ 2 ਹੈ ਮੰਨ ਲਓ, ਇੱਥੇ ਮੈਡੀਕਲ ਦੀ ਆ ਸ਼ੋਪ ਹੈ, ਗਿੱਲ ਮੈਡੀਕੋਜ਼ ਹੈਗੀ ਹੈ ਇਹਦਾ ਨੰਬਰ ਹੈ। ਅਗਰ ਇਸ ਤੋਂ ਨਹੀਂ ਹੁੰਦਾ ਤਾਂ ਉਹ 1 ਜਾਂ 3 ਨੰਬਰ ਵਾਰਡ ਵੀ ਨੇੜੇ ਆ, ਉਹਨੂੰ ਕੰਟੈਕਟ ਕਰ ਸਕਦਾ। ਕਰਿਆਨੇ ਦੀ ਜਿਹੜੀਆਂ ਸ਼ੋਪਸ ਨੇ ਇਸ ਏਰੀਏ 'ਚ 1, 2, 3, 4, 5 ਹੈਗੀਆਂ ਨੇ, ਠੀਕ ਹੈ ਜੀ। ਔਰ ਇਸ ਤੋਂ ਇਲਾਵਾ ਜੇ ਤੁਸੀਂ ਹੋਰ ਨੀਚੇ ਜਾਓਗੇ ਤਾਂ ਤੁਹਾਨੂੰ ਵਾਰਡ ਵਾਈਜ਼ ਜਿਹੜੀਆਂ ਇਹ ਲਿਸਟਾਂ ਇੱਦਾਂ ਹੀ ਚੱਲਦੀਆਂ ਰਹਿਣਗੀਆਂ। ਔਰ ਇਸ ਤੋਂ ਬਾਅਦ ਆਹ ਦੇਖੋ ਜੀ, ਆਹ ਤੁਹਾਡੇ ਪੇਜ ਨੰਬਰ 28 'ਤੇ ਜਾ ਕੇ ਵੈਜੀਟੇਬਲ ਰੇਹੜੀ ਵਾਲਿਆਂ ਦੇ ਨੰਬਰ ਹੈਗੇ ਨੇ, ਕਿਉਂਕਿ ਇਹ ਥੋੜ੍ਹੇ ਘੱਟ ਪੜ੍ਹੇ ਲਿਖੇ ਹੁੰਦੇ ਨੇ। ਜੇ ਇਹ ਵੈਸੇ ਤਾਂ ਇਹ ਕੋਸ਼ਿਸ਼ ਕਰਦੇ ਨੇ ਕਿ ਹਰ ਘਰ ਤੱਕ ਜਾਣ, ਜੇ ਤੁਹਾਡੀ ਗਲੀ 'ਚ ਵੀ ਆਉਣ ਕੋਸ਼ਿਸ਼ ਕਰੋ ਕਿ ਵੀ ਗਲੀ 'ਚ ਹਜੂਮ ਨਾ ਇਕੱਠਾ ਹੋਵੇ, ਇਹ ਘਰੋ ਘਰੀ ਜਾਣ। ਔਰ ਦੂਜੀ ਗੱਲ ਇਹ ਹੈ ਕਿ ਕਿਸੇ ਵੇਲੇ ਮਾਰਨਿੰਗ 'ਚ ਲੈ ਕੇ ਆਉਂਦੇ, ਹੋ ਸਕਦਾ ਜੇ ਤੁਸੀਂ ਲੇਟ ਈਵਨਿੰਗ ਕਰੋ ਉਦੋਂ ਸਬਜ਼ੀ ਖਤਮ ਹੋ ਗਈ ਹੋਵੇ, ਤਾਂ ਦੋਜ਼ ਆਰ ਦਾ ਪ੍ਰੋਬਲਮਸ ਵੀ ਹੈਵ ਟੂ ਬੀਅਰ ਵਿਦ। ਬਟ ਅਗਰ ਸਬਜ਼ੀ ਅਤੇ ਦੁੱਧ ਸੇਮ ਫੋਰ ਦਾ, ਇਹ ਦੇਖੋ ਇਹ ਰੇਹੜੀ ਦੇ ਐਡੀਸ਼ਨਲ ਕਾਰਡਸ ਹੈਗੇ ਨੇ, ਇਹ ਸਾਡੇ ਮਿਲਕ ਵੈਂਡਰ ਨੇ, ਮਿਲਕ ਵੈਂਡਰ ਇਹ ਜਿਹੜੇ ਵੇਰਕਾ ਦੇ ਹੈਗੇ ਨੇ, ਇਹ ਪੈਕਟਾਂ ਵਾਲਾ ਦੁੱਧ ਹੈਗਾ। ਅਗਰ ਮੰਨ ਲਓ ਤੁਸੀਂ ਇਹਨੂੰ 12 ਵਜੇ ਫੋਨ ਕੀਤਾ, ਇਹ ਮਾਰਨਿੰਗ 'ਚ ਦੁੱਧ ਲੈ ਕੇ ਆਉਂਦੇ ਆ 5-6 ਵਜੇ, ਤੁਹਾਡੇ ਘਰ 'ਤੇ ਨਹੀਂ ਆਇਆ, ਜੇ ਉਹਦੇ ਕੋਲ ਅੱਜ ਖਤਮ ਹੋ ਗਿਆ, ਤੁਸੀਂ ਨੋਟ ਕਰਾਂਗੇ ਅਗਲੇ ਦਿਨ ਆਊਗਾ। ਜੇ ਮੰਨ ਲਓ ਇੱਕ ਨਹੀਂ ਕਰਦਾ, ਕਿ ਸਾਰੇ ਹਿਊਮਨ ਬੀਇੰਗ ਹੈ, ਜੋ ਮੈਂ ਸੋਚਦਾ, ਜ਼ਰੂਰੀ ਨਹੀਂ ਕਿ ਸਾਰੇ ਵੈਂਡਰ ਉਹ ਸੋਚਦੇ ਹੋਣ, ਤਾਂ ਦੂਜੇ ਨੂੰ ਤੀਜੇ ਨੂੰ ਤੁਸੀਂ ਕੋਸ਼ਿਸ਼ ਕਰਕੇ ਦੇਖੋ। ਅਗਰ ਫਿਰ ਵੀ ਹੱਲ ਤੁਹਾਡੀ ਸਮੱਸਿਆ ਨਹੀਂ ਹੁੰਦੀ, ਅਸੀਂ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਵੀ ਪਹਿਲਾਂ ਪਰਸਨਲ ਫੋਨ ਨੰਬਰ ਤਾਂ ਕ੍ਰੈਸ਼ ਕਰ ਗਏ ਆਫਿਸਰਸ ਦੇ, ਤਾਂ ਅਸੀਂ ਆਹ ਦੇਖੋ, ਆਹ ਰੂਰਲ ਦੀਆਂ ਨੇ, ਜਲੰਧਰ ਕੈਂਟ ਦੇ ਗਰੋਸਰੀ ਸਟੋਰ ਨੇ, ਆਹ ਜਿਹੜੇ ਹੈਗੇ ਨੇ ਗਰੋਸਰੀ ਆਦਮਪੁਰ ਦੇ ਨੇ, ਆਹ ਕਰਤਾਰਪੁਰ ਦੇ ਹੈਗੇ ਨੇ, ਆਹ ਗੁਰਾਏ ਦੇ ਨੇ, ਇਸੇ ਤਰ੍ਹਾਂ ਅਪਰਾ, ਨਕੁੱਦਰ, ਸ਼ਾਹਕੋਟ, ਮਹਿਤਪੁਰ, ਸਾਰੇ ਅਸੀਂ ਪਾਏ ਆ, ਲੋਹੀਆਂ ਖਾਸ ਤੱਕ ਦੇ ਪਾਏ ਆ। ਲਾਸਟ ਪੇਜ ਹੈ ਜਿਹੜਾ ਇਹ ਕੰਟਰੋਲ ਰੂਮ ਦਾ, ਹੁਣ ਅਸੀਂ ਕੀ ਕੀਤਾ, ਕਿਉਂਕਿ ਅਫਸਰਾਂ ਦੇ ਨੰਬਰ ਜਿਹੜੇ ਹੈਗੇ ਆ ਇੰਨੇ ਕਲੌਗ ਆ ਗਏ ਕਿ ਉਹ ਆਪਦਾ ਕੰਮ ਹੀ ਨਹੀਂ ਕਰ ਸਕੇ। ਜੀਐਮ ਸਾਹਿਬ ਜਿਹੜਾ ਹੈਗਾ, ਉਹਨਾਂ ਨੂੰ ਮਿਲਕ ਨਾਲ ਸੰਬੰਧਿਤ ਜੋ ਕੋਆਰਡੀਨੇਸ਼ਨ ਕਰਨੀ ਹੁੰਦੀ ਉਹ ਕਰ ਹੀ ਨਹੀਂ ਪਾ ਰਹੇ, ਲੋਕ ਐਂ ਸਮਝ ਰਹੇ ਵੀ ਇਹ ਸਧਾਰਨ ਨੰਬਰ ਹੀ ਹੈ। ਤਾਂ ਅਸੀਂ ਪੁਲਿਸ ਰੂਰਲ ਦੇ, ਮਿਲਕ ਐਂਡ ਐਨੀਮਲ ਫੋਡਰ ਦਾ ਅਲੱਗ ਨੰਬਰ, ਹੰਟਿੰਗ ਲਾਈਨ ਦਿੱਤੀ, ਗਰੋਸਰੀ ਐਂਡ ਗੈਸ ਦਾ ਅਲੱਗ ਦਿੱਤਾ, ਕੈਮਿਸਟ ਦਾ ਅਲੱਗ ਦਿੱਤਾ, ਵੈਜੀਟੇਬਲ ਐਂਡ ਫਰੂਟ ਦਾ ਅਲੱਗ ਦਿੱਤਾ, ਜਨਰਲ ਕੰਪਲੇਂਟਸ ਦਾ ਅਲੱਗ ਦਿੱਤਾ। ਮੰਨ ਲਓ ਕੋਈ ਵੰਡਰ ਤੁਹਾਡੀ ਗੱਲ ਨਹੀਂ ਸੁਣਦਾ, ਜਾਂ ਤੁਸੀਂ ਪਹਿਲਾਂ ਕੀ ਕਰੋ, 2, 3, 4, 5 ਟਰਾਈ ਕਰੋ। ਦੇਖੋ ਆਪਾਂ ਨੂੰ ਥੋੜ੍ਹਾ ਧੀਰਜ ਤਾਂ ਰੱਖਣਾ ਹੀ ਪੈਣਾ, ਜਿਵੇਂ ਆਪਾਂ ਔਨਲਾਈਨ ਸਰਚ ਕਰਦੇ ਹੈਗੇ ਹਾਂ, ਤਾਂ ਅਗਰ ਫਿਰ ਵੀ ਹੱਲ ਨਹੀਂ ਹੁੰਦੀ ਇਹਨਾਂ ਨੰਬਰਾਂ 'ਤੇ, ਤੁਸੀਂ ਕਰੋ। ਹੁਣ ਮੈਂ ਇਸ ਤੋਂ ਅੱਗੇ ਚੱਲਦਾ ਜੀ। ਫਿਰ ਬਹੁਤ ਸਾਰੇ ਬੰਦਿਆਂ ਨੇ ਇਹ ਕਿਹਾ ਕਿ ਵੀ ਇਹ ਰੇਹੜੀ ਵਗੈਰਾ ਵਾਲੇ ਜਿਹੜੇ ਵਿਚਾਰੇ ਆ, ਇਹ ਘੱਟ ਪੜ੍ਹੇ ਲਿਖੇ ਹੁੰਦੇ ਆ,
ਕਈ ਵਾਰੀ ਇਹਨਾਂ ਨੂੰ ਪਾਸ ਦਾ ਨਹੀਂ ਪਤਾ ਹੁੰਦਾ, ਪਾਸਾਂ ਦਾ ਮੈਂ ਈਜ਼ੀ ਸਿਸਟਮ ਲੈਣ ਲਈ ਇਹ ਕਰਤਾ ਵੀ ਜੇ ਕਿਸੇ ਰੇਹੜੀ ਵਾਲੇ ਨੇ ਪਾਸ ਲੈਣਾ ਤਾਂ ਜ਼ਿਲ੍ਹਾ ਮੰਡੀ ਅਫਸਰ ਨੂੰ ਮੈਂ ਜਿਹੜਾ ਹੈਗਾ ਸਾਰੇ ਪਾਸ ਅਧਿਕਾਰਤ ਕਰਤਾ, ਕਿਸੇ ਡਰੱਗ ਵਾਲੇ ਨੇ ਕਿਸੇ ਨੇ ਦਵਾਈ ਵਾਲੇ ਨੇ ਲੈਣਾ ਤਾਂ ਉਹ ਜਿਹੜੇ ਅਧਿਕਾਰ ਹੈਗੇ ਆ ਸਾਰੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ, ਉਹਨਾਂ ਨੂੰ ਲਖਵੰਤ ਸਿੰਘ ਜੀ ਨੂੰ ਦੇਤੇ। ਇਸੇ ਤਰ੍ਹਾਂ ਹੀ ਗਰੋਸਰੀ ਦਾ ਜਾਂ ਕਰਿਆਣੇ ਦਾ ਕਿਸੇ ਨੂੰ ਲੈਣ ਉਹ DFSC ਨੂੰ ਕਹਿਤਾ, ਔਰ ਦੁੱਧ ਦਾ ਜਿਹੜਾ ਸੇਖੋਂ ਸਾਹਿਬ ਨੇ ਸਾਡੇ GM ਉਹਨਾਂ ਨੂੰ ਦੇਤੇ। ਪਰ ਗੱਲ ਇਹ ਹੈ ਵੀ ਮੈਂ ਦੇਖਿਆ ਫਿਰ ਵੀ ਲੋਕਾਂ ਨੂੰ ਕਰਫਿਊ ਦੇ ਵਿੱਚ ਪਾਸ ਲੈਣ ਜਾਣ 'ਚ ਦਿੱਕਤ ਹੋ ਰਹੀ ਸੀ। ਤਾਂ 9 ਤਰ੍ਹਾਂ ਦੀਆਂ ਜਿਹੜੀਆਂ ਸਰਵਿਸਿਜ਼ ਨੇ, ਆਹ ਮੈਂ ਸਾਰੇ ਜਿਹੜੇ ਮੇਰੇ ਸੁਰੱਖਿਆ ਮੁਲਾਜ਼ਮ ਥੱਲੇ ਲੱਗੇ ਨੇ, ਵੈਸੇ ਤਾਂ CP ਸਾਹਿਬ SSP ਸਾਹਿਬ ਦਾ ਪੂਰਾ ਸਹਿਯੋਗ ਹੈ, ਉਹਨਾਂ ਦੇ ਰਾਹੀਂ ਥੱਲੇ ਵਾਇਰਲੈਸਾਂ ਚੱਲੀਆਂ ਗਈਆਂ, ਪਰ ਫਿਰ ਵੀ ਕਈ ਵਾਰੀ ਅਗਰ ਕਿਸੇ ਤੱਕ ਨਹੀਂ ਪਹੁੰਚਦੀ ਹੈ, ਕਿਰਪਾ ਕਰਕੇ ਇਹ ਆਰਡਰ ਧਿਆਨ ਨਾਲ ਦੇਖ ਲੈਣ। ਇਹ ਵਟਸਐਪ 'ਤੇ ਵੀ ਚੱਲ ਰਿਹਾ, ਇਸ ਆਰਡਰ ਦੇ ਨਾਲ ਇਹ ਜਿਹੜੀਆਂ ਸਰਵਿਸਿਜ਼ ਨੇ, ਮੰਨ ਲਓ ਕਿਸੇ ਦੇ ਦੁੱਧ ਦਾ ਢੋਲ ਲਟਕਿਆ, ਚਾਹੇ ਸਾਈਕਲ ਹੈ, ਰੇਹੜੀ ਹੈ, ਕਾਰਟ ਹੈ, ਹੱਥ ਰੇਹੜੀ ਹੈ, ਕੋਈ ਛੋਟਾ ਹਾਥੀ ਹੈ, ਉਹਨੂੰ ਰੋਕਣਾ ਨਹੀਂ, ਉਹਦੇ 'ਚ ਦੁੱਧ ਲੱਦਿਆ ਹੋਣਾ ਹੀ ਆਪਦੇ ਆਪ 'ਚ ਪਾਸ ਹੈ, ਵੱਡਾ ਟੈਂਕਰ ਹੈ, ਵੀ ਇਹ ਜ਼ਰੂਰੀ ਚੀਜ਼ ਹੈ, ਇਹਦੇ ਲਈ ਕੋਈ ਪਾਸ ਦੀ ਲੋੜ ਨਹੀਂ। ਬੰਦਾ ਜਿਹੜਾ ਵੀ ਕਿਸਾਨ ਆਪਦਾ ਦੁੱਧ ਸ਼ਹਿਰ 'ਚ ਆ ਕੇ ਬੈੱਲ ਮਾਰ ਕੇ ਕਿਸੇ ਦੇ ਘਰੇ ਘਰੋ ਘਰੀ ਤੁਸੀਂ ਵੇਚੋਗੇ ਦੁੱਧ ਆਪਦਾ, ਇੱਧਰ ਉੱਧਰ ਨਾ ਸੁੱਟੋ, ਮੇਰੀ ਕਿਸਾਨਾਂ ਨੂੰ ਵੀ ਬੇਨਤੀ ਹੈ, ਢੋਲੀ ਭਰੋ, ਸ਼ਹਿਰ 'ਚ ਆਓ, ਸਾਈਕਲ ਮੋਟਰਸਾਈਕਲ ਜੋ ਚੀਜ਼ ਹੈਗਾ ਬੈੱਲਾਂ ਮਾਰੋ। ਮੈਨੂੰ ਯਕੀਨ ਹੈ ਕਿ ਲੋਕਾਂ ਨੂੰ ਲੋੜ ਹੈ, ਤੁਹਾਡਾ ਦੁੱਧ ਵਿਕ ਜਾਣਾ। ਸੇਮ ਵੇਰਕਾ ਦਾ ਇੱਥੇ ਬੜਾ ਸ਼ਾਨ ਨਾਲ ਵਿਕ ਰਿਹਾ। ਅੱਛਾ ਫਿਰ ਰੇਹੜੀ ਵਾਲਾ, ਕਿਸੇ ਦੀ ਰੇਹੜੀ ਖਾਲੀ ਪਈ ਹੈ ਜਾਂ ਵੈਸੇ ਕਈ ਵਲੰਟੀਅਰ ਮੇਰੇ ਕੋਲ ਆ ਰਹੇ ਆ ਵੀ ਅਸੀਂ ਸੇਵਾ ਕਰਨੀ ਹੈ, ਤਾਂ ਕਹਿੰਦਾ ਜੀ ਕੋਈ ਬੰਦਾ ਰੁਜ਼ਗਾਰ ਵੀ ਲੱਭਣਾ ਚਾਹੁੰਦਾ, ਕੋਈ ਘਰੇ ਵਿਹਲਾ ਪਿਆ ਹੈਗਾ, ਤਾਂ ਉਹ ਸਬਜ਼ੀ ਲਵੇ ਔਰ ਆਪਣਾ ਮਾਰਜਨਲ ਪ੍ਰੋਫਿਟ ਲੈ ਕੇ ਘਰਾਂ 'ਚ ਦੇਵੇ, ਤਾਂ ਕਿ ਸਾਡਾ ਨੈਟਵਰਕ ਵਧੀਆ ਚੱਲੇ। ਇਹ 'ਚ ਜਿਹੜੀਆਂ ਸੇਵਾਵਾਂ ਨੂੰ ਕੋਈ ਪਾਸ ਦੀ ਲੋੜ ਨਹੀਂ, ਔਰ ਸਾਡੇ ਪੁਲਿਸ ਵਾਲੇ ਵੀਰ ਵੀ ਇਹਨਾਂ ਨਾ ਰੋਕਣ, ਪੰਜਾਬ ਅਤੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਦੀਆਂ ਔਨ ਡਿਊਟੀ ਜਿਹੜੀਆਂ ਕੋਈ ਗੱਡੀਆਂ ਨੇ ਉਹਨਾਂ ਨੂੰ ਕੋਈ ਪਾਸ ਦੀ ਲੋੜ ਨਹੀਂ, ਕਿਉਂਕਿ ਪਾਸ ਜਾਰੀ ਕਰਨਾ ਹੀ, ਮੈਂ ਹੁਣ ਤੱਕ ਇੰਨੇ ਹਜ਼ਾਰਾਂ ਪਾਸ ਜਾਰੀ ਕਰਤੇ, ਸਾਡਾ ਪੂਰਾ ਸਿਸਟਮ ਹੀ ਉਸ ਗੱਲ ਵੱਲ ਲੱਗ ਗਿਆ ਸੀਗਾ। ਇਸੇ ਤਰ੍ਹਾਂ ਹੀ ਦੁੱਧ ਵਾਲੀ ਕੋਈ ਗੱਡੀ ਹੋਵੇ, ਵੇਰਕਾ ਦੀ ਹੋਵੇ, ਪ੍ਰਾਈਵੇਟ ਹੋਵੇ, ਸਾਈਕਲ ਹੋਵੇ, ਮੋਟਰਸਾਈਕਲ, ਰੇਹੜਾ, ਕੋਈ ਪਾਸ ਦੀ ਲੋੜ ਨਹੀਂ। ਅਨਾਜ, ਕਣਕ, ਚੌਲ, ਦਾਲਾਂ, ਖਾਣ ਪੀਣ ਦੇ ਸਮਾਨ ਦੀਆਂ ਗੱਡੀਆਂ ਜਾਂ ਸਪੈਸ਼ਲ ਟ੍ਰੇਨਾਂ, ਕੋਈ ਪਾਸ ਦੀ ਲੋੜ ਨਹੀਂ ਹੈ। ਸਬਜ਼ੀਆਂ, ਫਲ ਦੀਆਂ ਗੱਡੀਆਂ, ਰੇਹੜੀਆਂ, ਇਹ ਮੈਂ ਦੱਸ ਹੀ ਦਿੱਤਾ। ਬ੍ਰੈਡ, ਬੇਕਰੀ, ਰਸ, ਬਿਸਕਿਟ ਦੀਆਂ ਗੱਡੀਆਂ, ਕੋਈ ਪਾਸ ਦੀ ਲੋੜ ਨਹੀਂ ਹੈ। ਜਲੰਧਰ ਜ਼ਿਲ੍ਹੇ 'ਚ LPG ਗੈਸ ਦੀ ਸਪਲਾਈ ਕਰਨ ਵਾਲੀਆਂ ਗੱਡੀਆਂ, ਇਹਨਾਂ ਨੂੰ ਕੋਈ ਪਾਸ ਦੀ ਲੋੜ ਨਹੀਂ ਹੈ। ਕੋਈ ਜਿਹੜਾ ਏਜੰਸੀ ਦਾ ਕਰਿੰਦਾ ਹੈਗਾ, ਉਹਨੇ ਸਿਲੰਡਰ ਲੱਦੇ ਹੈ, ਉਹ ਘਰਾਂ 'ਚ ਜਾ ਰਿਹਾ, ਉਹਨੂੰ ਕੋਈ ਨਹੀਂ ਰੋਕੂਗਾ, ਉਹਦੇ ਕੋਲ ਪਾਸ ਹੈ ਨਹੀਂ ਹੈ। ਔਰ ਪੈਟਰੋਲ ਡੀਜ਼ਲ ਵਾਲੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਕੋਈ ਨਹੀਂ ਰੋਕੂਗਾ ਹੈਗਾ। ਔਰ ਮੈਂ ਅੱਜ ਕਹਿਤਾ ਵੀ ਵੱਧ ਪੈਟਰੋਲ ਪੰਪ ਖੋਲ੍ਹੋ, ਨੈਸ਼ਨਲ ਹਾਈਵੇ ਦੇ ਅਲੋਂਗ ਜਿੰਨੇ ਪੰਪ ਹੈ ਉਹ ਖੁਲਵਾ ਤੇ, ਤਾਂ ਕਿ ਜੇ ਕੋਈ ਬਾਹਰੋਂ ਪਿਆਜ਼ ਆ ਰਿਹਾ, ਕੋਈ ਹੋਰ ਸਮਾਨ ਆ ਰਿਹਾ, ਜੇ ਉਹ ਟਰੱਕਾਂ ਨੂੰ ਤੇਲ ਹੀ ਨਹੀਂ ਮਿਲੂਗਾ ਉਹ ਕਿੱਦਾਂ ਚੱਲਣਗੇ। DFSC ਸਾਹਿਬ ਨੂੰ ਕਹਿਤਾ ਅਲੋਂਗ ਦਾ ਹਾਈਵੇ ਸਾਰੇ ਪੈਟਰੋਲ ਪੰਪ ਖੁਲਾ ਦਿਓ, ਸ਼ਹਿਰ ਦੇ ਪਿੰਡਾਂ 'ਚ ਅਸੀਂ ਥੋੜ੍ਹੇ ਖੁਲਵਾਏ ਆ ਤਾਂ ਕਿ ਲੋਕ ਉੱਥੇ ਭੀੜ ਨਾ ਕਰਨ। ਫਿਰ ਪਸ਼ੂਆਂ ਦੇ ਚਾਰੇ, ਕੈਟਲ ਫੀਡ ਵਾਲੀਆਂ ਗੱਡੀਆਂ, ਕੋਈ ਪਾਸ ਦੀ ਲੋੜ ਨਹੀਂ। ਕਿਸੇ ਕਿਸਾਨ ਨੇ ਚਾਰਾ ਵੇਚਣ ਆਉਣਾ ਸ਼ਹਿਰ 'ਚ, ਸ਼ਾਨ ਨਾਲ ਆਵੇ, ਉਹਨੇ ਜਿੱਥੇ ਵੀ ਜਾਣਾ ਬਸ ਇੱਕ ਜਗ੍ਹਾ ਭੀੜ ਨਹੀਂ ਕਰਨੀ ਹੈ। ਇਸੇ ਤਰ੍ਹਾਂ ਹੀ ਗਊਸ਼ਾਲਾ ਨੂੰ ਕੋਈ ਚਾਰਾ ਜਾ ਰਿਹਾ, ਫੀਡ ਜਾ ਰਹੀ ਹੈ, ਕੋਈ ਡੇਅਰੀ ਮਾਲਕ ਨੇ ਆਪਦਾ ਚਾਰਾ ਲੈ ਕੇ ਜਾਣਾ, ਆਪਦੀ ਗੱਡੀ 'ਚ ਲੱਦੇ, ਵੱਡੀ ਗੱਡੀ, ਛੋਟੀ ਗੱਡੀ, ਕੋਈ ਨਹੀਂ ਉਹਨੂੰ ਰੋਕੂਗਾ। ਫਿਰ ਜਿਹੜੇ ਲੋਕ ਨੌਨ ਵੈਜ ਹੈਗੇ ਨੇ ਉਹਨਾਂ ਲਈ ਮੁਰਗੀਆਂ ਵੀ ਇੱਕ ਖੁਰਾਕ ਹੈ, ਉਹਦੇ ਅੰਡੇ ਹੋਣ ਚਾਹੇ ਮੁਰਗੀਆਂ ਹੋਣ, ਔਰ ਇਸ ਡਿਜ਼ੀਜ਼ ਨਾਲ ਲੜਨ ਲਈ ਖੁਰਾਕ ਦੀ ਬੜੀ ਵੱਡੀ ਲੋੜ ਹੈ। ਇਸ ਕਰਕੇ ਉਹਨੂੰ ਵੀ ਫੂਡ ਆਈਟਮ ਸਮਝਦੇ ਹੋਏ ਪੋਲਟਰੀ ਦੀਆਂ ਮੁਰਗੀਆਂ, ਮੁਰਗੀਆਂ ਦੀ ਫੀਡ, ਅੰਡੇ ਦੇ ਕਿਸੇ ਵੀ ਕਿਸਮ ਦੇ ਜਿਹੜੇ ਵਹੀਕਲ ਹੋਣਗੇ ਉਹਨਾਂ ਨੂੰ ਕਿਸੇ ਪਾਸ ਦੀ ਲੋੜ ਨਹੀਂ। ਚਾਹੇ ਤੁਸੀਂ ਜਿੰਨੇ ਮਰਜ਼ੀ ਵਹੀਕਲ ਸਾਡੇ ਜਲੰਧਰ ਜ਼ਿਲ੍ਹੇ 'ਚ ਲੈ ਕੇ ਆਓ, ਰੈਦਰ ਵੀ ਵੈਲਕਮ ਕੇ ਸਾਡੇ ਸ਼ਹਿਰ 'ਚ ਲਿਆ ਕੇ ਤੁਸੀਂ ਵੇਚੋ, ਜੋ ਵੀ ਤੁਹਾਡੀ ਸਪਲਾਈ ਲਾਈਨ ਹੈ। ਕੋਈ ਮੈਨੂੰ ਪਤਾ ਲੱਗਿਆ ਵੀ ਇੱਕ ਦੋ ਮੁਰਗੀ ਫਾਰਮ ਵਾਲੇ ਇਹ ਸੋਚ ਰਹੇ ਸੀ ਵੀ ਜੇ ਫੀਡ ਨਾ ਮਿਲੀ ਤਾਂ ਅਸੀਂ ਮੁਰਗੀਆਂ ਨਹੀਂ ਮਾਰ ਕੇ ਦੱਬ ਦਈਏ, ਕਿਰਪਾ ਕਰਕੇ ਇੱਦਾਂ ਦਾ ਨਾ ਕਰੋ, ਇਟ ਇਸ ਏ ਨੈਸ਼ਨਲ ਰਿਸੋਰਸ, ਇਹਨੂੰ ਵੇਸਟ ਨਾ ਕਰੋ, ਇਹਦੇ ਨਾਲ ਬਿਮਾਰੀ ਹੋ ਜੂਗੀ। ਤੁਸੀਂ ਆਪਦਾ ਜੋ ਤੁਹਾਨੂੰ ਫੀਡ ਕਿਤੋਂ ਹੀ ਸ਼ਹਿਰ ਤੋਂ ਲੈ ਕੇ ਜਾਣੀ ਆ, ਤੁਹਾਨੂੰ ਕੋਈ ਨਹੀਂ ਰੋਕੂਗਾ, ਤੁਹਾਨੂੰ ਕੋਈ ਪ੍ਰੋਬਲਮ ਹੈ ਜਿਹੜਾ ਮੇਰਾ, ਮੈਂ ਹੁਣੇ ਤੁਹਾਨੂੰ ਦੱਸਿਆ, ਇਹ jalandhar.nic.in ਤੇ ਸਾਡੀ ਜਾ ਕੇ ਵੈਬਸਾਈਟ 'ਤੇ ਸਾਡੇ ਜਿਹੜੇ ਕੰਟਰੋਲ ਰੂਮ ਦੇ ਨੰਬਰ ਦੇਖ ਕੇ ਉਹਨਾਂ ਤੋਂ ਫੋਨ ਕਰੋ, ਤੁਹਾਡੀ ਸਮੱਸਿਆ ਦਾ ਹੱਲ ਹੋਊਗਾ। ਦੂਜੀ ਗੱਲ ਇਹ ਹੈ
ਜਿਹੜੀ ਹੁਣ ਸਾਡੇ ਕੋਲ ਸਬਜ਼ੀ ਆ ਰਹੀ ਸੀ ਉਹ ਬਾਹਰੋਂ ਆ ਰਹੀ ਸੀਗੀ, ਅਤੇ ਹੁਣ ਸਾਡੇ ਕੋਲ ਜਿਹੜੀ ਲੋਕਲ ਸਬਜ਼ੀ ਹੈਗੀ ਆ, ਅਜੇ ਤਾਂ ਉਹਦਾ ਸਟਾਕ ਚੱਲ ਰਿਹਾ, ਕਿਉਂਕਿ ਇਹ ਬੜੇ 21 ਦਿਨ ਬੜੇ ਲੰਬੇ ਹੁੰਦੇ ਆ, ਅਜੇ ਤਾਂ ਆਪਣੇ 2 ਦਿਨ ਲੰਘੇ ਆ। ਸਾਡੀ ਜਿਹੜੀ ਲੋਕਲ ਸਬਜ਼ੀ ਹੈ ਉਹ ਕੀ ਹੈ, ਆਲੂ ਹੈਗੀ ਹੈ, ਜਾਂ ਕੁਝ ਕਿਸਾਨਾਂ ਨੇ ਗੋਭੀ ਲਾਈ ਹੋਈ ਹੈ, ਇਸ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ। ਤਾਂ ਉਹ ਤਾਂ ਕਿ ਸਪਲਾਈ ਲਾਈਨ ਬਣੀ ਰਹੇ, ਤਾਂ ਇਸ ਕਰਕੇ ਅਸੀਂ ਇਹ ਕਹਿਤਾ ਵੀ ਆਲੂ ਪੱਟਣ 'ਤੇ ਜਾਂ ਕੋਈ ਸਬਜ਼ੀਆਂ ਤੋੜਨ 'ਤੇ, ਫਲ ਤੋੜਨ 'ਤੇ, ਉਹਨਾਂ ਨੂੰ ਜਲੰਧਰ ਦੀ ਮੰਡੀ 'ਤੇ ਲਿਆਉਣ 'ਤੇ, ਕਿਸੇ ਕੋਲਡ ਸਟੋਰ 'ਤੇ ਲਿਆਉਣ 'ਤੇ ਕੋਈ ਰੋਕ ਨਹੀਂ ਹੋਊਗੀ। ਸਿਰਫ ਇਹ ਸ਼ਰਤ ਹੈ ਵੀ ਉਹਨਾਂ ਨੇ 10 ਤੋਂ ਵੱਧ ਬੰਦੇ ਨਹੀਂ ਕਿਸਾਨਾਂ ਨੇ ਇਕੱਠੇ ਕਰਨੇ, ਨਾ ਕੋਲਡ ਸਟੋਰ ਵਾਲੇ ਨੇ 10 ਤੋਂ ਵੱਧ ਬੰਦੇ ਐਟ ਏ ਟਾਈਮ ਇਕੱਠੇ ਕਰਨੇ ਆ, ਸੈਨੇਟਾਈਜ਼ਰ ਵਗੈਰਾ ਦੇਣੇ ਆ, ਮਾਸਕ ਵਗੈਰਾ ਦੇ ਕੇ ਉਹਨਾਂ ਦਾ ਪੂਰਾ ਜਿਹੜਾ ਸਿਹਤ ਦਾ ਧਿਆਨ ਰੱਖ ਕੇ ਉਹ ਕਰੂਗਾ। ਇਹ ਸਾਰਾ ਇਸ ਲਈ ਕੀਤਾ ਤਾਂ ਕਿ ਤੁਹਾਨੂੰ ਜਿਹੜੀ ਉਹ ਸਪਲਾਈ ਲਾਈਨ ਜਿਹੜੀ ਉਹ ਚੱਲਦੀ ਰਹੇ। ਇਸ ਤੋਂ ਇਲਾਵਾ ਜਿਹੜੇ ਵੱਡੇ ਵੱਡੇ ਗਰੁੱਪ ਨੇ, ਤੁਹਾਡਾ ਕੋਈ ਵੀ ਜਿਹੜੇ ਹੋਵੇ, ਜਿਹੜੇ ਘਰੇ ਚੀਜ਼ਾਂ ਤੁਹਾਨੂੰ ਸਪਲਾਈ ਕਰ ਸਕਦੇ ਨੇ, ਉਹਨਾਂ ਦੇ ਨਾਲ ਅਸੀਂ ਸੰਪਰਕ ਕੀਤਾ ਹੈ, ਐਮਾਜ਼ੋਨ ਦੇ ਨਾਲ ਵੀ ਕੀਤਾ ਹੈ, ਸਵਿਗੀ ਦੇ ਨਾਲ ਵੀ, ਅਸੀਂ ਇਹਨਾਂ ਦੇ ਨਾਲ, ਔਰ ਉਸ ਤੋਂ ਇਲਾਵਾ ਜ਼ੋਮੈਟੋ ਵਗੈਰਾ ਜਿਹੜੇ ਹੈਗੇ ਨੇ, ਸਾਡੀ ਗੱਲਬਾਤ ਚੱਲ ਰਹੀ ਹੈ, ਅਸੀਂ ਇਹ ਚਾਹਾਂਗੇ ਉਹਨਾਂ ਦੀ ਵਰਕਫੋਰਸ ਨੂੰ ਵੀ ਅਸੀਂ ਵਰਤੀਏ। ਪਰ ਤੁਸੀਂ ਕੱਲ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਕੁਝ ਲੋਕ ਕਹਿ ਰਹੇ ਆ ਕਿ ਵੀ ਦੇਖੋ ਜੀ, ਅਸੀਂ ਇੰਨੇ ਟਾਈਮ ਦਾ ਕਹਿਤਾ, ਇਹ ਦਵਾਈ ਨਹੀਂ ਆਈ। ਤੁਸੀਂ ਮੇਰੀ ਗੱਲ ਸਮਝੋ ਕਿ ਅਸੀਂ ਕੋਈ ਇਹ ਮਾਰਕੀਟਿੰਗ 'ਚ ਐਕਸਪਰਟ ਨਹੀਂ ਹੈਗੇ, ਆਈ ਐਮ ਏ ਗਵਰਨਮੈਂਟ ਆਫਿਸਰ, ਔਰ ਅਸੀਂ ਇੱਕ ਤਰ੍ਹਾਂ ਨਾਲ ਤੁਹਾਡੇ ਲਈ ਅਸੀਂ ਇੱਕ ਮਾਰਕੀਟਿੰਗ ਵਾਲਾ ਕੰਮ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਰ੍ਹਾਂ ਤਰ੍ਹਾਂ ਦੇ ਫੋਨ ਨੰਬਰ ਕਰਕੇ, ਤਰ੍ਹਾਂ ਤਰ੍ਹਾਂ ਦੀ ਵਰਕਫੋਰਸ ਲਿਆ ਕੇ, ਕਰਫਿਊ ਦੀਆਂ ਪ੍ਰੋਬਲਮਸ ਦੇ ਬਾਵਜੂਦ ਅਸੀਂ ਇਹ ਕਦੇ ਕਲੇਮ ਨਹੀਂ ਕਰਦੇ ਕਿ ਪਹਿਲਾ ਸਿਸਟਮ ਪਰਫੈਕਟ ਸੀ ਜਾਂ ਹੁਣ ਪਰਫੈਕਟ ਹੈ। ਵੀ ਆਰ ਆਲਵੇਜ਼ ਓਪਨ ਟੂ ਕ੍ਰਿਟਿਸਿਜ਼ਮ, ਔਰ ਅਸੀਂ ਇਹਨੂੰ ਇੰਪਰੂਵ ਕਰਦੇ ਰਹਾਂਗੇ। ਔਰ ਇਸ ਗੱਲ ਇਹ ਹੈ ਵੀ ਆਪਾਂ ਨੂੰ ਟ੍ਰੇਡ ਆਫ ਇਹ ਕਰਨਾ ਹੈ ਕਿ ਬਾਹਰ ਅਗਰ ਭੀੜ 'ਚ ਲੋਕ ਆਉਂਦੇ ਨੇ, ਉਹਦੇ ਨਾਲ ਬਿਮਾਰੀ ਨੂੰ ਆਪਾਂ ਫੈਲਣ ਦੇਣਾ ਹੈ, ਕਿ ਥੋੜ੍ਹੀ ਬਹੁਤ ਤਕਲੀਫ ਝੱਲ ਕੇ ਆਪਾਂ ਅੱਗੇ ਇਸ ਚੀਜ਼ ਨੂੰ ਚਲਾਉਣਾ ਹੈ। ਔਰ ਮੈਂ ਤੁਹਾਨੂੰ ਇਹ ਗੱਲ ਵਾਜ਼ੇ ਕਰ ਦੇਣਾ ਚਾਹੁੰਦਾ ਹਾਂ ਕਿ ਵੀ ਇਹ ਕੋਈ ਨੋਰਮਲ ਹਾਲਾਤ ਨਹੀਂ ਹੈਗੇ। ਤੁਸੀਂ ਕੋਈ ਵੀ ਨੋਰਮਲ ਹਾਲਾਤ 'ਚ ਆਪਾਂ ਗਏ, ਸਬਜ਼ੀ ਲੈ ਆਉਂਦੀ, ਚੀਜ਼ਾਂ ਲੈ ਆਉਂਦੀਆਂ ਹੈਗੀਆਂ, ਇਹ ਤੁਹਾਡੇ ਹਿੱਤ ਲਈ ਸਾਰਾ ਕੀਤਾ ਗਿਆ। ਜਦੋਂ ਇਦਾਂ ਦੇ ਹੰਗਾਮੀ ਹਾਲਾਤ ਹੁੰਦੇ ਨੇ, ਥੋੜ੍ਹੀ ਬਹੁਤ ਇਸ 'ਚ ਜਿਹੜੀ ਤਕਲੀਫ ਹੈਗੀ ਹੈ ਉਹ ਕੋਈ ਹੋਣਾ, ਉਹ 'ਚ ਕੋਈ ਵੱਡੀ ਗੱਲ ਨਹੀਂ ਹੈ। ਬਟ ਸਾਡੀ ਜਿਹੜੀ ਜਿਹੜੀ ਇਸ 'ਚ ਸਾਡੀ ਕੋਈ ਜੋ ਮਨਸ਼ਾ ਹੈਗੀ ਆ, ਉਸ 'ਚ ਕੋਈ ਸਾਡੀ ਐਸੀ ਨਹੀਂ ਕਿ ਤੁਹਾਡੇ ਤੱਕ ਲੇਟ ਪਹੁੰਚੇ, ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਇਹ ਬਰੀਫਿੰਗ ਦਿੱਤੀ, ਔਰ ਅੱਗੇ ਵੀ ਮੈਂ ਤੁਹਾਨੂੰ ਅਗਲੇ ਦਿਨਾਂ 'ਚ ਬਰੀਫਿੰਗ ਦੇਣੀ ਆ। ਹੁਣ ਮੈਂ ਇਹ ਕੋਸ਼ਿਸ਼ ਕਰਨਾ ਵੀ ਇਸ ਨੀਰਸਤਾ ਨੂੰ ਤੋੜਨ ਦੇ ਲਈ, ਤੁਸੀਂ ਵੀ ਘਰਾਂ 'ਚ ਲਗਾਤਾਰ ਬੈਠੇ ਹੋ, ਸਾਡੇ ਅਫਸਰਾਂ ਦੀ ਵੀ ਲਗਾਤਾਰ ਲੱਗੇ ਆ, ਨਾ ਨੀਂਦ ਪੂਰੀ ਹੋ ਰਹੀ ਆ, ਫੋਨ ਲਗਾਤਾਰ ਚੱਲੀ ਜਾ ਰਿਹਾ, ਉਹਨੂੰ ਤੋੜਨ ਲਈ ਮੈਂ ਵਿੱਚ ਤੁਹਾਡੇ ਨਾਲ ਕਦੇ ਆਹ ਜਿਹੜੀ ਹੁਣ ਸਾਡੇ ਮਨ ਦੀਆਂ ਭਾਵਨਾਵਾਂ, ਉਹ ਕੋਈ ਗਾਣਾ ਹੋਏ, ਕੋਈ ਹੋਰ ਹੋਏ, ਉਹ ਵੀ ਮੈਂ ਸ਼ੇਅਰ ਕਰੂੰਗਾ। ਮਤਲਬ ਅਸੀਂ ਕੋਈ ਕੋਈ ਮਾਰਕੀਟਿੰਗ ਦੇ ਐਕਸਪਰਟ ਨਹੀਂ, ਬਟ ਸਾਡੀ ਕੋਸ਼ਿਸ਼ 'ਚ ਕੋਈ ਕਮੀ ਨਹੀਂ ਹੈਗੀ ਇਸ 'ਤੇ। ਜਿਵੇਂ ਕਿ ਕਿਸੇ ਵੱਡੇ ਸ਼ਾਇਰ ਨੇ ਕਿਹਾ ਕਿ ਹਮਨੇ ਕਿਆ ਕਿਆ ਨਾ ਕੀਆ, ਤੇਰੇ ਇਸ਼ਕ ਮੇਂ ਮਹਿਬੂਬ ਕੀਆ, ਸਬਰੇ ਅਯੂਬ ਕੀਆ, ਗਿਰਿਆ ਯਾਕੂਬ ਕੀਆ। ਮੇਰੀ ਤਾਂ ਉਰਦੂ ਵੀ ਓਡੀ ਅੱਛੀ ਨਹੀਂ। ਇਹਦਾ ਮਤਲਬ ਇਹ ਹੈ ਕਿ ਵੀ ਜਿਹੜੇ ਨੂੰ ਆਪਾਂ ਪਿਆਰ ਕਰਦੇ ਹਾਂ, ਤੁਸੀਂ ਮੇਰੇ ਪਰਿਵਾਰਕ ਮੈਂਬਰ ਹੋ, ਸਰਕਾਰ ਵੀ ਤੁਹਾਨੂੰ ਇੰਨਾ ਪਿਆਰ ਕਰਦੀ ਹੈ, ਮਾਨਯੋਗ ਮੁੱਖ ਮੰਤਰੀ ਸਾਹਿਬ, ਕੈਪਟਨ ਸਾਹਿਬ ਵੀ ਤੁਹਾਨੂੰ ਇੰਨਾ ਪਿਆਰ ਕਰਦੇ, ਅਸੀਂ ਜਿਹੜੇ ਸਾਰੇ ਇਕਦਾਮਾਤ ਕਰ ਰਹੇ ਹਾਂ ਇਹ ਅਸੀਂ ਤੁਹਾਡੇ ਇਸ਼ਕ 'ਚ ਤੁਹਾਡੇ ਪਿਆਰ 'ਚ ਹੀ ਕਰ ਰਹੇ ਹਾਂ। ਪਰ ਇਹ ਕਰਕੇ ਵੀ ਜੇ ਸਾਡੇ ਤੋਂ ਕੋਈ ਕਮੀ ਰਹਿ ਜੇ, ਉਹਨੂੰ ਖਿਮਾ ਕਰਿਓ, ਅਸੀਂ ਇੰਪਰੂਵ ਕਰਾਂਗੇ। ਔਰ ਇਹ ਮੈਂ ਅਗੇਨ ਤੀਜੀ ਚੌਥੀ ਵਾਰੀ ਰਿਪੀਟ ਕਰ ਰਿਹਾ, ਕੋਈ ਬੈਸਟ ਨਹੀਂ ਹੈਗਾ, ਇਹ 'ਚ ਕਮੀਆਂ ਵੀ ਨੇ, ਬਟ ਟ੍ਰੇਡ ਆਫ ਕੀ ਹੈ ਕਿ ਕੀ ਦੁਕਾਨਦਾਰ ਦੇ ਬੰਦਿਆਂ ਨੂੰ ਇੰਨੀ ਜਗ੍ਹਾ ਇਕੱਠੇ ਕਰਨਾ। ਅੱਛਾ, ਇੱਕ ਆਪਣੇ ਕਈ ਬੰਦੇ ਜਿਹੜੇ ਹੈਗੇ ਆ ਨਾ, ਉਹ ਇਹ ਨਹੀਂ ਬਾਰ ਬਾਰ ਇਹਨੂੰ ਸਮਝ ਨਹੀਂ ਪਾ ਰਹੇ ਵੀ ਇਹਦੀ ਕਿੰਨੀ ਕੁ ਇਹਦੀ ਹੈਗੀ ਹੈ, ਜਿਹੜੀ ਡਿਜ਼ੀਜ਼ ਹੈ ਉਸਦਾ ਪੱਧਰ ਕੀ ਹੈਗਾ, ਔਰ ਉਹਦਾ ਮਾਨਸਿਕ ਤੁਹਾਡੇ ਉਸ 'ਤੇ ਗੱਲ 'ਤੇ ਕੀ ਫਰਕ ਪੈਂਦਾ। ਮੈਂ ਆਮ ਤੌਰ 'ਤੇ ਜਿਹੜਾ ਵੈਸੇ ਇੰਪਰੋਮਟੂ ਬੋਲਦਾ, ਪਹਿਲੀ ਵਾਰੀ ਹੈ ਕਿ ਮੈਂ ਸਾਰੇ ਪੁਆਇੰਟ ਨੋਟ ਕਰਕੇ ਮੈਂ ਕੋਈ ਗੱਲ
ਮੇਰੇ ਪਰਿਵਾਰ ਨਾਲ ਗੱਲ ਕਰਨੀ, ਕੋਈ ਵਾਂਝੀ ਨਾ ਰਹਿ ਜੇ, ਮੈਂ ਸਾਰਾ ਕੁਝ ਨੋਟ ਕੀਤਾ। ਹੁਣ ਤੁਸੀਂ ਦੇਖੋ ਵੀ ਆਪਾਂ ਜਦੋਂ ਇਸ ਚੀਜ਼ 'ਚ ਜਦੋਂ ਕੋਈ ਸਿਸਟਮ ਚੱਲ ਰਿਹਾ, ਜਦੋਂ ਅਸੀਂ ਕਹਿ ਹੀ ਰਹੇ ਹਾਂ ਕਿ ਵੀ ਹੰਗਾਮੀ ਹਾਲਤ ਹੈ, ਨਥਿੰਗ ਕੈਨ ਬੀ ਪਰਫੈਕਟ, ਹੁਣ ਸਾਡੇ ਕੋਲ ਕੁਝ ਪੋਜ਼ਿਟਿਵ ਕੇਸ ਆ ਗਏ, ਜਿਹੜੇ ਕਿ ਨਵਾਂ ਸ਼ਹਿਰ ਵਾਲਾ ਕੇਸ ਸੀਗਾ, ਔਰ ਉਹ ਬੰਦੇ ਕਿਉਂਕਿ ਨੇੜੇ ਪੈਂਦਾ ਸੀ ਫਲੋਰ, ਉਹ ਫਲੋਰ ਦੇ ਇੱਕ ਪਿੰਡ ਵਿਰਕਦੇ ਸੀਗੇ, ਉਹ ਸਾਨੂੰ ਜਿਹੜਾ ਹੈਗਾ ਰੱਖਣੇ ਪਏ ਫਲੋਰ। ਆਊਟ ਆਫ ਕਰਿਓਸਿਟੀ ਸਾਡੇ ਇੱਕ ਪੱਤਰਕਾਰ ਸਾਹਿਬ ਗੁਰਾਇਆ ਨੇ, ਉਹ ਉਸ ਵਾਰਡ 'ਚ ਵੜ ਗਏ, ਉਹਨਾਂ ਨੇ ਜਾ ਕੇ ਇੱਕ ਵੀਡੀਓ ਵਾਇਰਲ ਕੀਤੀ ਜੋ ਕਿ 4 ਦਿਨ ਪੁਰਾਣੀ ਵੀਡੀਓ ਹੈ, ਜਿਸ ਦਿਨ ਕਿ ਉਹਨਾਂ ਨੂੰ ਅਸੀਂ ਨਵੇਂ ਨਵੇਂ ਲੈ ਕੇ ਆਏ ਸੀ, ਹੁਣ ਤਾਂ ਅਸੀਂ ਉਹਨਾਂ ਨੂੰ ਸਿਵਲ ਹਸਪਤਾਲ 'ਚ ਲੈ ਆਏ। ਉਹਦੇ ਨਾਲ ਦੇਖੋ ਹੁਣ ਵਾਇਰਲ ਹੋ ਕੇ ਲੋਕਾਂ ਨੂੰ ਹੁਣ ਵੀ ਮੈਸੇਜ ਜਾਈ ਜਾ ਰਿਹਾ ਕਿ ਵੀ ਇਹ ਪਤਾ ਨਹੀਂ ਅਸੀਂ ਧਿਆਨ ਨਹੀਂ ਕਰ ਰਹੇ, ਜੋ ਦੇਖੋ ਸਾਡੇ ਤੋਂ ਬਣ ਪਾ ਰਿਹਾ। ਆਈਸੋਲੇਸ਼ਨ ਵਾਰਡ 'ਚ ਕੋਈ ਘਰ ਵਰਗੀ ਸੁਵਿਧਾ ਨਹੀਂ ਹੋ ਸਕਦੀ, ਨਾਈਦਰ ਇਟਸ ਏ ਹੈਪੀ ਸਿਚੁਏਸ਼ਨ, ਮੈਂ ਉਸ 'ਤੇ ਵੀ ਆਊਂਗਾ। ਹੁਣ ਇਸ ਪੱਤਰਕਾਰ ਭਾਈ ਸਾਹਿਬ ਨੇ ਕੀ ਕੀਤਾ ਕਿ ਇਹ ਜਦੋਂ ਅੰਦਰ ਚਲੇ ਗਏ, ਇਹਨਾਂ ਦਾ ਐਕਸਪੋਜ਼ਰ ਹੋ ਗਿਆ, ਤਾਂ ਇਹਨਾਂ ਨੂੰ ਸਾਨੂੰ ਕੁਆਰੰਟਾਈਨ 'ਚ ਰੱਖਣਾ ਪਿਆ, ਇਹਨਾਂ ਦੇ ਘਰ ਦੇ ਬਾਹਰ ਸਾਨੂੰ ਮੋਹਰ ਲਾਉਣੀ ਪਈ, ਇਹਨਾਂ ਦੇ ਘਰ ਦੇ ਬਾਹਰ ਸਾਨੂੰ ਪਰਚਾ ਲਾਉਣਾ ਪਿਆ। ਔਰ ਇਸੇ ਤਰ੍ਹਾਂ ਹੀ ਅੱਜ ਮੈਂ ਕੋਈ ਸੋਸ਼ਲ ਮੀਡੀਆ 'ਤੇ ਖਬਰ ਪੜ੍ਹ ਰਿਹਾ ਸੀ ਕਿ ਮੱਧ ਪ੍ਰਦੇਸ਼ ਦੇ ਵਿੱਚ ਕਿਸੇ ਪੱਤਰਕਾਰ ਭਾਈ ਸਾਹਿਬ ਨੇ ਪੋਜ਼ੀਟਿਵ ਹੋ ਗਏ ਆਪ ਵੀ, ਔਰ ਹੋਰ 100 ਬੰਦੇ ਆ ਜਿਹੜੇ ਉਹਨਾਂ ਨੂੰ ਮਿਲੇ ਪੱਤਰਕਾਰ ਭਾਈਚਾਰਾ, ਉਹ ਸਾਰੇ ਇਸ ਸ਼ੱਕ ਦੇ ਘੇਰੇ 'ਚ ਆ ਗਏ। ਸੋ ਇਸ ਕਰਕੇ ਆਪਦੇ ਬਚਾਓ 'ਚ ਹੀ ਆਪਣਾ ਬਚਾਓ ਹੈਗਾ, ਔਰ ਇਸ ਮਹਾਂਮਾਰੀ ਤੋਂ ਕੋਈ ਮੈਂ ਤੁਹਾਨੂੰ ਡਰਾਉਣਾ ਨਹੀਂ ਚਾਹੁੰਦਾ, ਪਰ ਤੁਸੀਂ ਮੇਰੇ ਪਰਿਵਾਰਕ ਮੈਂਬਰ ਹੋ, ਤੁਸੀਂ ਇੱਕ ਗੱਲ ਨੂੰ ਸਮਝੋ ਕਿ ਇਹ ਚੀਜ਼ ਕਿੰਨੀ ਕੁ ਖਤਰਨਾਕ ਹੋ ਸਕਦੀ ਹੈ। ਜਿਹੜੀ 1918 ਦੇ ਵਿੱਚ ਇਸੇ ਤਰ੍ਹਾਂ ਦੀ ਇੱਕ ਫਲੂ ਆਈ ਸੀ, ਸਪੈਨਿਸ਼ ਫਲੂ, ਇਹਦੇ ਕੋਈ ਉਸ ਟਾਈਮ ਦੇ ਐਗਜੈਕਟ ਡਾਟੇ ਤਾਂ ਹੈ ਨਹੀਂ, ਵਰਲਡ ਓਵਰ ਇਹ ਕਿਹਾ ਜਾਂਦਾ, ਅੰਦਾਜ਼ੇ ਹੈ ਕਿ 5 ਕਰੋੜ ਤੋਂ ਲੈ ਕੇ 10 ਕਰੋੜ ਤੱਕ ਜਿਹੜੀ ਪਾਪੂਲੇਸ਼ਨ ਹੈ ਉਹਦੇ ਨਾਲ ਵਾਈਪ ਆਊਟ ਹੋ ਗਈ, ਲੋਕਾਂ ਦੀ ਜਾਨ ਚਲੀ ਗਈ। ਔਰ ਬਹੁਤ ਹੀ ਅਨਫਾਰਚੁਨੇਟਲੀ ਗੱਲ ਇਹ ਹੈਗੀ ਹੈ ਕਿ ਹਿੰਦੁਸਤਾਨ ਦੇ ਵਿੱਚ 1.5 ਕਰੋੜ ਤੋਂ ਲੈ ਕੇ 2.5 ਕਰੋੜ ਤੱਕ ਉਸ ਟਾਈਮ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਦਾ ਇੱਦਾਂ ਦਾ ਨੁਕਸਾਨ ਹੋਵੇ, ਔਰ ਉਸ ਦੇ ਵਿੱਚ ਤੁਸੀਂ ਅਗਰ ਇੰਟਰਨੈਟ 'ਤੇ ਜਾ ਕੇ ਅਗਰ ਇਹਦੀ ਔਥੈਂਟਿਸਿਟੀ ਵੀ ਚੈੱਕ ਕਰਨਾ ਚਾਹੋ, ਤਾਂ 1911 ਦੇ ਵਿੱਚ ਸਾਡੀ ਜਿਹੜੀ ਆਬਾਦੀ ਹੈ ਉਹ 25 ਕਰੋੜ 20 ਲੱਖ ਸੀਗੀ, ਔਰ 1921 ਦੇ ਵਿੱਚ 25 ਕਰੋੜ 13 ਲੱਖ ਰਹਿ ਗਈ, ਜਦਕਿ 1901 ਦੇ ਵਿੱਚ ਇਹੀ ਆਬਾਦੀ 23 ਕਰੋੜ ਸੀਗੀ, ਜਦਕਿ 10 ਵਰ੍ਹਿਆਂ 'ਚ ਲਗਭਗ ਇਹ 2-2.5 ਕਰੋੜ ਵਧਣੀ ਚਾਹੀਦੀ ਸੀ, ਕਿਉਂਕਿ 21 ਤੋਂ 31 ਤੱਕ ਦੇ ਅਗਰ ਤੁਸੀਂ ਫਿਗਰ ਦੇਖੋ ਤਾਂ 25 ਕਰੋੜ ਤੋਂ ਵੱਧ ਕੇ ਫਿਰ 2.5 ਕਰੋੜ ਹੁੰਦੀ ਹੈ। ਹੁਣ ਪਹਿਲੀ ਵਾਰੀ ਹੈ ਕਿ 11 ਤੋਂ ਲੈ ਕੇ 21 ਤੱਕ ਜਿਹੜੀ ਆਬਾਦੀ ਹੈ ਉਹ ਘਟੀ, ਕਿਉਂ ਘਟੀ, ਵਧਣ ਦੀ ਬਜਾਏ 25 ਤੋਂ 27.5 ਕਰੋੜ ਜਾਣੀ ਚਾਹੀਦੀ ਸੀ, ਰਹਿ ਗਈ ਘੱਟ ਕੇ 25 ਕਰੋੜ 13 ਲੱਖ, ਦੈਟ ਮੀਨਸ 2.5 ਕਰੋੜ ਲੋਕ ਕਿੱਥੇ ਚਲੇ ਗਏ, ਉਹ ਕਾਲ ਦੇ ਗ੍ਰਾਸ 'ਚ ਚਲੇ ਗਏ, ਕਿਉਂਕਿ ਉਸ ਟਾਈਮ ਇਹਨਾਂ ਲੋਕਾਂ ਨੂੰ ਪਤਾ ਨਹੀਂ ਸੀਗਾ, ਨਾ ਕੋਈ ਪ੍ਰਿਕੋਸ਼ਨ ਲਿੱਤੀ ਗਈ, ਉਹ 2.5 ਕਰੋੜ ਲੋਕ ਇਸੇ ਤਰ੍ਹਾਂ ਦਾ ਹੀ ਜ਼ੁਕਾਮ ਸੀਗਾ ਜਿਹਨੂੰ ਕਿ ਸਪੈਨਿਸ਼ ਫਲੂ ਕਹਿੰਦੇ ਆ, ਉਹਦੀ ਜੱਦ 'ਚ ਚਲੇ ਗਏ। ਹੁਣ ਜਿਹੜੇ ਸਾਡੇ PM ਸਾਹਿਬ ਨੇ, ਜਿਹੜੇ ਸਾਡੇ CM ਸਾਹਿਬ ਨੇ, ਸਾਡੀਆਂ ਸਰਕਾਰਾਂ ਨੇ, ਉਹ ਐਡਾ ਵੱਡਾ ਕਰਫਿਊ ਲਾ ਕੇ, ਐਡਾ ਵੱਡਾ ਗਰੋਸ ਡੋਮੈਸਟਿਕ ਪ੍ਰੋਡਕਟ, ਸਟੇਟ ਡੋਮੈਸਟਿਕ ਪ੍ਰੋਡਕਟ, ਉਹਦਾ ਜਿਹੜਾ ਇੰਨਾ 1000 ਕਰੋੜ ਰੁਪਏ ਦਾ ਲੋਸ ਹੋ ਰਿਹਾ, ਤੁਸੀਂ ਸਾਰੇ ਘਰਾਂ 'ਚ ਵਿਹਲੇ ਬੈਠੇ ਹੋ, ਕੋਈ ਹੈਪੀ ਸਥਿਤੀ ਨਹੀਂ ਹੈ। ਇਸ ਕਰਕੇ ਹੈ ਕਿ ਸਾਡੇ ਦੇਸ਼ ਦੀ ਆਬਾਦੀ ਬਹੁਤ ਵੱਡੀ ਹੈ, ਨੁਕਸਾਨ ਬਹੁਤ ਵੱਡਾ ਹੋ ਸਕਦਾ, ਤਾਂ ਕਿ ਤੁਹਾਨੂੰ ਮਹਿਫੂਜ਼ ਰੱਖਿਆ ਜਾਵੇ। ਔਰ ਜੋ ਫੈਮਿਲੀ 'ਤੇ ਇਹਦਾ ਟਰੋਮਾ ਹੁੰਦਾ, ਮੈਂ ਆਪਦੇ ਐਕਸਪੀਰੀਅੰਸ ਨਾਲ ਤੁਹਾਨੂੰ ਦੱਸਿਆ ਵੀ ਜਿਹੜੇ ਲੋਕ ਅੰਦਰ ਆਈਸੋਲੇਸ਼ਨ 'ਚ ਹੈ, ਉਹਨਾਂ ਨੂੰ ਅਸੀਂ ਬੜੀ ਮੁਸ਼ਕਿਲ ਨਾਲ ਉਹਨਾਂ ਦਾ ਮੋਰੈਲ ਉੱਚਾ ਰੱਖ ਰਹੇ ਹੈਗੇ ਹਾਂ, ਔਰ ਅਜੇ ਤਾਂ ਸੰਖਿਆ ਬਹੁਤ ਥੋੜ੍ਹੀ ਹੈ। ਜਦੋਂ ਇਹ ਸੰਖਿਆ ਵਧਣੀ ਹੈ ਤਾਂ ਇਹਦੀਆਂ ਹੋਰ ਸਮੱਸਿਆਵਾਂ ਵਧਣੀਆਂ ਨੇ ਕਿ ਪੋਜ਼ਿਟਿਵ ਲੋਕ ਜਿਹੜੇ ਆਈਸੋਲੇਸ਼ਨ 'ਚ ਨੇ, ਉਹਨਾਂ ਦਾ ਖਾਣਾ ਜਾਣਾ ਕੀ ਕਰਨਾ, ਬਾਕੀ ਲੋਕਾਂ ਨੂੰ ਕਿੱਦਾਂ ਬਚਾਉਣਾ, ਕਿਉਂਕਿ ਇਲਾਜ ਕਰਨ ਵਾਲੇ ਡਾਕਟਰ ਵੀ ਇਸ ਚੀਜ਼ ਨੂੰ ਵਲਨਰੇਬਲ ਹੈਗੇ ਨੇ, ਔਰ ਸਾਡੇ ਰਿਸੋਰਸਿਸ ਵੀ ਤੁਹਾਨੂੰ ਜਿਵੇਂ ਪਤਾ ਹੈਗਾ ਸਾਰੇ ਲਿਮਿਟਡ ਨੇ, ਜਦਕਿ ਸਰਕਾਰ ਨੇ ਪੂਰਾ ਇਹ 'ਚ ਕੋਈ ਕਸਰ ਕੋਰ ਬਾਕੀ ਨਹੀਂ ਰੱਖੀ। ਮੈਂ ਜੇ ਤੁਹਾਨੂੰ ਇੱਕ ਹੋਰ ਗੱਲ ਇਹਦੀ ਐਗਜ਼ਾਮਪਲ ਦਿੰਦਾ, ਜਿਹੜੇ ਇਹ ਜਿਹੜੀ 1918 ਦੇ ਵਿੱਚ ਆਪਣਾ ਨੁਕਸਾਨ ਹੋਇਆ ਵਰਲਡ ਓਵਰ, ਜਿਹੜੇ ਜਿੰਨੇ ਬੰਦੇ ਇਸ 'ਚ ਜਿਨ੍ਹਾਂ ਦੀ ਜਾਨ ਚਲੀ ਗਈ, ਕੋਈ ਡਰਾਉਣ ਵਾਲੀ ਗੱਲ ਨਹੀਂ, ਦੀਜ਼ ਆਰ ਫਿਗਰਸ, ਲੋਕ ਜਿਹੜੇ ਇਹਨੂੰ ਇੱਦਾਂ, ਕਿਉਂਕਿ ਕਰੋਨਾ ਇਨਵਿਜ਼ੀਬਲ ਹੈ, ਇਹ ਦਿਖਦਾ ਨਹੀਂ ਹੈਗਾ, ਜਿਹੜੇ
ਪਹਿਲੀ ਜੰਗ ਔਰ ਦੂਜੀ ਸੰਸਾਰ ਜੰਗ ਔਰ ਹੀਰੋਸ਼ੀਮਾ ਨਾਗਾਸਾਕੀ ਤੇ ਜਿਹੜੇ ਬੰਬ ਡਿੱਗੇ ਆ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਜਿੰਨੇ ਬੰਦਿਆਂ ਦੇ ਨੁਕਸਾਨ ਹੋਇਆ, ਜਿੰਨੀ ਉਹਨਾਂ ਦੀ ਜਾਨ ਗਈ, ਉਸ ਤੋਂ ਜ਼ਿਆਦਾ ਬੰਦਿਆਂ ਦੀ ਜਾਨ ਇਕੱਲਾ ਸਪੈਨਿਸ਼ ਫਲੂ ਨਾਲ ਚਲੀ ਗਈ। ਤੁਹਾਨੂੰ ਯਾਦ ਹੋਣਾ ਪਿੱਛੇ ਜੇ ਥੋੜ੍ਹੀ ਜਿਹੀ ਸਾਡੇ ਗੁਆਂਢੀ ਮੁਲਕ ਨਾਲ ਸਾਡੀ ਟੈਨਸ਼ਨ ਹੋਈ, ਔਰ 1971 'ਚ ਜਿਹੜੇ ਲੋਕ ਜਿਨ੍ਹਾਂ ਨੂੰ ਯਾਦ ਹੈਗਾ, ਜਿਹੜਿਆਂ ਨੇ ਦੇਖੀ ਹੋਣੀ, ਮੇਰਾ ਤਾਂ ਉਦੋਂ ਜਨਮ ਨਹੀਂ ਸੀ ਹੋਇਆ, ਕਿ ਆਪਾਂ ਜਾਨ ਬਚਾਉਣ ਲਈ ਰਾਤ ਨੂੰ ਬਲੈਕਆਊਟ ਕਰਕੇ ਲੋਕ ਘਰਾਂ 'ਚ ਵੜੇ ਰਹਿੰਦੇ ਸੀ। ਉਦੋਂ ਸਰਕਾਰ ਕੋਈ ਕਰਫਿਊ ਨਹੀਂ ਸੀ ਲਾਉਂਦੀ, ਲੋਕ ਅੰਦਰ ਵੜੇ ਰਹਿੰਦੇ ਸੀ ਕਿਉਂਕਿ ਆਪਾਂ ਨੂੰ ਦੁਸ਼ਮਣ ਸਾਹਮਣੇ ਨਜ਼ਰ ਆਉਂਦਾ ਸੀ। ਪਰ ਜੇ ਆਪਣੇ ਤੇ ਗੁਆਂਢੀ ਮੁਲਕ ਵੀ ਜਾਂ ਕੋਈ ਨੁਕਸਾਨ ਵੀ ਕਰ ਦੇਵੇ ਤਾਂ ਉਹ ਇਸ ਵਾਇਰਸ ਜਿੰਨਾ ਨੁਕਸਾਨ ਨਹੀਂ ਕਰ ਸਕਦਾ। ਵਾਇਰਸ ਜਿਵੇਂ ਮੈਂ ਤੁਹਾਨੂੰ ਦੱਸਿਆ, ਪੁਰਾਣਾ ਤਜਰਬਾ ਇਹ ਹੈ ਵੀ ਜੰਗਾਂ ਨਾਲੋਂ ਵੀ ਜ਼ਿਆਦਾ ਨੁਕਸਾਨ ਕਰ ਸਕਦਾ, ਪਰ ਲੋਕਾਂ ਨੂੰ ਕਿਉਂਕਿ ਦਿਖ ਨਹੀਂ ਰਿਹਾ ਔਰ ਉਹ ਇਸ ਦੀ ਗ੍ਰੈਵਿਟੀ ਨੂੰ ਨਾ ਸਮਝ ਕੇ ਸੜਕਾਂ ਤੇ ਆ ਰਹੇ ਨੇ। ਅੱਛਾ, ਇੱਕ ਹੋਰ ਮੈਂ ਤੁਹਾਨੂੰ ਦੱਸਦਾ ਵੀ ਜੇ ਮੰਨ ਲਓ ਸਾਡੇ ਬਾਰਡਰ ਤੋਂ ਹਮਲਾ ਹੁੰਦਾ, ਪਹਿਲਾਂ ਉਹ ਬਾਰਡਰ ਤੋਂ ਹੌਲੀ ਹੌਲੀ ਅੰਦਰ ਨੂੰ ਆਉਣਗੇ, ਇਹ ਜਿਹੜਾ ਦੁਸ਼ਮਣ ਹੈ ਇਹ ਐਡਾ ਚਲਾਕ ਹੈ, ਇਹ ਦਿਖਦਾ ਨਹੀਂ ਕਿਸੇ ਨੂੰ, ਇਹ ਤਾਂ ਆਲਰੇਡੀ ਇਕੱਲੇ ਇਕੱਲੇ ਘਰ 'ਚ ਵੜ ਚੁੱਕੇ ਹੈ, ਆਲਰੇਡੀ ਸਮਾਜ ਦੇ ਵਿੱਚ ਸਾਡੇ ਸਾਹਾਂ ਦੇ ਵਿੱਚ ਵੜ ਚੁੱਕੇ ਆ, ਸਾਨੂੰ ਪਤਾ ਨਹੀਂ ਲੱਗਦਾ ਵੀ ਮੇਰੇ ਬੰਦੇ ਜਿਹੜਾ ਸਾਹਮਣੇ ਬੰਦਾ ਸਾਹ ਲੈ ਰਿਹਾ ਉਹਦੇ ਰਾਹੀਂ ਮੇਰੇ ਅੰਦਰ ਇਹ ਆ ਰਿਹਾ ਕਿ ਨਹੀਂ ਆ ਰਿਹਾ। ਸੋ ਇਸ ਦੁਸ਼ਮਣ ਤੋਂ ਬਚੋ। ਪੀਐਮ ਸਾਹਿਬ, ਸੀਐਮ ਸਾਹਿਬ ਤੁਹਾਨੂੰ ਸਹੀ ਕਹਿ ਰਹੇ ਆ ਕਿ ਇਸ ਦੁਸ਼ਮਣ ਤੋਂ, ਇਹ ਬਾਹਰ ਤੁਹਾਡੀਆਂ ਗਲੀਆਂ 'ਚ ਘੁੰਮ ਰਿਹਾ, ਬਾਜ਼ਾਰਾਂ 'ਚ ਘੁੰਮ ਰਿਹਾ, ਇਸ ਦੁਸ਼ਮਣ ਤੋਂ ਬਚਣ ਲਈ ਜਿੱਦਾਂ ਬਲੈਕਆਊਟ ਹੁੰਦਾ ਆਪਦੇ ਘਰਾਂ 'ਚ ਬੈਠ ਜਾਓ, ਜਿਵੇਂ ਜੰਗ 'ਚ ਆਪਾਂ ਬੈਠਦੇ ਹਾਂ। ਔਰ ਤੁਹਾਨੂੰ ਮੈਂ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ, ਮੈਂ ਅੱਜ ਹੀ ਨੈੱਟ ਤੋਂ ਸਰਚ ਕੀਤਾ ਕਿ 1971 ਦੀ ਜਿਹੜੀ ਪਾਕਿਸਤਾਨ ਨਾਲ ਜੰਗ ਚੱਲੀ ਉਹ 13 ਦਿਨ ਚੱਲੀ ਸਿਰਫ, ਔਰ ਅੱਜ ਤੱਕ ਆਪਾਂ ਨੂੰ ਪਤਾ ਹੈ ਕਿ ਵੀ ਉਹਦੇ ਕਿੰਨੇ ਆਫਟਰਮੈਥਸ ਹੋਏ। ਔਰ ਜਿਹੜੀ 1962 ਦੀ, ਜਿਸ 'ਚ ਕਿ ਸਾਡਾ ਐਡਾ ਨੁਕਸਾਨ ਹੋਇਆ, ਉਹ ਜਿਹੜੀ ਜੰਗ ਹੈਗੀ ਹੈ ਚੀਨ ਨਾਲ ਸਿਰਫ 31 ਦਿਨ ਚੱਲੀ। ਹੁਣ ਇਹ ਜਿਹੜੀ ਜੰਗ ਹੈਗੀ ਹੈ ਜਿਹੜੇ ਮੁਲਕਾਂ 'ਚ, ਚੀਨ 'ਚ ਨਵੰਬਰ 'ਚ ਜਾ ਕੇ ਸ਼ੁਰੂ ਹੋਇਆ, ਹੁਣ 5 ਮਹੀਨਿਆਂ ਬਾਅਦ ਇਹਨੂੰ ਠੱਲ ਪਈ ਹੈ। ਪੀਐਮ ਸਾਹਿਬ ਨੇ ਬੜੀ ਸੂਝਮੱਤਾ ਰੱਖਦੇ ਹੋਏ ਔਰ ਸਾਡੇ ਸੀਐਮ ਸਾਹਿਬ ਹੋਰਾਂ ਨੇ ਐਡੀ ਸੂਝਮੱਤਾ ਰੱਖਦੇ ਹੋਏ ਪਹਿਲਾਂ ਤੋਂ ਹੀ ਜਿਹੜਾ ਇਹਦਾ ਲੋਕਆਊਟ ਸ਼ੁਰੂ ਕਰਤਾ, ਔਰ ਪੰਜਾਬ 'ਚ ਤਾਂ ਈਵਨ ਕਰਫਿਊ ਤੱਕ ਵੀ ਚਲੇ ਗਏ ਵੀ ਸਾਡਾ ਨੁਕਸਾਨ ਨਾ ਹੋਵੇ, ਕਿਉਂਕਿ ਸਾਡੇ ਪੋਜ਼ਿਟਿਵ ਕੇਸ ਜਿੰਨੇ ਸੀਗੇ ਉਹਨਾਂ ਨੂੰ ਦੇਖਦੇ ਹੋਏ ਵੀ ਪੰਜਾਬੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ। ਹੁਣ ਇਹ ਸਿਰਫ ਆਪਣਾ 21 ਦਿਨਾਂ ਦਾ ਲੋਕਡਾਊਨ ਹੈਗਾ, ਔਰ ਜੇ ਤੁਸੀਂ ਸਹਿਯੋਗ ਨਹੀਂ ਦਿਓਗੇ ਇਹ ਵੱਧ ਵੀ ਸਕਦਾ। ਸੋ ਕੀ ਤੁਸੀਂ ਸਮਝਦੇ ਹੋ ਵੀ ਇਹ ਕਿਸੇ ਜੰਗ ਤੋਂ ਘੱਟ ਹੈ? ਜਿਵੇਂ ਪਹਿਲੀਆਂ ਜੰਗਾਂ ਤੁਹਾਨੂੰ ਦੱਸੀਆਂ ਵੀ 13 ਦਿਨ ਤੇ 31 ਦਿਨ ਚੱਲੀ ਹੈ, ਇਹ ਜੰਗ ਇਦੋਂ ਵੀ ਲੰਬੀ ਚੱਲ ਸਕਦੀ ਹੈ। ਤੁਸੀਂ ਕਿਰਪਾ ਕਰਕੇ ਇਹਨੂੰ ਸੀਰੀਅਸਲੀ ਲਓ। ਇਹਨੂੰ ਲੜਨ ਦਾ ਸਿਰਫ ਇੱਕੋ ਤਰੀਕਾ ਹੈਗਾ ਕਿ ਆਪਾਂ ਆਪਦੇ ਆਪਦੇ ਘਰਾਂ ਦੇ ਵਿੱਚ ਰਹੀਏ। ਮੈਂ ਥੋੜ੍ਹੀ ਜਿਹੀ ਤੁਹਾਨੂੰ ਇਸ 'ਤੇ ਅਧਿਆਤਮਕ ਵੱਲ ਵੀ ਮੈਂ ਅੱਜ ਸਾਰਾ ਇਸ 'ਤੇ ਸੋਚੀ ਹੈਗੀ ਹੈ ਗੱਲ। ਪੀਐਮ ਸਾਹਿਬ ਨੇ ਇੱਕ ਆਹਵਾਨ ਕੀਤਾ ਵੀ ਜਿਹੜਾ ਮਹਾਭਾਰਤ ਦਾ ਯੁੱਧ ਹੈ ਉਹ 18 ਦਿਨ ਚੱਲਿਆ, ਮੈਂ ਤਾਂ ਤੁਹਾਨੂੰ 21 ਦਿਨ ਮੰਗੇ ਆ। ਹੁਣ ਮਹਾਭਾਰਤ ਦੇ ਯੁੱਧ 'ਚ ਤੁਸੀਂ ਇਮੈਜਿਨ ਕਰੋ ਵੀ ਜਿਵੇਂ ਰੱਥ 'ਤੇ ਜਿਸ ਵੇਲੇ ਖੜਿਆ ਹੈਗਾ ਅਰਜੁਨ, ਉਹਨੂੰ ਜਿਹੜੀ ਆਲੇ ਦੁਆਲੇ ਤੋਂ ਚੀਕ ਪੁਕਾਰ ਆਉਂਦੀ ਹੈ, ਉਹਦਾ ਧਿਆਨ ਕਿੰਨਾ ਹਟਦਾ ਹੈਗਾ, ਔਰ ਉਸ ਧਿਆਨ ਤੋਂ ਹਟਾ ਕੇ ਉਹਨੂੰ ਫੋਕਸ ਕਰਨ ਦੇ ਲਈ ਉਹਨੂੰ ਕ੍ਰਿਸ਼ਨ ਜੀ ਮਹਾਰਾਜ ਨੇ ਕਿੱਡਾ ਵੱਡਾ ਜਿਹੜਾ ਉਹਨੂੰ ਫੋਕਸ ਕਰਨ ਦਾ, ਆਪਦੇ ਕੰਮ 'ਤੇ ਕਰਮ ਯੋਗ ਦਾ ਜਿਹੜਾ ਸੰਦੇਸ਼ ਦਿੱਤਾ, ਉਹਨੇ ਆਪਦੇ ਕਰਮ 'ਤੇ ਜਿਹੜਾ ਹੈਗਾ ਸਾਰਾ ਫੋਕਸ ਕੀਤਾ ਕ੍ਰਿਸ਼ਨ ਜੀ ਮਹਾਰਾਜ ਨੇ, ਤਾਂ ਜਾ ਕੇ ਜਿਹੜੀ ਮਹਾਭਾਰਤ ਦੀ ਜੰਗ ਹੈ ਉਹਦਾ ਸਹੀ ਨਤੀਜਾ ਹੋਇਆ। ਹੁਣ ਇਹ ਸਾਡੇ ਦੇਸ਼ ਦੀ ਕਰੋਨਾ ਦੇ ਨਾਲ ਜੰਗ ਹੈਗੀ ਹੈ, ਇਹਦੇ 'ਚ ਸਭ ਤੋਂ ਅੱਗੇ ਰੱਥ ਖੜੇ ਆ ਪੀਐਮ ਸਾਹਿਬ ਦਾ, ਮੈਂ ਉਹਨਾਂ ਨੂੰ ਦੇਖ ਪਾ ਰਿਹਾ ਕਿਉਂਕਿ ਅਸੀਂ ਵੀ ਉਹਨਾਂ ਦੀ ਫੌਜ 'ਚ ਹੈਗੇ ਹਾਂ, ਔਰ ਉਸ ਤੋਂ ਪਿੱਛੇ ਰੱਥ ਖੜੇ ਆ ਸਾਡੇ ਸੀਐਮ ਸਾਹਿਬ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਦਾ, ਉਹ ਇਹਨੂੰ ਯੁੱਧ ਲੜ ਰਹੇ ਆ। ਫਿਰ ਡੀਜੀਪੀ ਸਾਹਿਬ ਹੈਗੇ ਨੇ, ਜਿਹੜੀ ਪੁਲਿਸ ਫੋਰਸ ਹੈ ਸਾਰੀ, ਔਰ ਚੀਫ ਸੈਕਟਰੀ ਸਾਹਿਬ ਨੇ, ਵੱਖ ਵੱਖ ਮਹਿਕਮਿਆਂ ਦੇ ਜਿਹੜੇ ਸੈਕਟਰੀ ਹੈਗੇ ਨੇ, ਫਿਰ ਅਸੀਂ ਫੀਲਡ ਦੇ ਵਿੱਚ SSPs ਹੈ, CP ਨੇ, ਮੈਂ ਅਸੀਂ ਔਰ ਸਾਡੇ ਡਾਕਟਰ ਨੇ, ਨਰਸਾਂ ਨੇ, ਮੀਡੀਆ ਪਰਸਨਸ ਨੇ, ਸਫਾਈ ਕਰਮਚਾਰੀ ਨੇ, ਇਹ ਸਾਰੇ ਆਪਦੇ ਆਪਦੇ ਰਥਾਂ 'ਤੇ ਅੱਜ ਸਵਾਰ ਨੇ। ਹੁਣ ਹੁੰਦਾ ਕੀ ਹੈ ਵੀ ਜਦੋਂ ਮਹਾਭਾਰਤ ਦਾ ਯੁੱਧ ਹੋਇਆ, ਪਾਂਡਵਾਂ ਨੂੰ ਸਾਹਮਣੇ ਦਿਖ ਰਹੇ ਸੀ ਕੌਰਵ,
ਸਿੱਧਾ ਜਦੋਂ ਤੀਰ ਆਉਂਦਾ ਉਹਨਾਂ ਨੂੰ ਦਿਖਦਾ ਔਰ ਸਿੱਧਾ ਤੀਰ ਛੱਡਦੇ ਆ, ਪਰ ਸਾਡਾ ਜਿਹੜਾ ਦੁਸ਼ਮਣ ਹੈ ਅਫਸੋਸ ਦੀ ਗੱਲ ਆ ਉਹ ਦਿਖ ਹੀ ਨਹੀਂ ਰਿਹਾ, ਕਿਸੇ ਨੂੰ ਪਤਾ ਹੀ ਨਹੀਂ ਵੀ ਤੀਰ ਕਿੱਧਰ ਨੂੰ ਛੱਡੀਏ, ਇਸ ਕਰਕੇ ਲੋਕ ਸਮਝ ਰਹੇ ਵੀ ਇਹ ਤਾਂ ਐਵੇਂ ਕਮਲੇ ਨੇ ਰੱਥਾਂ 'ਤੇ ਚੜ੍ਹੇ ਹੋਏ ਨੇ, ਵੀ ਕੋਈ ਲੋੜ ਹੀ ਨਹੀਂ ਉਹਨਾਂ ਨੂੰ, ਲੱਗ ਹੀ ਨਹੀਂ ਰਿਹਾ ਵੀ ਇਹ ਜੰਗ ਹੈ, ਜਦਕਿ ਜੰਗ ਆਲਰੇਡੀ ਲੱਗ ਚੁੱਕੀ ਹੈ ਕਰੋਨਾ ਦੇ ਨਾਲ। ਅੱਛਾ, ਪਹਿਲੀ ਜੰਗ 'ਚ ਇੱਕ ਹੋਰ ਮੈਂ ਤੁਹਾਨੂੰ ਦੱਸਦਾ, ਜਿਹੜੇ ਅਰਜੁਨ ਨੂੰ ਡਿਸਟਰਬ ਕਰਨ ਵਾਲੇ ਸੀਗੇ ਉਹ ਬੰਦੇ ਸਿਰਫ ਉਹਦੇ ਨਾਲ ਦੇ ਯੋਧਾ ਸੀਗੇ, ਉਹਨਾਂ ਦੀ ਚੀਖ ਪੁਕਾਰ ਉਹਨੂੰ ਆ ਰਹੀ ਸੀ, ਜਿਹੜੇ ਉਹਨਾਂ ਦੇ ਸਿਵਿਲੀਅਨ ਸੀਗੇ ਉਹ ਆਪਦੇ ਆਪਦੇ ਘਰਾਂ 'ਚ ਸੀਗੇ। ਪੁਰਾਣੇ ਟਾਈਮਾਂ 'ਚ ਜਦੋਂ ਜੰਗ ਹੁੰਦੀ ਔਰਤਾਂ ਬੱਚਿਆਂ ਨੂੰ ਔਰ ਜਿਹੜੇ ਏਬਲ ਬੋਡੀਡ ਨਹੀਂ ਸੀ ਹੁੰਦੇ ਬਜ਼ੁਰਗ ਉਹਨਾਂ ਨੂੰ ਘਰੇ ਛੱਡ ਜਾਂਦੇ ਸੀ, ਪਰ ਇੱਥੇ ਅਫਸੋਸ ਇਹ ਹੈ ਸੋਸ਼ਲ ਮੀਡੀਆ 'ਤੇ ਆ ਜਿਹੜੇ ਬੰਦਿਆਂ ਨੂੰ ਖਾਦ ਖੁਰਾਕ ਨਹੀਂ ਮਿਲ ਰਹੀ, ਜਦੋਂ ਅਰਜਨ ਦੇ ਟਾਈਮ 'ਚ ਆਉਣਾ ਅਰਜਨ ਦੇ ਦਿਮਾਗ 'ਚ ਇੰਨੀ ਟੈਨਸ਼ਨ ਹੋਣੀ ਹੈ ਕਿ ਵੀ ਮੈਂ ਜੰਗ 'ਚ ਖੜੇ ਹਾਂ ਤਾਂ ਮੇਰੇ ਜਿਹੜੇ ਸੈਨਿਕ ਨੇ ਅਤੇ ਨਾਲ ਦੇ ਯੋਧਾ ਨੇ ਮੈਂ ਸਿਰਫ ਇਹਨਾਂ ਨੂੰ ਖਾਦ ਖੁਰਾਕ ਦੇਣੀ ਹੈ ਅਤੇ ਇਹਨਾਂ ਦੀ ਚੀਖ ਪੁਕਾਰ ਤੋਂ ਬਚਣਾ ਹੈ। ਪਰ ਅੱਜ ਕੀ ਹੋ ਰਿਹਾ ਕਿ ਜੋ ਕਰੋਨਾ ਸਾਡੇ ਸਾਹਮਣੇ ਖੜੇ ਆ, ਅਸੀਂ ਜੰਗ ਲੜ ਰਹੇ ਹਾਂ, ਜਿਹੜੇ ਬੈਕ ਹੋਮ ਸਾਡੇ ਸਿਵਿਲੀਅਨਸ ਨੇ ਉਹਨਾਂ ਦਾ ਵੀ ਅਸੀਂ ਧਿਆਨ ਰੱਖਣਾ, ਉਹਨਾਂ ਦੀ ਚੀਖ ਪੁਕਾਰ ਵੀ ਸਾਡੇ ਕੰਨਾਂ 'ਚ ਪੈ ਰਹੀ ਹੈ ਵੀ ਸਾਨੂੰ ਦੁੱਧ ਦਿਓ, ਸਾਨੂੰ ਸਬਜ਼ੀਆਂ ਦਿਓ, ਸਾਨੂੰ ਰਾਸ਼ਨ ਦਿਓ। ਜੇ ਅਰਜੁਨ ਦੇ ਨਾਲ ਵੀ ਉਹਦਾ ਸਾਰਾ ਯਾਨੀ ਕਿ ਜਿਹੜਾ ਪਰਿਵਾਰ ਤੁਰ ਪੈਂਦਾ ਔਰ ਸਾਰੇ ਉਹਨੂੰ ਪਿੱਛੋਂ ਖਿੱਚਦੇ, ਫਿਰ ਪਤਾ ਨਹੀਂ ਕ੍ਰਿਸ਼ਨ ਜੀ ਮਹਾਰਾਜ ਕਿਵੇਂ ਉਹਨੂੰ ਫੋਕਸ ਕਰ ਪਾਉਂਦੇ ਕਿਵੇਂ ਨਹੀਂ ਕਰ ਪਾਉਂਦੇ ਮੈਨੂੰ ਨਹੀਂ ਪਤਾ, ਮੈਂ ਜ਼ਿੰਮੇਵਾਰੀ ਤੋਂ ਨਹੀਂ ਭੱਜ ਰਿਹਾ, ਪਰ ਜਿਹੜੇ ਸਿਵਿਲੀਅਨਸ ਨੇ ਮੈਂ ਉਹਨਾਂ ਨੂੰ ਇਹ ਸਮਝਾਉਣਾ ਚਾਹੁੰਦਾ ਕਿ ਜਿਹੜੇ ਤੁਹਾਡੇ ਯੋਧਾ ਹੈਗੇ ਨੇ ਉਹਨਾਂ ਨੂੰ ਘੱਟੋ ਘੱਟ ਆਪਦੇ ਕੰਮ 'ਤੇ ਫੋਕਸ ਕਰਨ ਦਿਓ। ਔਰ ਜਦੋਂ ਕੋਈ ਜੰਗ ਹੁੰਦੀ ਹੈ, ਮੈਂ ਤੁਹਾਨੂੰ ਬੜੀ ਇਹ ਬੜੀ ਵਾਜ਼ੇ ਕਰ ਦੇਣਾ ਚਾਹੁੰਦਾ ਗੱਲ ਕਿ ਜੰਗ ਇੱਕ ਨੋਰਮਲ ਹਾਲਾਤ ਨਹੀਂ ਹੁੰਦੇ ਹੈਗੇ, ਜਿਹੜੀ ਵੀ ਕੋਈ ਜੰਗ ਹੁੰਦੀ ਹੈ ਉਹ 'ਚ ਸਪਲਾਈਜ਼ 'ਤੇ ਵੀ ਅਸਰ ਹੁੰਦਾ ਹੈ, ਲੋਕ ਥੋੜ੍ਹਾ ਘੱਟ ਵੀ ਖਾ ਕੇ ਤਾਂ ਵੀ ਜਿਉਂਦੇ ਰਹਿ ਲੈਂਦੇ ਹੈਗੇ ਨੇ, ਪਰ ਉਹ ਇਸ ਗੱਲ ਨੂੰ ਸੁਨਿਸ਼ਚਿਤ ਕਰਦੇ ਨੇ ਕਿ ਸਾਡੇ ਯੋਧਾ ਨੇ ਜਿਹੜੇ ਉਹਨਾਂ ਦੀ ਕੰਸੈਂਟ੍ਰੇਸ਼ਨ 'ਤੇ ਕੋਈ ਫਰਕ ਨਾ ਪਵੇ। ਅਜੇ ਤਾਂ ਸਿਰਫ ਇਹ 2 ਦਿਨ ਪਹਿਲਾਂ ਸ਼ੁਰੂ ਹੀ ਹੋਇਆ ਹੈਗਾ, ਅਜੇ ਤਾਂ ਸਿਰਫ ਅਸੀਂ ਸਪਲਾਈ ਲਾਈਨਸ ਦੀਆਂ ਮੈਂ ਗੱਲਾਂ ਕਰ ਰਿਹਾ, ਤੁਹਾਨੂੰ ਵੀ ਲੱਗਦਾ ਹੋਣਾ ਵੀ ਡੀਸੀ ਨੇ ਪਤਾ ਨਹੀਂ ਸਪਲਾਈ ਲਾਈਨ ਬਣਾਉਣੀ ਹੈ ਨਹੀਂ ਬਣਾਉਣੀ ਹੈ, ਘਰੇ ਆਊਗਾ ਕਿ ਨਹੀਂ ਆਊਗਾ, ਪਰ ਤੁਹਾਡੇ ਘਰੇ ਤਾਂ ਉਦੋਂ ਆਊਗਾ ਜਾਂ ਜੇ ਮੈਂ ਕਰਫਿਊ 'ਚ ਛੂਟ ਵੀ ਦੇ ਦਾਂ। ਅੱਜ ਦੀ ਡੇਟ 'ਚ ਸਾਡੀਆਂ ਸਪਲਾਈ ਲਾਈਨਸ ਫੁੱਲ ਨੇ, ਅੱਜ ਦੀ ਡੇਟ 'ਚ ਸਬਜ਼ੀ ਵੀ ਪੁਰਾਣੀ ਪਈ ਹੈ, ਸਾਡੇ ਕੋਲ ਪੁਰਾਣਾ ਸਟਾਕ ਸਾਰੀ ਚੀਜ਼ ਦਾ ਪਿਆ, ਅਸੀਂ ਪੀਐਮ ਸਾਹਿਬ ਨੇ ਅਸ਼ੋਰ ਕੀਤਾ ਹੈ ਸਾਰੀ ਚੀਜ਼ ਆਊਗੀ। ਪਰ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਲੋਕਡਾਊਨ ਹੈ ਮਹਾਰਾਸ਼ਟਰਾ 'ਚ ਵੀ ਹੈ ਔਰ ਪਿਆਜ਼ ਦੇ ਟਰੱਕ ਉੱਥੋਂ ਆਉਣੇ ਆ, ਕੀ ਇੰਨੇ ਕਰਫਿਊ ਕਰਕੇ ਉਹਨਾਂ ਦੀ ਮੂਵਮੈਂਟ 'ਚ ਕੁਛ ਨਾ ਕੁਛ ਸਲੋ ਡਾਊਨ ਤਾਂ ਹੋਊਗਾ ਹੀ ਨਾ, ਜਾਂ ਉੱਥੋਂ ਦੇ ਕਿਸਾਨ ਆ ਉਹਨਾਂ ਨੇ ਵੀ ਆਪਦੀ ਜਾਨ ਬਚਾਉਣੀ ਹੈ, ਉਹਨਾਂ ਦਾ ਖੇਤ ਜਾਂਦੇ ਉਹਨਾਂ ਨੂੰ ਵੀ ਮਾੜਾ ਮੋਟਾ ਡਰ ਤਾਂ ਲੱਗਦਾ ਹੀ ਹੋਣਾ। ਸੋ ਆਉਣ ਵਾਲੇ ਦਿਨਾਂ 'ਚ ਜਿੱਦਾਂ ਜੰਗ 'ਚ ਕੋਈ ਚੀਜ਼ ਘਟਦੀ ਹੈ ਥੋੜ੍ਹੀ ਬਹੁਤ, ਜੇ ਘਟ ਜੇ ਕੀ ਆਪਾਂ ਨੂੰ ਇਹ ਨਹੀਂ ਚਾਹੀਦਾ ਕਿ ਵੀ ਆਪਾਂ ਥੋੜ੍ਹਾ ਜਿਹਾ ਤਹੱਮਲ ਰੱਖੀਏ, ਸਬਰ ਰੱਖੀਏ। ਅਜੇ ਇਸ ਤੋਂ ਆਉਣ ਵਾਲੇ 21 ਦਿਨਾਂ ਦੇ ਵਿੱਚ ਜੇ ਮੰਨ ਲਓ ਮੈਂ ਇਹ ਕਹਿੰਦਾ ਵੀ ਮੇਰਾ ਇਹ ਸਪਲਾਈ ਵਾਲਾ ਸਿਸਟਮ ਸਾਰਾ ਠੀਕ ਵੀ ਹੋ ਜੇ, ਮੈਂ ਪੂਰੀ ਕੋਸ਼ਿਸ਼ ਕਰੂੰਗਾ, ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਆ ਜਾਣ। ਹੁਣ ਇੱਥੇ ਜਿਹੜੀ ਸਪਲਾਈ ਆਉਂਦੀ ਹੈ ਅਦਰਕ ਹਿਮਾਚਲ ਤੋਂ ਆਉਂਦਾ, ਪਿਆਜ਼ ਉੱਧਰੋਂ ਆਉਂਦੇ ਹੈਗੇ ਆ, ਸਾਰਾ ਅੰਗੂਰ ਹੈ, ਪਪੀਤਾ ਹੈ, ਸਾਰਾ ਕੁਛ ਮਹਾਰਾਸ਼ਟਰ ਤੋਂ ਆਉਂਦਾ ਹੈਗਾ ਡਿਸਪਾਈਟ ਆਰ ਬੈਸਟ ਐਫਰਟਸ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ 'ਚ ਥੋੜ੍ਹੀ ਬਹੁਤ ਕਦੇ ਕਮੀ ਵੀ ਆ ਸਕਦੀ ਹੈ? ਕੀ ਇਹ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਬਗੈਰ ਜਿਉਂਦੇ ਨਹੀਂ ਰਿਹਾ ਜਾ ਸਕਦਾ? ਔਰ ਲੋਕਾਂ ਨੇ ਪਿਛਲੇ ਦਿਨਾਂ 'ਚ ਇੰਨੀ ਜੰਮ ਕੇ ਖਰੀਦਦਾਰੀ ਕੀਤੀ ਹੈਗੀ ਹੈ, ਕੁਛ ਹਫ਼ਤੇ ਲਈ ਤਾਂ ਉਹ ਸਾਡਾ ਸਾਥ ਦੇ ਸਕਦੇ ਨੇ। ਮੈਂ ਜ਼ਿੰਮੇਵਾਰੀ ਤੋਂ ਨਹੀਂ ਭੱਜ ਰਿਹਾ, ਅਸੀਂ ਸਾਰੀ ਚੀਜ਼ ਹਰ ਰੋਜ਼ ਇੰਪਰੂਵ ਕਰਾਂਗੇ, ਮੈਂ ਅਗੇਨ ਅਗੇਨ ਰਿਪੀਟ ਕਰ ਰਿਹਾ। ਫਿਰ ਇਹ 'ਚ ਮਸਲਾ ਇਹ ਵੀ ਉੱਠਦਾ ਹੈ ਜਿਹੜਾ ਇਹ ਹੋਮ ਸਪਲਾਈ ਹੈ, ਦੂਸਰਾ ਤੀਸਰਾ ਚੌਥਾ ਸਿਸਟਮ ਹੈ, ਇਹ ਹੈਗਾ ਜਿਹੜੇ ਬੰਦੇ ਕੋਲ ਪੈਸਾ ਉਹਦੇ ਲਈ ਤਾਂ ਠੀਕ ਹੈ, ਪਰ ਜਿਹੜੇ ਜ਼ਿਆਦਾ ਗਰੀਬ ਨੇ ਉਹਨਾਂ ਦੀ ਵੀ ਗੱਲ ਆ ਰਹੀ ਹੈ। ਮੈਂ ਉਹਨਾਂ ਲਈ ਬੇਨਤੀ ਕਰਦਾ ਕਿ ਕੇਂਦਰ ਦੀ ਸਰਕਾਰ, ਪੰਜਾਬ ਦੀ ਸਰਕਾਰ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤਾਂ ਪਹਿਲਾਂ ਹੀ ਜਿਹੜੀ ਡਿਮਾਂਡ ਹੈਗੀ ਉੱਪਰ ਭੇਜਤੀ ਹੈਗੀ ਆ, ਐਂਡ ਆਈ ਐਮ ਹੋਪਫੁੱਲ ਜਦੋਂ ਵੀ ਸਰਕਾਰ ਕੋਸ਼ਿਸ਼ ਕਰੇਗੀ, ਜਦੋਂ ਵੀ ਕੋਈ ਸਕੀਮ ਆਉਂਦੀ ਹੈ ਅਸੀਂ ਉਹਨਾਂ ਤੱਕ ਪਹੁੰਚਾਂਗੇ। ਹੁਣ ਵੀ ਅਸੀਂ ਕੋਈ ਸਹਿਯੋਗੀ ਸੱਜਣ ਸਾਨੂੰ ਫੋਨ ਕਰ ਰਹੇ ਆ, ਅਸੀਂ ਕੋਸ਼ਿਸ਼
ਕਰਾਂਗੇ ਕਿ ਉਹਨਾਂ ਤੱਕ ਪਹੁੰਚਿਆ ਜਾਵੇ। ਬਟ ਤੁਸੀਂ ਇੱਕ ਗੱਲ ਦੇਖੋ, ਤੁਹਾਡੇ ਤੱਕ ਪਹੁੰਚਣ ਦੇ ਲਈ, ਜਾਂ ਮੰਨ ਲਓ ਮੇਰੇ ਕੋਲ ਸਮਾਨ ਆ ਵੀ ਜਾਵੇ ਤੁਹਾਡੇ ਘਰਾਂ ਤੱਕ ਪਹੁੰਚਾਉਣ ਲਈ, ਪੁਲਿਸ ਫੋਰਸ ਹੈਗੀ ਹੈ ਜਾਂ ਸਿਵਿਲੀਅਨਸ ਹੈਗੇ ਨੇ। ਸਿਵਿਲੀਅਨਸ ਦੇ ਵਿੱਚ ਤੁਸੀਂ ਦੇਖੋ ਸਾਰੇ ਜਣੇ ਆਪਦੀ ਆਪਦੀ ਡਿਊਟੀ 'ਤੇ ਪਹਿਲਾਂ ਲੱਗੇ ਨੇ, ਪੁਲਿਸ ਕਰਫਿਊ ਵਾਲੀਆਂ ਡਿਊਟੀਆਂ ਵੀ ਦੇ ਰਹੀ ਹੈ, ਨੋ ਡਾਊਟ ਅਸੀਂ ਸਾਰਾ ਕੁਝ ਕਰਾਂਗੇ। ਪਰ ਜਦੋਂ ਇਹ ਇੰਪਲੋਈਜ਼ ਉਸ ਸਕੇਲ 'ਤੇ ਉਸ ਘਰ ਘਰ ਜਾਣਗੇ, ਤੁਸੀਂ ਇਹ ਦੇਖੋ ਵੀ ਇਹ ਕਿੱਡਾ ਵੱਡਾ ਟਾਸਕ ਹੈ ਇਕੱਲੇ ਇਕੱਲੇ ਘਰ ਘਰ ਤੱਕ ਪਹੁੰਚਣਾ ਤੱਕ। ਸਾਨੂੰ ਇਹ ਸਾਰੀ ਸੱਚਾਈ ਸਮਝ ਕੇ ਤੁਰਨਾ ਪੈਣਾ, ਸਾਨੂੰ ਆਪਣੀਆਂ ਐਕਸਪੈਕਟੇਸ਼ਨਸ, ਆਸ਼ਾਵਾਂ, ਇੱਛਾਵਾਂ ਉਸ ਹਿੱਤ ਤੱਕ ਰੱਖਣੀਆਂ ਪੈਣੀਆਂ। ਮੈਂ ਸਾਰੇ ਗਰੀਬਾਂ ਨੂੰ ਇਹ ਗਰੰਟੀ ਦਿੰਦਾ ਵੀ ਜੋ ਵੀ ਗਵਰਨਮੈਂਟ ਦੀ ਸਕੀਮ ਆਉਂਦੀ ਹੈ, ਜੋ ਵੀ NGOs ਵੱਲੋਂ ਆਉਂਦਾ, ਜਿੱਥੇ ਵੀ ਕਿਤੇ ਕੋਈ ਇਸ ਤਰ੍ਹਾਂ ਲੱਗਦਾ ਕਿ ਬਿਲਕੁਲ ਹੀ ਫਾਕੇ ਵਾਲੀ ਨੌਬਤ ਆ ਗਈ, ਅਸੀਂ ਕੰਟਰੋਲ ਰੂਮ ਉਹਦਾ ਵੀ ਸਥਾਪਿਤ ਕਰਾਂਗੇ ਔਰ ਉਹਨਾਂ ਤੱਕ ਅਸੀਂ ਪਹੁੰਚਾਂਗੇ। ਅਜੇ ਤਾਂ 2-3 ਦਿਨ ਹੀ ਹੋਏ ਆ, ਕੱਲ੍ਹ ਮੈਂ ਅਤੇ SSP ਸਾਹਿਬ ਨੇ ਸਾਰੇ ਜਿਹੜੇ ਸਰਪੰਚੀਜ਼ ਨੇ ਉਹਨਾਂ ਤੱਕ ਇਹ ਗੱਲ ਪਹੁੰਚਾਈ ਹੈ SDMs ਰਾਹੀਂ ਕਿ ਵੀ ਜਿਹੜੇ ਵੈਲ ਟੂ ਡੂ ਫੈਮਿਲੀਜ਼ ਨੇ, PM ਸਾਹਿਬ ਨੇ ਵੀ ਇਹੀ ਗੱਲ ਕਹੀ, CM ਸਾਹਿਬ ਨੇ ਵੀ ਇਹੀ ਗੱਲ ਕਹੀ। ਜਦ ਤੱਕ ਇਹ ਸਰਕਾਰੀ ਚੀਜ਼ ਆਉਂਦੀ ਹੈ, ਜੰਗ ਦੇ ਵਿੱਚ ਇਕੱਲੀ ਸਰਕਾਰ ਨਹੀਂ ਲੜਦੀ, ਪਹਿਲੀਆਂ ਜੰਗਾਂ ਦੇ ਵਿੱਚ ਲੋਹਾ ਨੇ ਵੀ ਮਦਦ ਕੀਤੀ, ਜਿਹੜੀਆਂ ਮੈਂ ਜੰਗਾਂ ਦਾ ਜ਼ਿਕਰ ਕੀਤਾ ਇਹ ਵੀ ਇੱਕ ਜੰਗ ਹੈ। ਅਤੇ ਜਿਹੜੇ ਵੈਲ ਟੂ ਡੂ ਪਰਿਵਾਰ ਨੇ ਪਿੰਡਾਂ ਵਾਲੇ, ਉਹ ਉਦੋਂ ਤੱਕ ਜਿਹੜੇ ਉਹਨਾਂ ਦੇ ਕਾਮੇ ਨੇ, ਉਹਨਾਂ ਦੇ ਸਿਰ 'ਤੇ ਅੱਜ ਤੱਕ ਅਸੀਂ ਕਮਾਇਆ, ਅੱਗੇ ਨੂੰ ਵੀ ਕਮਾਉਣਾ, ਉਹਨਾਂ ਦਾ ਧਿਆਨ ਕਰਨ। ਜਿਹੜੇ ਸਾਡੇ ਫੈਕਟਰੀਆਂ ਵਾਲੇ ਨੇ, ਮੈਨੂੰ ਕੱਲ੍ਹ ਤੋਂ ਫੋਨ ਆ ਰਹੇ ਆ, ਉਹ ਵੀ ਇਸ ਮਹੀਨੇ ਦੀ ਤਨਖਾਹ ਪਾਉਣ ਲੱਗੇ ਆ, ਔਰ CP ਸਾਹਿਬ ਨੇ, ਸਾਡੇ ਕਮਿਸ਼ਨਰ ਆਫ ਪੁਲਿਸ ਨੇ, ਉਹਨਾਂ ਨੇ ਬੜੀ ਇਸ 'ਤੇ ਐਫਰਟ ਕਰਕੇ ਸਾਰੀ ਇੰਡਸਟਰੀ ਨੂੰ ਇਸ ਚੀਜ਼ 'ਤੇ ਲਿਆਇਆ। ਬਹੁਤ ਸਾਰੀਆਂ NGO ਇਹ ਕਹਿ ਰਹੀਆਂ ਨੇ ਕਿ ਅਸੀਂ ਉਹਨਾਂ ਤੱਕ ਖਾਣਾ ਪਹੁੰਚਾਵਾਂਗੇ। ਪਰ ਮੈਂ ਇਹ 'ਚ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਹੈ ਵੀ ਇਮੀਡੀਏਟਲੀ ਅਸੀਂ ਕੁਕਡ ਫੂਡ ਦੇ ਦਈਏ। ਜੇ ਤੁਸੀਂ ਰੋਜ਼ ਉਹਨਾਂ ਨੂੰ ਬਣਿਆ ਵਾ ਲੰਗਰ ਦੇਣ ਜਾਂਦੇ ਹੋ, ਇੱਕ ਤਾਂ ਇਹ ਹੈ ਵੀ 24 ਘੰਟਿਆਂ ਮਗਰ ਤੁਹਾਡਾ ਬੰਦਾ ਬਾਰ ਬਾਰ ਜਾਊਗਾ, ਐਕਸਪੋਜ਼ ਹੋਊਗਾ, ਚਾਂਸ ਨੇ ਕਿ ਵੀ ਉਸ ਨੂੰ ਵੀ ਜਿਹੜਾ ਬਿਮਾਰੀ ਲੱਗ ਜੇ ਜਾਂ ਬੰਦਿਆਂ ਨੂੰ ਵੀ ਲੱਗ ਜੇ। ਇਹ ਇੱਕ ਆਪਾਂ ਖਾਮ ਖਾ ਭਲਾ ਕਰਦੇ ਕਰਦੇ ਇੱਕ ਦੂਜੀ ਸਮੱਸਿਆ ਖੜੀ ਕਰ ਸਕਦੇ ਹਾਂ। ਤਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਮੇਰਾ ਕਹਿਣਾ ਇਹ ਹੈਗਾ ਕਿ ਜੋ ਵੀ ਤੁਸੀਂ ਵੰਡਣਾ, ਕੋਸ਼ਿਸ਼ ਇਹ ਕਰੋ ਵੀ ਸੁੱਕਾ ਰਾਸ਼ਨ ਵੰਡੋ, ਅਗਲਾ ਆਪਦੀ ਲੋੜ ਦੇ ਅਨੁਸਾਰ। ਤੁਸੀਂ ਜਿੱਦਾਂ ਦਾ ਲੰਗਰ ਲੈ ਕੇ ਗਏ ਹੈ, ਅਗਲੇ ਨੂੰ ਉਸ ਤਰ੍ਹਾਂ ਦਾ ਸਵਾਦੀ ਲੱਗਦਾ ਕਿ ਨਹੀਂ ਲੱਗਦਾ, ਹੜਾਂ ਦੇ ਤਜਰਬੇ ਤੋਂ ਮੈਂ ਇਹ ਕਹਿੰਦਾ ਕਿ ਜੋ ਅਸੀਂ ਸ਼ਹਿਰੀ ਬਣਾ ਕੇ ਭੇਜਦੇ ਹਾਂ ਅਤੇ ਜਿਸ ਤਬਕੇ ਤੱਕ ਜਾਂਦਾ, ਕਈ ਵਾਰੀ ਉਹਨਾਂ ਨੂੰ ਉਹ ਚੀਜ਼ ਟੇਸਟੀ ਨਹੀਂ ਲੱਗਦੀ, ਜਾਂ ਤੁਸੀਂ ਬੜੀ ਭਾਵਨਾ ਨਾਲ ਬਣਾ ਕੇ ਲੈ ਗਏ, ਪਹਿਲਾਂ ਤੁਸੀਂ ਬਣਾਈ, 5-4 ਘੰਟੇ ਉਸ 'ਚ ਲੱਗ ਗਏ, ਡਿਸਟ੍ਰੀਬਿਊਸ਼ਨ 'ਚ ਟਾਈਮ ਲੱਗ ਗਿਆ, ਇਹ ਚੀਜ਼ ਕਈ ਵਾਰੀ ਜਾਂਦੇ ਜਾਂਦੇ ਖਰਾਬ ਹੋ ਜਾਂਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਮਦਦ ਨਾ ਕਰੋ, ਮਦਦ ਕਰੋ, ਸਾਰੀਆਂ ਪ੍ਰੀਕੋਸ਼ਨਸ ਲਓ, ਬਟ ਕੋਸ਼ਿਸ਼ ਕਰੋ ਵੀ ਸੁੱਕੀ ਚੀਜ਼ ਪਹੁੰਚਾਓ। ਔਰ ਆਉਣ ਵਾਲੇ ਦਿਨਾਂ 'ਚ ਸਰਕਾਰ ਵੀ ਪ੍ਰਤੀਬੱਧ ਹੈ, ਅਸੀਂ ਵੀ ਇਹਦਾ ਕੋਈ ਨਾ ਕੋਈ ਸਿਸਟਮ ਬਣਾਵਾਂਗੇ, ਤੁਸੀਂ ਚਿੰਤਾ ਨਾ ਕਰੋ। ਪਰ ਇਹ ਸਮਝੋ ਵੀ ਅਸੀਂ ਕਈ ਫਰੰਟਸ 'ਤੇ ਇਹ ਜਿਹੜੀ ਲੜਾਈ ਲੜ ਰਹੇ ਹਾਂ। ਮੇਰੀ ਸਾਰੇ ਸਰਪੰਚਾਂ ਨੂੰ, ਸਾਰੇ ਪੰਜਾਬੀਆਂ ਨੂੰ, ਅੱਜ ਤੱਕ ਪੰਜਾਬ ਦਾ ਇਹ ਰਿਕਾਰਡ ਹੈ, ਪੂਰੇ ਦੇਸ਼ ਦਾ ਅਸੀਂ ਢਿੱਡ ਭਰਿਆ, ਪੂਰੇ ਦੇਸ਼ ਦਾ 60% ਸੈਂਟਰਲ ਪੂਲ ਅਸੀਂ ਦਿੰਦੇ ਹੈਗੇ ਹਾਂ। ਹੁਣ ਵੀ ਸਾਡੇ ਕੋਲ ਇੰਨਾ ਕੁਛ, ਇੰਨੇ ਰਿਸੋਰਸਿਜ਼ ਹੈਗੇ ਨੇ ਕਿ ਅਸੀਂ ਆਪਦੇ ਜਿਹੜੇ ਵੀਰ ਭੈਣ, ਉਹਨਾਂ ਜਿਨ੍ਹਾਂ ਕੋਲ ਸਾਧਨ ਨਹੀਂ, ਅਸੀਂ ਉਹਨਾਂ ਦਾ ਖਿਆਲ ਨਹੀਂ ਰੱਖ ਸਕਦੇ, ਜ਼ਰੂਰ ਰੱਖ ਸਕਦੇ ਹਾਂ, ਔਰ ਮੈਨੂੰ ਯਕੀਨ ਹੈ ਤੁਸੀਂ ਰੱਖੋਗੇ, ਅਸੀਂ ਤੁਹਾਡੇ ਨਾਲ ਖੜੇ ਹਾਂ ਇਹਦਾ। ਅਸੀਂ ਕਿਉਂਕਿ ਪਹਿਲੇ 2-3 ਦਿਨ ਤਾਂ ਸਾਨੂੰ ਆਹ ਪੇਡ ਵਾਲਾ ਜਿਹੜਾ ਸਿਸਟਮ ਹੈ ਇਹਦਾ ਕੰਟਰੋਲ ਬਣਾਉਣ ਨੂੰ ਬਹੁਤ ਲੰਬਾ ਸਮਾਂ ਲੱਗ ਗਿਆ, ਫਿਰ ਟੈਸਟਿੰਗ ਵੀ ਕਰਨੀ ਹੈ, ਜਿਹੜੇ ਵੀਰ ਬਾਹਰੋਂ ਆਏ NRI ਉਹਨਾਂ 'ਤੇ ਮੋਹਰਾਂ ਵੀ ਲਾਉਣੀਆਂ ਹੈਗੀਆਂ ਨੇ, ਨਵਾਂ ਸਮਾਨ ਵੀ ਮੰਗਾਉਣਾ, ਪਿੰਡਾਂ ਦੀ ਘੇਰਾਬੰਦੀ ਵੀ ਕਰਨੀ ਹੈ, ਕੋਈ ਨਵੇਂ ਨਵੇਂ ਪੋਜ਼ਿਟਿਵ ਕੇਸ ਆਉਂਦੇ ਹੈ ਉਹਨਾਂ ਨੂੰ ਆਈਸੋਲੇਸ਼ਨ 'ਚ ਵੀ ਪਾਉਣਾ, ਵੀ ਇੰਨੇ ਫਰੰਟਸ 'ਤੇ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਆਮ ਜਿਹੜੀ ਸਮੱਸਿਆ ਉਹਦੇ ਨਾਲੋਂ ਇਹ ਮਲਟੀਫੈਸਿਟਿਡ ਹੈਗੀ ਹੈ। ਦੂਜੀ ਗੱਲ ਇਹ ਹੈ ਕਿ ਅਸੀਂ ਹੌਲੀ ਹੌਲੀ ਇਹਨਾਂ ਚੀਜ਼ਾਂ ਨੂੰ ਨੋਰਮਲ ਕਰਨ ਦੀ ਹੋਰ ਕੋਸ਼ਿਸ਼ ਕਰਾਂਗੇ, ਤੁਸੀਂ ਧੰਮਲ ਰੱਖੋ। ਔਰ ਕਿਉਂਕਿ ਸੋਸ਼ਲ ਮੀਡੀਆ 'ਤੇ ਕਈ ਲੋਕ ਜ਼ਿਆਦਾ ਵੋਕਲ ਹੁੰਦੇ ਨੇ, ਠੀਕ ਹੈ, ਆਪਾਂ ਨੂੰ ਗੱਲ ਰੱਖਣੀ ਚਾਹੀਦੀ ਹੈ, ਕਿਸੇ ਨੂੰ ਕੋਈ ਸਮੱਸਿਆ ਜ਼ਰੂਰ ਰੱਖੋ। ਅੱਜ ਮੈਂ ਕੁਛ ਨੰਬਰਾਂ 'ਤੇ ਫੋਨ ਕਰਕੇ ਦੇਖਿਆ, 10-ਾਂ 'ਚੋਂ ਜਿਵੇਂ 3-4 ਕਮਿਸ਼ਨਾਂ ਨੇ ਕਹਿ ਤਾ ਵੀ ਏਰੀਆ ਦੂਰ ਹੈ, ਅਸੀਂ ਆਉਣਾ ਨਹੀਂ ਆ, ਸਾਨੂੰ ਹੋਲਸੇਲ ਤੋਂ ਕੋਈ ਦਿੱਕਤ ਆ ਰਹੀ ਹੈ, ਔਰ ਕੁਛ ਨੇ ਕਿਹਾ ਕਿ ਅਸੀਂ ਪਹੁੰਚਾਵਾਂਗੇ। ਸੋ ਇਹਦਾ ਮਤਲਬ 60% ਤਾਂ ਆਪਣਾ ਸਿਸਟਮ ਹੋ ਗਿਆ।
ਹੁਣ ਆਪਣੇ ਕੋਲੇ ਮੈਂ ਕੈਮਿਸਟ ਵੀਰਾਂ ਨੂੰ ਵੀ ਪੁੱਛਿਆ, ਕਰਿਆਨੇ ਵਾਲੇ ਵੀਰਾਂ ਨੂੰ ਵੀ ਪੁੱਛਿਆ ਵੀ ਤੁਸੀਂ ਇਹ ਚਾਹੋਗੇ ਵੀ ਤੁਹਾਡੀ ਦੁਕਾਨ ਤੇ ਭੀੜ ਲੱਗੇ ਤੇ ਜਿਹੜੇ ਬੰਦੇ ਆਣਗੇ ਉਹ ਤਾਂ ਐਕਸਪੋਜ਼ ਹੋਣਗੇ ਹੋਣਗੇ, ਜਿਹੜਾ ਦੁਕਾਨਦਾਰ ਹੈ ਅਗਰ ਅਸੀਂ 2 ਘੰਟੇ ਛੂਟ ਦਿੰਦੇ ਹਾਂ ਉਹਦੇ ਕੋਲ 1000 ਬੰਦੇ ਆਣਗੇ, ਉਹ ਖੁਦ ਵੀ ਉਹਨੂੰ ਐਕਸਪੋਜ਼ ਹੋਊਗਾ, ਜਾਂ ਜੇ ਕਦੇ ਸਾਨੂੰ ਮਜਬੂਰੀ 'ਚ ਇਹੋ ਜਿਹੀ ਛੂਟ ਦੇਣੀ ਪੈਗੀ ਤਾਂ ਮੈਂ ਰਿਕੁਐਸਟ ਕਰ ਰਿਹਾ ਕਿ ਸਾਰੇ ਲੋਕ ਗੋਲੇ ਬਣਾ ਕੇ ਆਪਦੀ ਸੋਸ਼ਲ ਡਿਸਟੈਂਸਿੰਗ ਰੱਖਣ। ਔਰ ਆਪਾਂ ਤਾਂ ਪੰਜਾਬੀ ਵੈਸੇ ਹੀ ਯਾਰ ਰੱਜੀ ਪੁੱਜੀ ਨੀਤ ਵਾਲੇ ਹੈ, ਕੋਈ ਆਪਾਂ ਇੱਦਾਂ ਨਾ ਲੁੱਟ ਪਾਈਏ। ਕੱਲ੍ਹ ਮੈਂ ਇੱਕ ਮੱਧ ਪ੍ਰਦੇਸ਼ ਦੀ ਵੀਡੀਓ ਦੇਖ ਰਿਹਾ ਸੀ, ਕਿਤੇ ਕੋਈ ਰਾਸ਼ਨ ਵੰਡਣ ਚਲਿਆ ਗਿਆ, ਉੱਥੇ ਮਤਲਬ ਮਾਸਕਾਂ ਬੰਨੀਆਂ ਤੇ ਲੋਕ ਇੱਕ ਦੂਜੇ ਨੂੰ ਲੁੱਟ ਖੋਹ ਟਾਈਪ ਕਰ ਰਹੇ ਆ। ਹੁਣ ਮੈਨੂੰ ਨਹੀਂ ਪਤਾ ਵੀ ਉਹ 100 ਬੰਦਿਆਂ 'ਚ 200 ਬੰਦਾ ਜਿੰਨਾ ਇਕੱਠ ਸੀਗਾ, ਜੇ ਇੱਕ ਵੀ ਬੰਦਾ ਪੋਜ਼ਿਟਿਵ ਹੋਇਆ ਉਹ 100-200 ਦਾ ਤਾਂ ਹੋ ਗਿਆ ਕਲਿਆਣ, ਜੋ ਕਿ ਮੈਂ ਇਹ ਨਹੀਂ ਚਾਹੁੰਦਾ ਕਿ ਕਿਸੇ ਪੰਜਾਬੀ ਨਾਲ ਹੋਵੇ। 2 ਦਿਨ ਆਪਾਂ ਮਾੜਾ ਮੋਟਾ ਦੁੱਧ ਵੈਸੇ ਪਹੁੰਚ ਰਿਹਾ, ਸਬਜ਼ੀ ਪਹੁੰਚ ਰਹੀ ਹੈ, ਜੇ ਹਰੀ ਸਬਜ਼ੀ ਕਿਸੇ ਦਿਨ ਨਹੀਂ ਵੀ ਪਹੁੰਚੀ ਆਪਾਂ ਦਾਲ ਖਾ ਲਈ, ਦਾਲ ਦਾ ਹੁਣ ਵੀ ਆਰਡਰ ਦੇ ਸਕਦੇ ਹੋ, ਪਹਿਲਾਂ ਵੀ ਆਪਾਂ ਲੈ ਲਿਆ, ਮੋਰ ਵਾਲੇ ਨਾਲ ਸਾਡੀ ਗੱਲ ਹੋ ਗਈ, ਵਿਸ਼ਾਲ ਵਾਲਿਆਂ ਨਾਲ ਗੱਲ ਹੋ ਗਈ, ਬਿਗ ਬਾਜ਼ਾਰ ਵਾਲਿਆਂ ਨਾਲ ਹੋ ਗਈ, ਹੋਰ ਵੀ ਬਹੁਤ ਸਾਰੇ ਗਰੁੱਪ ਸਾਡੇ ਨਾਲ ਜੁੜ ਰਹੇ ਆ, ਜਿਹੜੇ ਛੋਟੇ ਸਾਡੇ ਦੁਕਾਨਦਾਰ ਹੈ ਉਹ ਵੀ ਜੁੜ ਰਹੇ ਆ। ਜੇ ਕਿਸੇ ਵੇਲੇ ਸਾਨੂੰ ਇਹਨਾਂ ਚੀਜ਼ਾਂ ਤੋਂ ਮਾੜਾ ਮੋਟਾ ਕਮੀ ਰਹਿ ਕੇ, ਪਰ ਜੇ ਆਪਾਂ ਇੱਕ ਜਿਹੜਾ ਦੁਸ਼ਮਣ ਹੈ ਉਹਦੇ, ਜੇ ਦੁਸ਼ਮਣ ਦਾ ਫੌਜੀ ਤੁਹਾਡੇ ਘਰ 'ਚ ਵੜ ਜੇ ਤੁਹਾਨੂੰ ਚੰਗਾ ਲੱਗੂਗਾ, ਜੇ ਲੜਾਈ ਦੇ ਦੌਰਾਨ ਬਿਲਕੁਲ ਨਹੀਂ ਲੱਗੂਗਾ, ਤਾਂ ਆਪਾਂ ਇੱਕ ਇਹ ਦੁਸ਼ਮਣ ਹੈ ਜਿਹੜਾ ਆਪਣਾ ਇਨਵਿਜ਼ੀਬਲ ਦੁਸ਼ਮਣ ਹੈ ਉਹਨੂੰ ਆਪਾਂ ਅੰਦਰ ਲਿਆਈਏ। ਅੱਛਾ, ਇੱਕ ਜੇ ਕੋਈ ਨੌਜਵਾਨ ਬੱਚੇ ਬਾਹਰ ਤੁਰੇ ਫਿਰਦੇ ਨੇ, ਇਹ ਆਪ ਤਾਂ ਹੱਟੇ ਕੱਟੇ ਹੈਗੇ ਨੇ, ਪਰ ਜੇ ਇਹਨਾਂ ਨੂੰ ਇਨਫੈਕਸ਼ਨ ਲੱਗ ਕੇ, ਇਹਨਾਂ ਦੇ ਤਾਂ 2-4 ਦਿਨ 'ਚ ਮੰਨ ਲਓ ਸਿਮਟਮ ਠੀਕ ਹੋ ਜਾਣੇ ਆ, ਪਰ ਇਹਨਾਂ ਦੇ ਮਾਂ ਪਿਓ, ਦਾਦਾ ਦਾਦੀ ਤਾਂ ਬਜ਼ੁਰਗ ਨੇ, ਇਹਨਾਂ ਦੇ ਬੱਚੇ ਤਾਂ ਛੋਟੇ ਨੇ, ਅਗਰ ਉਹਨਾਂ ਤੱਕ ਇਹ ਗੱਲ ਪਹੁੰਚੀ ਉਹਨਾਂ ਦਾ ਕੀ ਬਣੂਗਾ। ਮੇਰੀ ਤਾਂ ਮਜਬੂਰੀ ਹੈ, ਮੇਰੀ ਟੀਮ ਹੈ ਮੇਰੇ ਨਾਲ, ਐਡੇ ਯੋਧਾ ਇੰਨੇ, ਯਾਨੀ ਕਿ ਪ੍ਰੋਵਰਬੀਅਲ ਟਰਮ 'ਚ ਇੰਨੇ ਆਪਦੇ ਆਪਦੇ ਰੱਥ ਲੈ ਕੇ, ਸੀਪੀ ਸਾਹਿਬ ਖੜੇ ਆ ਇੱਕ ਪਾਸੇ, ਡਿਵੀਜ਼ਨਲ ਕਮਿਸ਼ਨਰ ਸਾਹਿਬ ਖੜੇ ਆ, ਔਰ ਸਾਰੇ ਸਾਡੇ ADCs, SSP ਸਾਹਿਬ, ਸਾਰੇ ਜਣੇ ਮੀਡੀਆ ਵਾਲੇ, ਅਸੀਂ ਤਾਂ, ਸਾਡੀ ਮਜਬੂਰੀ ਹੈ, ਅਸੀਂ ਤਾਂ ਜਾਣਾ, ਔਰ ਅਸੀਂ ਜਦ ਤੱਕ ਇਹਨੂੰ ਹਰਾ ਨਹੀਂ ਦਿੰਦੇ ਅਸੀਂ ਫਰੰਟ 'ਤੇ ਖੜੇ ਰਹਾਂਗੇ। ਪਰ ਤੁਸੀਂ ਅਨਨੈਸੈਸਰੀਲੀ ਇਸ ਜੰਗ ਦੇ ਵਿੱਚ ਕੁੱਦ ਕੇ ਇਸ ਜੰਗ ਨੂੰ ਵੀ ਡਿਸਟਰਬ ਕਰ ਰਹੇ ਹੋ, ਸਾਡੀ ਵੀ ਕੰਸੈਂਟਰੇਸ਼ਨ ਭੰਗ ਕਰ ਰਹੇ ਹੋ, ਅਤੇ ਆਪ ਨੂੰ ਵੀ ਤੁਸੀਂ ਖਤਰੇ 'ਚ ਪਾ ਰਹੇ ਹੋ, ਇਹ ਜਿਹੜੀ ਜੰਗ ਹੈ ਇਹਨੂੰ ਆਪਦੇ ਘਰਾਂ ਤੱਕ ਲੈ ਕੇ ਜਾ ਰਹੇ ਹੋ। ਔਰ ਮੈਂ ਮਤਲਬ ਇਸ 'ਚ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਜਿਹੜੀ ਹੈਗੀ ਹੈ ਜੁੱਸੇ ਵਾਲੇ ਲੋਕਾਂ ਦੀ ਧਰਤੀ ਹੈ, ਇਹ ਗੁਰੂਆਂ ਦੀ ਧਰਤੀ ਹੈ, ਇੱਥੋਂ ਦੇ ਲੋਕਾਂ ਨੇ ਕਦੇ ਈਨ ਨਹੀਂ ਮੰਨੀ, ਵੱਡੇ ਵੱਡੇ ਜਿਹੜੇ ਸਾਡੇ 'ਤੇ ਹਮਲਾਵਰ ਆਏ, ਮੈਂ ਤਾਂ ਇਹਨੂੰ ਕਰੋਨਾ ਨੂੰ ਇੱਕ ਹਮਲਾਵਰ ਹੀ ਸਮਝਦਾ, ਅਸੀਂ ਵੱਡੇ ਵੱਡਿਆਂ ਦੇ ਦੰਦ ਖੱਟੇ ਕੀਤੇ ਆ। ਰੀਸੈਂਟ ਹਿਸਟਰੀ ਦੇ ਵਿੱਚ ਸਾਡੇ ਜਿਹੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਹੈਗੇ ਨੇ, ਉਹਨਾਂ ਨੇ ਦੇਖੋ ਕਿੰਨਾ ਜ਼ਿਆਦਾ ਜ਼ੁਲਮ ਜਬਰ ਦਾ ਇੱਥੇ ਟਾਕਰਾ ਕਰਨ ਲਈ ਕਿੱਡੀਆਂ ਵੱਡੀਆਂ ਵੱਡੀਆਂ ਜੰਗਾਂ ਲੜੀਆਂ। ਮੈਨੂੰ ਅੱਜ ਮਤਲਬ ਉਹਨਾਂ ਦੀ ਗੱਲ ਯਾਦ ਆ ਰਹੀ ਹੈ, ਔਰ ਉਹਨਾਂ ਨੇ ਜਦੋਂ ਇੱਕ ਜਗ੍ਹਾ 'ਤੇ ਲਿਖਿਆ, ਜੇ ਮੇਰੇ ਤੋਂ ਕੋਈ ਗਲਤੀ ਹੋ ਜੇ ਕਿਰਪਾ ਕਰਕੇ ਮੈਨੂੰ ਮਾਫ਼ ਕਰਿਓ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੈ ਦੁੱਖ ਤਕਲੀਫਾਂ ਬਾਰੇ, ਅਸੀਂ ਤਾਂ ਉਹਨਾਂ ਦੇ ਬੱਚੇ ਹੈ, ਉਹਨਾਂ ਨੇ ਜਦੋਂ ਜੰਗਾਂ ਲੜੀਆਂ ਪਿਤਾ ਜੀ ਉਹਨਾਂ ਦੇ ਗਏ, ਮਾਤਾ ਜੀ ਉਹਨਾਂ ਦੇ ਗਏ, ਚਾਰੇ ਲਾਲ ਉਹਨਾਂ ਦੇ ਗਏ, ਪਰ ਲੜਾਈ ਤੋਂ ਹਾਰੇ ਨਹੀਂ, ਕਦੇ ਉਫ ਨਹੀਂ ਕੀਤੀ, ਸਿਦਕ ਨਹੀਂ ਹਾਰਿਆ। ਔਰ ਤੁਹਾਨੂੰ ਕੀ ਲੱਗਦਾ ਵੀ ਜਦੋਂ ਉਹਨਾਂ ਨੇ ਐਡੀ ਵੱਡੀ ਰਿਆਸਤ ਦੇ ਨਾਲ ਜਦੋਂ ਉਹਨਾਂ ਨੇ ਲੜਾਈ ਕੀਤੀ ਹੋਣੀ ਹੈ, ਉਹਨਾਂ ਨੂੰ ਕੋਈ ਬਹੁਤ ਵੱਡੇ ਉੱਥੇ ਐਸ਼ੋ ਇਸ਼ਰਤ ਸੀਗੀ ਜਾਂ ਕੋਈ ਆਰਾਮ ਸੀਗਾ? ਜੰਗ ਜਿਹੜੀ ਹੈਗੀ ਉਹ ਤਕਲੀਫ 'ਚ ਹੀ ਲੜੀ ਜਾਂਦੀ ਹੈ। ਉਹਨਾਂ ਨੇ ਆਪਦੇ ਇੱਕ ਉਹਨਾਂ ਦਾ ਸ਼ਬਦ ਹੈਗਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਦੁੱਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦਾ ਰਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਤਲਬ ਕੰਡਿਆਂ ਦੀ ਸੇਜ ਪੈਰਾਂ 'ਚ ਛਾਲੇ ਪਏ, ਪਰ ਉਹਨਾਂ ਨੇ ਉਫ ਨਹੀਂ ਕੀਤੀ, ਤਾਂ ਜਾ ਕੇ ਆਪਦੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ। ਔਰ ਅੱਜ ਅਸੀਂ ਪੰਜਾਬੀ ਜਿਸ ਹਾਲਤ 'ਚ ਹੈ ਉਸ ਹਾਲਤ 'ਚ ਤਾਂ ਕਰਕੇ ਹੈ ਕਿ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਉਹਨਾਂ ਦੇ ਬੱਚੇ ਹੈ,
ਅਸੀਂ ਇਹ ਕਰੋਨਾ ਨੂੰ ਹਰਾਵਾਂਗੇ। ਮੈਂ ਕੋਈ ਇਕੱਲੇ ਦੀ ਨਹੀਂ ਗੱਲ ਕਰ ਰਿਹਾ, ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਦਾ ਜੋ ਧੱਈਆ ਹੈਗਾ, ਮਾਨਯੋਗ ਈਐਮ ਸਾਹਿਬ ਦਾ ਜੋ ਧੱਈਆ, ਮੈਂ ਇੱਕ ਬਹੁਤ ਛੋਟਾ ਸਿਪਾਹੀ ਹੈ, ਪਰ ਮੈਨੂੰ ਅੱਜ ਇੰਨੀਆਂ ਗੱਲਾਂ ਤਾਂ ਕਹਿਣੀਆਂ ਪੈ ਰਹੀਆਂ ਨੇ। ਇਹ ਇਨਵਿਜੀਬਲ ਅਦ੍ਰਿਸ਼ ਹੈ, ਇਹ ਦੁਸ਼ਮਣ ਤੁਹਾਨੂੰ ਦਿਖ ਨਹੀਂ ਰਿਹਾ, ਇਹ ਲੜਾਈ ਤੁਹਾਡੇ ਬੂਹਿਆਂ ਤੇ ਆ ਗਈ, ਤੁਹਾਨੂੰ ਦਿਖ ਨਹੀਂ ਰਿਹਾ, ਤੁਸੀਂ ਰੁਟੀਨ 'ਚ ਜਾ ਰਹੇ ਹੋ। ਔਰ ਬੜੀ ਸੰਜੀਦਾ ਹੋ ਗਈਆਂ ਗੱਲਾਂ, ਮੈਂ ਹਰ ਇੱਕ ਦੋ ਦਿਨਾਂ ਬਾਅਦ ਤੁਹਾਡੇ ਨਾਲ ਗੱਲ ਕਰਦਾ ਰਹੂੰਗਾ। ਕੋਈ ਇਸ ਲਈ ਨਹੀਂ ਕਿ ਵੀ ਮੈਂ ਆਪਦੇ ਆਪ ਨੂੰ ਤੁਹਾਡੇ ਸਾਹਮਣੇ ਵਾਜ਼ੇ ਕਰਾਂ, ਆਪਦੀ ਮਸ਼ਹੂਰੀ ਕਰਾਂ, ਨਾ ਮੈਂ ਅੱਗੇ ਇਸ ਤਰ੍ਹਾਂ ਦੀਆਂ ਵੀਡੀਓਜ਼ ਪਾਈਆਂ ਨੇ, ਪਰ ਮੈਂ ਆਪਦੇ ਪਰਿਵਾਰ ਨੂੰ, 25 ਲੱਖ ਦਾ ਜਿਹੜਾ ਮੇਰਾ ਪਰਿਵਾਰ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਇਸ ਜੰਗ ਲਈ ਤਿਆਰ ਕਰਨਾ ਚਾਹੁੰਦਾ। ਪਰ ਆਪਾਂ ਇਸ 'ਚ ਕੋਈ ਹੌਸਲੇ ਨਹੀਂ ਡੇਗਣੇ, ਆਪਾਂ ਗੁਰੂ ਦੇ ਪੁੱਤ ਹੈ, ਆਪਾਂ ਪੰਜਾਬੀ ਹੈ, ਤਕੜੇ ਹੈ, ਤਕੜੇ ਰਹਿਣਾ। ਔਰ ਮੈਂ ਜਦੋਂ ਮੇਰੇ ਕੋਲ ਖਾਲੀ ਟਾਈਮ ਹੁੰਦਾ, ਮੈਂ ਹੁਣ ਲਾਈਟਰ ਮੋਡ 'ਚ ਆਉਂਦਾ, ਜਦੋਂ ਮੇਰੇ ਕੋਲ ਖਾਲੀ ਟਾਈਮ ਹੁੰਦਾ, ਪਹਿਲਾਂ ਵੀ ਹੁੰਦਾ, ਮੈਨੂੰ ਮਿਊਜ਼ਿਕ ਬੜਾ ਅੱਛਾ ਲੱਗਦਾ। ਤੁਸੀਂ ਘਰੇ ਰਹਿੰਦੇ ਹੋ, ਮੈਂ ਲਾਈਟਰ ਮੋਡ 'ਤੇ ਤਾਂ ਗੱਲਾਂ ਕਰ ਰਿਹਾ ਵੀ ਤੁਹਾਡਾ ਹੌਸਲਾ ਇਸ ਲੜਾਈ 'ਚ ਪੱਕਾ ਰਹੇ। ਔਰ ਮੈਂ ਹਮੇਸ਼ਾ ਕੋਈ ਨਾ ਕੋਈ ਸੰਗੀਤ ਸੁਣਨ ਦੀ ਕੋਸ਼ਿਸ਼ ਕਰਦਾ। ਅੱਜ ਸਾਨੂੰ ਆਪਣੇ ਗੁਰੂ ਵੱਲ ਦੇਖਣ ਦੀ ਲੋੜ ਹੈ। ਅੱਜ ਮੈਂ ਤੁਹਾਡੇ ਲਈ ਜਿਹੜਾ ਕਿ ਮੈਨੂੰ ਬਹੁਤ ਅੱਛਾ ਲੱਗਦਾ ਹੈ ਸ਼ਬਦ, ਉਹਨਾਂ ਦਾ ਜਿਹੜਾ ਉਹ ਸ਼ਬਦ ਹੈਗਾ ਉਹ ਪਲੇ ਕਰ ਰਿਹਾ, ਤੁਹਾਨੂੰ ਸ਼ਾਇਦ ਇਹ ਲੱਗੇ। ਔਰ ਤੁਸੀਂ ਵੀ ਇਹਨੂੰ ਸੁਣੋ ਔਰ ਘਰਾਂ 'ਚ ਬਹਿ ਕੇ ਸਾਡੀ ਜਿਹੜੀ ਜਿੱਤ ਹੈ ਉਹਦੀ ਕਾਮਨਾ ਕਰੋ, ਸਾਡੇ ਹੌਸਲੇ ਵਧਾਓ। ਮੈਂ ਉਹ ਸ਼ਬਦ ਤੁਹਾਡੇ ਮੂਹਰੇ ਰੱਖ ਰਿਹਾ। ਮਨ ਤੇ ਕਬ ਹੋ ਨ ਟਰੋ ਦੇਹ ਸ਼ਿਵਾ ਪਰ ਮੋਹੇ ਹੈ ਸ਼ੁਭ ਕਰ ਮਨ ਤੇ ਕਬ ਹੋ ਨ ਟਰੋ ਸ਼ੁਭ ਕਰ ਮਨ ਤੇ ਕਬ ਹੋ ਨ ਟਰੋ ਨ ਟਰੋ ਅਰ ਸੋ ਜਬ ਜਾਏ ਲਰੋ ਨਿਸਚੈ ਕਰ ਆਪਣੀ ਜੀਤ ਕਰੋ ਨਿਸਚੈ ਕਰ ਆਪਣੀ ਸ਼ਿਵਾ ਪਰ ਮੋਹੇ ਦੇਹ ਸ਼ਿਵਾ ਪਰ ਮੋਹੇ ਅਰ ਸਿੱਖੂ ਆਪਣੇ ਹੀ ਮਨ ਕੋ ਅਹਿਲਾਲ ਛਾਉ ਗੁਣ ਤੋ ਉਚਰੋ ਜਬ ਆਪਕੀ ਔਧ ਨਿਧਾਨ ਬਨੇ ਅਧੀਰਣ ਮੇ ਤਬ ਜੂਝ ਮਰੋ ਅਧੀਰਣ ਮੇ ਤਬ ਜੂਝ ਮਰੋ ਅਧੀਰਣ ਮੇ ਤਬ ਜੂਝ ਮਰੋ ਬੋਲੇ ਸੁਨਿਹਾਲ ਸੋ ਤੁਸੀਂ ਜਿਹੜਾ ਹੈਗਾ ਹੌਸਲਾ ਰੱਖੋ, ਤਕੜੇ ਰਹੋ, ਤਕੜੇ ਬਣੋ। ਇਹ ਜਿਹੜੀ ਅੱਜ ਜਿਹੜੇ ਤੁਹਾਨੂੰ ਇਹ ਗੱਲ, ਕਿਸੇ ਨੂੰ ਇਹ ਲੱਗ ਸਕਦੀ ਹੈ ਵੀ ਮੈਂ ਸ਼ਾਇਦ ਐਗਜ਼ਾਜਰੇਟ ਕਰ ਰਿਹਾ, ਤੁਹਾਨੂੰ ਇਹ ਗੱਲ ਦੱਸਣ ਲਈ ਇਸ ਜੰਗ ਦੇ ਵਿੱਚ ਕੁਝ ਬੰਦੇ ਖਾਕੀ ਪਾਈ ਖੜੇ ਨੇ, ਉਹ ਖਾਕੀ 'ਚ ਲੜ ਰਹੇ ਨੇ, ਉਹ ਵੀ ਫੌਜੀ ਨੇ ਇਸ 'ਚ। ਕੁਛ ਬੰਦਿਆਂ ਨੇ ਚਿੱਟੇ ਰੰਗ ਦੇ ਕੱਪੜੇ ਪਾਏ ਆ, ਨਰਸਾਂ ਨੇ, ਉਹ ਵੀ ਫੌਜੀ ਨੇ। ਕੁਛ ਨੇ ਨੀਲੇ ਪਾਏ ਆ, ਪੈਰਾਮੈਡਿਕ ਨੇ, ਉਹ ਵੀ ਫੌਜੀ ਨੇ। ਕੋਈ ਹਰੇ ਪਾ ਕੇ ਡਾਕਟਰ ਨੇ ਸਾਡੇ, ਉਹ ਵੀ ਫੌਜੀ ਨੇ। ਸਾਡੇ ਮੀਡੀਆ ਵਾਲੇ ਵੀਰ ਨੇ, ਉਹ ਵੀ ਇਸ 'ਚ ਫੌਜੀ ਨੇ, ਜਿਨ੍ਹਾਂ ਨੇ ਝਾੜੂ ਚੱਕਿਆ, ਸਫਾਈ ਕਰ ਰਹੇ ਆ, ਝਾੜੂ ਵਾਲੇ ਮੇਰੇ ਵੀਰ, ਉਹ ਵੀ ਇੱਕ ਤਰ੍ਹਾਂ ਨਾਲ ਉਹਨਾਂ ਦੀ ਵਰਦੀ ਆ, ਉਹ ਵੀ ਫੌਜੀ ਨੇ। ਜਿਹੜਾ ਕਿਸਾਨ ਖੇਤਾਂ 'ਚ ਆਪਦੀ ਜਾਨ ਧਲੀ 'ਤੇ ਧਰ ਕੇ ਤੁਹਾਡੇ ਲਈ ਚੀਜ਼ਾਂ ਭੇਜ ਰਿਹਾ, ਕੋਈ ਇਹ ਬਾਜ਼ਾਰਾਂ 'ਚ ਥੋੜ੍ਹੀ ਚੀਜ਼ਾਂ ਮਿਲਦੀਆਂ ਨੇ, ਉਹ ਉੱਗਦੀਆਂ ਨੇ, ਉਹ ਰੋਜ਼ ਸਵੇਰੇ ਉੱਠ ਕੇ ਆਪਣੇ ਖੇਤਾਂ ਨੂੰ ਗੁੱਡ ਰਿਹਾ ਵੀ ਤੁਹਾਨੂੰ
ਆਲੂ ਵੀ ਮਿਲਣ, ਸਬਜ਼ੀ ਵੀ ਮਿਲੇ, ਸੇਬ ਵੀ ਮਿਲਣ, ਸਾਰਾ ਕੁਛ। ਉਹ ਆਪਦੀ ਜਾਨ ਤਲੀ 'ਤੇ ਧਰ ਕੇ ਕਿਸਾਨ ਜਾ ਰਿਹਾ, ਉਹ ਵੀ ਇੱਕ ਫੌਜੀ ਹੈ। ਜਿਹੜਾ ਟਰੱਕ ਵਾਲਾ ਮੇਰਾ ਵੀਰ, ਰੇਹੜੀਆਂ ਵਾਲੇ ਮੇਰੇ ਵੀਰ, ਘਰਾਂ ਘਰਾਂ ਤੱਕ ਇਹ ਸਮਾਨ ਪਹੁੰਚਾ ਰਹੇ ਆ, ਉਹ ਵੀ ਫੌਜੀ ਨੇ। ਜਿਹੜੇ ਕੈਮਿਸਟ ਨੇ ਉਹ ਵੀ ਫੌਜੀ ਨੇ। ਮੈਂ ਤਾਂ ਕਈ ਵਾਰੀ ਅੱਜ ਇਹ ਜਿਹੜਾ ਮੈਂ ਆਰਡਰ ਸ਼ੁਰੂ 'ਚ ਕੀਤਾ ਸੀ, ਕਿਉਂਕਿ ਮੈਂ ਪਹਿਲਾਂ ਕਾਨੂੰਨ ਦੀ ਗੱਲ ਕੀਤੀ, ਆਰਡਰਾਂ ਦੀ ਗੱਲ ਕੀਤੀ, ਵੀ ਕੋਈ ਪਾਸ ਦੀ ਲੋੜ ਨਹੀਂ। ਹੁਣ ਮੈਂ ਬਹੁਤ ਵਾਰ ਆਪਦੇ ਜਿਹੜੇ ਐਗਜ਼ੀਕਟਿਵ ਮੈਜਿਸਟਰੇਟ ਨੇ ਉਹਨਾਂ ਨੂੰ ਉਹ ਫੌਜੀ ਸਮਝਦਾ, ਮੈਂ ਸਾਰਿਆਂ ਨੂੰ ਇਹ ਬੇਨਤੀ ਕੀਤੀ, ਪੰਚ ਸਰਪੰਚ ਆਪਾਂ ਸਾਰੇ ਫੌਜੀ ਹਾਂ, ਨੰਬਰਦਾਰ, ਇਹ ਲੜਾਈ 'ਚ ਆਪਾਂ ਸਾਰੇ, ਹਰ ਨਾਗਰਿਕ ਫੌਜੀ ਹੈ। ਹੁਣ ਮੇਰਾ ਤਾਂ ਕਈ ਵਾਰੀ ਇੱਦਾਂ ਜੀ ਕਰਦਾ ਵੀ ਜਿੱਦਾਂ ਇਹ ਫੌਜੀ ਜਦੋਂ ਆਉਂਦੇ ਨੇ ਜ਼ਰੂਰੀ ਚੀਜ਼ਾਂ ਲੈ ਕੇ, ਦੁੱਧ ਦੇ ਢੋਲ ਲੈ ਕੇ, ਸਬਜ਼ੀਆਂ ਲੈ ਕੇ ਸਾਡੇ ਘਰਾਂ ਤੱਕ ਆਉਂਦੇ ਨੇ, ਕਿਸਾਨ ਆਉਂਦੇ ਨੇ, ਵੀ ਸਾਨੂੰ ਇਹਨਾਂ ਨੂੰ ਨਾਕਿਆਂ 'ਤੇ ਰੋਕਣ ਦੀ ਬਜਾਏ ਸਲਿਊਟ ਕਰਨਾ ਚਾਹੀਦਾ, ਕਿਉਂਕਿ ਇੱਕ ਫੌਜੀ ਦੂਜੇ ਨੂੰ ਸਲਿਊਟ ਕਰਦਾ। ਆਪਾਂ ਨੂੰ ਇਹਨਾਂ ਨੂੰ ਸਲਿਊਟ ਕਰਕੇ ਸਤਿਕਾਰ ਕਰਨਾ ਚਾਹੀਦਾ ਵੀ ਤੁਸੀਂ ਮੇਰੇ ਸ਼ਹਿਰ ਦੇ ਲੋਕਾਂ ਨੂੰ ਤਕੜਾ ਕਰਨ ਲਈ ਖੁਰਾਕ ਲੈ ਕੇ ਆਏ ਹੋ। ਔਰ ਮਾਈਂਡ ਇਟ, ਇਹ ਜਿਹੜੀ ਬਿਮਾਰੀ ਹੈ, ਕਿਉਂਕਿ ਸਰੀਰ ਦੀ ਬਿਮਾਰੀ ਹੈ, ਤੁਹਾਨੂੰ ਸਾਰਿਆਂ ਨੂੰ ਅੱਛੀ ਖੁਰਾਕ ਚਾਹੀਦੀ ਹੈ, ਤਾਂ ਹੀ ਤੁਸੀਂ ਇਸ ਬਿਮਾਰੀ ਨਾਲ ਲੜੋਗੇ। ਪਰ ਦੂਜੀ ਗੱਲ ਮੈਂ ਇਹ ਕਰਦਾ, ਅਸੀਂ ਵਰਦੀਆਂ ਜ਼ਰੂਰ ਪਾ ਲਈਆਂ, ਕਿਸੇ ਨੇ ਖਾਕੀ ਪਾ ਲਈ, ਨੀਲੀ ਪਾ ਲਈ, ਹਰੀ ਪਾ ਲਈ, ਅਸੀਂ ਵੀ ਕੋਈ ਸਟੀਲ ਦੇ ਨਹੀਂ ਬਣੇ ਹੋਏ। ਮੈਂ ਅੱਗੇ ਖੜਿਆ, ਤਕੜੇ ਹੋ ਕੇ ਅਸੀਂ ਖੜੇ ਹਾਂ, ਸਾਰੇ ਖੜੇ ਹਾਂ। ਪਰ ਇੱਕ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਵਾਇਰਸ ਤੁਹਾਨੂੰ ਲੱਗ ਸਕਦਾ, ਸਾਨੂੰ ਵੀ ਲੱਗ ਸਕਦਾ। ਅਸੀਂ ਵੀ ਸ਼ਾਮਾਂ ਨੂੰ ਆਪਦੇ ਘਰ ਆਉਂਦੇ ਹਾਂ, ਔਰ ਇਹ ਨਖਿੱਧ ਜਿਹੜੀ ਚੀਜ਼ ਹੈਗੀ ਹੈ, ਇਹ ਦੁਸ਼ਮਣ ਸਾਡੇ ਨਾਲ ਸਾਡੇ ਬੱਚਿਆਂ ਤੱਕ ਵੀ ਪਹੁੰਚ ਸਕਦਾ। ਅਸੀਂ ਬਾਹਰ ਤਾਂ ਤੁਰੇ ਫਿਰਦੇ ਹਾਂ ਕਿ ਤੁਸੀਂ ਆਪਦੇ ਘਰਾਂ 'ਚ ਬੈਠੋ, ਤੁਸੀਂ ਇਸ ਦੁਸ਼ਮਣ ਤੋਂ ਬਚੋ, ਔਰ ਜਿਹੜੀ ਇਹ ਇਸ ਨੂੰ ਆਪਾਂ ਹਰਾ ਕੇ, ਇਸ ਯੁੱਧ ਨੂੰ ਹਰਾ ਕੇ ਆਪਾਂ ਇਹਨੂੰ ਜਿੱਤੀਏ। ਮੇਰੀ ਬਸ ਤੁਹਾਨੂੰ ਇਹੀ ਹੱਥ ਬੰਨ ਕੇ ਬੇਨਤੀ ਹੈ ਕਿ ਆਪਦੇ ਘਰਾਂ 'ਚ ਰਹੋ। ਇਹ ਜੰਗ ਹੈ, ਇਹ ਨੋਰਮਲ ਨਹੀਂ ਹੈਗਾ। ਕੋਈ ਆਪਾਂ ਇੱਕ ਦੂਜੇ 'ਤੇ ਚਿੱਕੜ ਉਛਾਲੀਏ, ਸੋਸ਼ਲ ਮੀਡੀਆ 'ਤੇ ਜਾਈਏ, ਮੈਂ ਕਦੋਂ ਕਹਿੰਦਾ ਵੀ ਨੋਰਮਲ ਹੈ? ਜੇ ਮੈਂ ਸੋਸ਼ਲ ਡਿਲੀਵਰੀ 'ਚ ਇੰਨਾ ਚੰਗਾ ਹੁੰਦਾ ਤਾਂ ਮੈਂ ਐਮਾਜ਼ੋਨ ਅਤੇ ਸਵਿਗੀ 'ਚ ਬਹੁਤ ਵੱਡੀ ਨੌਕਰੀ ਕਰਕੇ, ਜਿਹੜਾ ਹੁਣ ਮੈਨੂੰ ਤਨਖਾਹ ਮਿਲ ਰਹੀ ਹੈ, ਮੈਂ 4-5 ਗੁਣਾ ਤਨਖਾਹ 'ਤੇ ਕੰਮ ਕਰ ਰਿਹਾ ਹੁੰਦਾ। ਮੈਂ ਤਾਂ ਤੁਹਾਡਾ ਸੇਵਕ ਹੈ, ਸਰਕਾਰ ਨੇ ਮੈਨੂੰ ਤੁਹਾਡੇ ਲਈ ਲਾਇਆ, ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੇ ਤੁਹਾਡੇ ਲਈ ਇਹ ਸਾਰਾ ਕੁਝ ਕਰ ਰਹੇ ਹਾਂ, ਤੁਹਾਡੇ ਹਿੱਤ 'ਚ ਕਰ ਰਹੇ ਹਾਂ। ਤੁਸੀਂ ਸਾਡੇ ਸਾਰੇ ਜਿਹੜੇ ਫੌਜੀ ਆ ਉਹਨਾਂ ਦਾ ਹੌਸਲਾ ਬਣਾਈ ਰੱਖੋ। ਅਜੇ ਤਾਂ ਜੰਗ ਸ਼ੁਰੂ ਹੋਈ ਹੈ, 2 ਦਿਨ ਹੀ ਹੋਏ ਆ, 19